21 साल मेरी मां औलाद नूं तरसती रही, पूरे 21 साल। ਜਦੋਂ 22 ਸਾਲ ਦੀ ਹੋਈ ਫਿਰ ਉਹਦਾ ਵਿਆਹ ਮੇਰੇ ਪਾਪੇ ਨਾਲ ਹੋਇਆ ਤਾਂ ਭੱਲਾ ਹੋਇਆ। ਇੱਕ ਵਾਰੀ ਫਿਰ ਮੈਂ ਆਪਣੇ ਮੰਮੀ ਡੈਡੀ ਲੌਸ ਕੀਤੇ ਜੀ ਲਾਸਟ ਈਅਰ, ਸੋ ਉਹਨਾਂ ਦੇ ਥੈਂਕ ਯੂ। ਤੇਰੇ ਟਿੱਲੇ ਤੋਂ ਸੁਰਤ ਦੀ ਰੀਆ ਹੀਰ ਦੀ ਔਲਾਦ ਇੱਕ ਗੋਰਖਾ ਉੱਡਦੀ ਹੈ ਫੁਲਕਾਰੀ। ਪ੍ਰੀਤੀ ਸਕਰੂ ਮੈਮ ਹੋ ਗਏ, ਨੀਰੂ ਬਾਜਰਾ ਮੈਮ ਹੋ ਗਏ, ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਹਾਂ ਥੈਂਕ ਯੂ ਕਿ ਤੁਸੀਂ ਆ ਰਾਹ ਖੋਲੇ। ਉਹ ਉਧਰ ਪਾਉਂਦਾ ਨਾ ਜ਼ੋਰਦਾਰ ਤਾੜੀਆਂ ਦੇ ਨਾਲ ਮਨੇ। ਗਿੱਪੀ ਜੀ ਜਾ ਰਹੇ ਹੋ ਤੁਸੀਂ? ਮਤਲਬ ਆਓ ਉੱਪਰ, ਤਾਂ ਕਾਲੀ ਹੈ ਤਾਂ ਫਿਰ ਤੁਹਾਡਾ। ਮੈਂ ਇਹੀ ਕਹੂੰਗਾ ਕਿ ਜਿੰਨੀ ਮੇਰੀ ਉਮਰ ਦੇ ਜਿੰਨੇ ਆਰਟਿਸਟ ਮੇਰੇ ਨਾਲ ਕੰਮ ਕਰਦੇ ਆ, ਅਸੀਂ ਥੋੜ੍ਹੇ ਜਿਹੇ ਲੱਕੀ ਆ ਕਿ ਸਾਡੇ ਟਾਈਮ ਨਾਲ ਇੰਟਰਨੈਟ ਆ ਗਿਆ ਦੁਨੀਆ ਤੱਕ। ਮਨਿੰਦਰ ਨੂੰ ਜਾਣ ਦੀ ਤਾਂ ਬਹੁਤ ਹੀ ਜਲਦੀ ਹੈ ਨਾ, ਕਿੰਨਾ ਭੱਜਿਆ ਫਿਰਦਾ। ਵੇਖਾਂ ਤੂੰ ਵੀ ਜਾਏਗਾ ਕਾਰਾਂ ਵਿੱਚ ਰਹਿੰਦੇ ਜਿਹੜੇ ਯਾਰਾਂ ਤੋਂ ਵੀ। ਪਿਛਲੇ 30 ਸਾਲਾਂ ਦਾ ਰਿਵਾਰਡ ਹੈ ਜਿਹੜਾ ਇੰਨੇ ਸਾਲਾਂ ਤੋਂ ਆਪਾਂ ਲੱਗੇ ਹੋਏ ਮਿਹਨਤ ਕਰ ਰਹੇ ਹਾਂ, ਇਹ ਰਿਵਾਰਡ ਹੈ। ਔਰ ਕਈਆਂ ਨੂੰ ਲੱਗਦਾ ਹੋਣਾ ਜੁਗਾੜ ਹੈ, ਇਹਨੇ ਕਹਿ ਕੁਆ ਕੇ ਲਿਆ ਹੈ। ਨਹੀਂ ਕੀਤੀ ਔਰ ਮਤਲਬ ਜਿੰਨੀ ਦੇਰ ਤੱਕ ਜਿਮ 'ਚੋਂ ਸਾਰੇ ਬੰਦੇ ਚਲੇ, ਮੈਂ ਕਿਹਾ ਹੁਣ ਆਪਾਂ ਕੀ ਕੱਢਣਾ ਹੈ ਵੀ ਆਪਾਂ ਜਿਮ ਮੁੱਲ ਲੈ ਲਈਏ। ਜਿੰਦਾ ਰੱਖਦਾ ਉਹ ਡੀਸੀ ਨਹੀਂ ਲੱਗ ਸਕਦਾ ਕਦੇ, ਮੈਂ ਕਿਹਾ ਭੋਲਾ ਤਹਿਸੀਲਦਾਰ। ਸੋ ਕਹਿਣ ਦਾ ਮਤਲਬ ਇਹ ਜੀ ਕਿ ਹੈਪੀ ਰਾਏਕੋਟੀ ਬਾਰੇ ਸਿਰਫ ਇੱਕੋ ਹੀ ਸ਼ਬਦ, ਮੈਂ ਇੱਕੋ ਲਾਈਨ ਕਵਾਂਗਾ ਕਿ ਚਲੋ ਇਹ ਅਵਾਰਡ ਫੰਕਸ਼ਨ ਚੱਲਦੇ ਨੇ, ਸਾਰਾ ਕੁਛ ਬਹੁਤ ਖੂਬਸੂਰਤ ਹੈ, ਪਰ ਜੇ ਮੈਨੂੰ ਆਪਣੀ ਜ਼ਿੰਦਗੀ 'ਚ ਆਪਣੇ ਜੀਵਨ 'ਚ ਇੱਕੋ ਹੀ ਅਵਾਰਡ ਦੇਣਾ ਪਵੇ ਰਾਈਟਿੰਗ ਦੇ ਵਿੱਚ ਅੱਜ ਦੇ ਕਿਸੇ ਨੌਜਵਾਨ ਨੂੰ, ਤਾਂ ਹੈਪੀ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਹੀ ਵਧੀਆ ਮਿਊਜ਼ਿਕ ਡਾਇਰੈਕਟਰ ਆ ਅਤੇ ਟੈਲੈਂਟਡ ਬੰਦਾ ਹੈ, ਸਿੱਖਿਆ ਹੋਇਆ ਮੁੰਡਾ ਹੈ, ਬੰਬ ਕੱਢਦਾ ਮਿਊਜ਼ਿਕ ਦੇ, ਅਤੇ ਆਉਣ ਵਾਲਾ ਜਿਹੜਾ ਫਿਊਚਰ ਆ ਮਿਊਜ਼ਿਕ ਦਾ ਤੋਪ ਬੰਦਾ, ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦੇ। ਮੈਂ ਚੰਨ ਸਿਤਾਰੇ ਕੀ ਕਰਦੇ ਹੋ, ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ। ਅਦਾਕਾਰੀ ਦੇ ਨਾਲ ਇੱਕ ਨਹੀਂ ਦੋ ਨਹੀਂ ਬਲਕਿ ਕਿਸੇ ਵੀ ਫਿਲਮ ਦੇ ਵਿੱਚ ਇਸਦੀ ਆਮਦ ਉਸ ਫਿਲਮ ਦੀ ਕਾਮਯਾਬੀ ਦਾ ਚਿੰਨ੍ਹ ਨੇ। ਜ਼ੋਰਦਾਰ ਤਾੜੀਆਂ ਦੇ ਨਾਲ ਦਿਲਜੀਤ ਕੌਰ ਅਵਾਰਡ ਦੇ ਲਈ ਅੱਜ ਦੀ ਇਸ ਸ਼ਾਮ ਦੇ ਵਿੱਚ ਸਰਗੁਣ ਮਹਿਤਾ। ਮੈਂ ਇੱਕ ਇਸ ਮੰਚ ਤੇ ਕਹਿਣਾ ਚਾਹਾਂਗੀ ਨੈਨਾ ਜੀ ਥੈਂਕ ਯੂ ਫੋਰ ਕਮਿੰਗ, ਕਿਉਂਕਿ ਦਲਜੀਤ ਕੌਰ ਜੀ ਉਹ ਫਨਕਾਰਾ ਸਨ ਜਿਨ੍ਹਾਂ ਨੇ ਨਾ ਸਿਰਫ ਖੂਬਸੂਰਤੀ ਦੇ ਨਾਲ ਬਲਕਿ ਅਦਾਕਾਰੀ ਦੇ ਨਾਲ ਹਿੰਦੀ ਫਿਲਮਾਂ, ਔਰ ਯੋਗ ਜੀ ਨੇ ਉਹਨਾਂ ਨਾਲ ਬਹੁਤ ਸਾਰੀਆਂ ਫਿਲਮਾਂ, ਰਾਈਟ ਯੋਗ ਜੀ, ਤੁਸੀਂ ਬਹੁਤ ਫਿਲਮਾਂ ਕੀਤੀਆਂ ਨੇ ਪਿੱਛੇ ਜੀ। ਅਨਫੋਰਚੁਨੇਟਲੀ ਉਹ ਸਾਨੂੰ ਅਲਵਿਦਾ ਕਹਿ ਗਏ ਨੇ, ਪਰ ਮੈਂ ਚਾਹਾਂਗੀ ਕਿ ਦੋ ਸ਼ਬਦ ਜ਼ਰੂਰ ਉਹਨਾਂ ਆਰਟਿਸਟਾਂ ਲਈ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਹੈ, ਉਹਨਾਂ ਨੂੰ ਉਹਨਾਂ ਦੇ ਯਾਦ ਤੋਂ ਬਾਅਦ ਯਾਦ ਕੀਤਾ ਜਾਏ। ਇਹ ਪਰੰਪਰਾ ਪਾਈ ਅਸੀਂ, ਕਿਉਂਕਿ ਬੜਾ ਔਖਾ ਹੁੰਦਾ ਫਨਕਾਰਾਂ ਲਈ, ਅਸੀਂ ਮਰ ਮਰ ਕੇ ਜੀ ਕੇ ਕੰਮ ਕਰਕੇ ਜਾਂਦੇ ਹਾਂ, ਅਤੇ ਤੁਹਾਨੂੰ ਆਉਣ ਵਾਲੀ ਪੀੜ੍ਹੀ ਇੱਜ਼ਤ ਦੇਵੇ। ਮੈਂ ਚਾਹਾਂਗੀ ਕਿਉਂਕਿ ਯੋਗ ਜੀ ਨੇ ਬਿਹਤਰੀਨ ਉਹਨਾਂ ਨਾਲ ਕੰਮ ਕੀਤਾ ਕਿ ਜ਼ਰੂਰ ਦੋ ਸ਼ਬਦ ਬੋਲੋ। ਮੈਂ ਮੇਰੇ ਬਜ਼ੁਰਗਾਂ ਨੇ ਮੇਰੇ ਗੁਰੂਆਂ ਨੇ ਮੈਨੂੰ ਇਹ ਦੱਸਿਆ ਕਿ ਜੇ ਕਿਸੇ ਨੇ ਪਾਣੀ ਵੀ ਪਿਲਾਇਆ ਜ਼ਿੰਦਗੀ 'ਚ ਤਾਂ ਉਹਦਾ ਅਹਿਸਾਨ ਸਾਰੀ ਜ਼ਿੰਦਗੀ ਰਹਿੰਦਾ, ਤੁਸੀਂ ਲਾਹ ਨਹੀਂ ਸਕਦੇ। ਮੈਂ ਜਦ ਫਿਲਮ ਇੰਡਸਟਰੀ 'ਚ ਆਇਆ ਸੀ, ਬਹੁਤ ਸਾਰੇ ਲੋਕਾਂ ਨੇ ਮੈਨੂੰ ਆਪਣੀ ਗੋਦ 'ਚ ਸੰਭਾਲਿਆ, ਡਿੱਗ ਦਿੱਤੀ ਹੈ। ਜਦ ਮੈਂ ਪਹਿਲੀ ਫਿਲਮ ਸਾਈਨ ਕੀਤੀ ਸੀ, ਕਿਉਂਕਿ ਦਲਜੀਤ ਜੀ ਅੱਜ ਦੁਨੀਆਂ 'ਚ ਨਹੀਂ ਨੇ, ਪਰ ਮੇਰੇ ਉਹ ਦਿਲ 'ਤੇ ਬੜੀ ਚੀਜ਼ ਰਹੇ ਜ਼ਿੰਦਗੀ 'ਚ। ਮੇਰਾ ਉਹਨਾਂ ਬੜਾ ਸਤਿਕਾਰ, ਬੜਾ ਮਾਣ, ਬੜਾ ਪਿਆਰ ਰਿਹਾ, ਕਿਉਂਕਿ ਜਦ ਪਹਿਲੀ ਵਾਰੀ ਮੈਂ ਕੈਮਰੇ ਸਾਹਮਣੇ ਗਿਆ ਸੀ ਅਤੇ ਮੈਨੂੰ ਡਾਇਲੋਗ ਨਹੀਂ ਸੀ ਬੋਲਣਾ ਆਉਂਦਾ, ਮੈਨੂੰ ਕੁਛ ਕਰਨਾ ਨਹੀਂ ਸੀ ਆਉਂਦਾ, ਅਤੇ ਮੈਂ ਉਸ ਸਟੇਜ ਤੋਂ ਭੱਜ ਗਿਆ ਸੀ। ਮੈਂ ਕਿਹਾ ਵੀ ਮੈਂ ਕੰਮ ਨਹੀਂ ਕਰਨਾ। ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਉਹ ਮੁੰਡਿਆ ਇੱਧਰ ਆ, ਕਹਿੰਦੇ ਬੜੀ ਦੇਰ ਬਾਅਦ ਕੋਈ ਜਵਾਨ ਮੁੰਡਾ ਆਇਆ ਹੈ,
ਤੇ ਤੈਨੂੰ ਮੈਂ ਦੱਸਦੀ ਹਾਂ ਕਿ ਕਿਵੇਂ ਕੰਮ ਕਰਨਾ ਮੈਨੂੰ ਐ ਲੱਗਦਾ ਸੀ ਸ਼ਾਇਦ ਸਾਰਾ ਕੁਝ ਇਕੱਠੇ ਬੋਲਣਾ ਕਿਉਂਕਿ ਯੂ ਵਰ ਨਾਟ ਯੂਜ਼ ਟੂ ਇਟ ਕ੍ਰਿਕਟ ਖੇਡਦੇ ਸੀ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਦਾਂ ਚੱਲਣਾ ਇੱਦਾਂ ਕਰਨਾ ਇੰਨਾ ਬੋਲਣਾ ਔਰ ਉਹ ਕੁਰਸੀ ਡਾ ਕੇ ਬਹਿ ਜਾਂਦੇ ਸੀ ਕੋਲ ਤੇ ਮੈਨੂੰ ਕਿਹਾ ਸੀ ਹੱਥ ਨਹੀਂ ਬਾਹਲੇ ਚਲਾਉਣੇ ਇਹ ਨਹੀਂ ਕਰਨਾ ਮੈਨੂੰ ਜਿਹੜੀ ਪਾਇਦਾਨ ਦੋ ਬੰਦਿਆਂ ਤੋਂ ਜ਼ਿੰਦਗੀ 'ਚ ਮਿਲਿਆ ਹੈ ਮੈਂ ਉਹਨਾਂ 'ਚ ਦਿਲਜੀਤ ਜੀ ਸਤਿਕਾਰਯੋਗ ਦੁਨੀਆਂ 'ਚ ਖੂਬਸੂਰਤੀ ਲੋਕ ਗੱਲ ਕਰਦੇ ਨੇ ਲੇਕਿਨ ਸ਼ਾਇਦ ਇਸ ਤੋਂ ਵੱਧ ਕੇ ਖੂਬਸੂਰਤ ਔਰਤ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖੀ ਔਰ ਇਸ ਤੋਂ ਵਧੀਆ ਇਨਸਾਨ ਕਦੇ ਨਹੀਂ ਦੇਖਿਆ ਆਫਕੋਰਸ ਸਾਡੀਆਂ ਧੀਆਂ ਸਾਡੀਆਂ ਬੇਟੀਆਂ ਹੁਣ ਆਈਆਂ ਨੇ ਬਹੁਤ ਖੂਬਸੂਰਤ ਨੇ ਬਹੁਤ ਕਮਾਲ ਦੇ ਐਕਟਰਸ ਹੋ ਤੁਸੀਂ ਪਰ ਮੈਂ ਸਿਰਫ ਕੁਛ ਆਪਣੇ ਦਿਲ ਦੀ ਗੱਲ ਕਹਿਣਾ ਚਾਹ ਰਿਹਾ ਸੀ ਔਰ ਦਲਜੀਤ ਜੀ ਤੁਸੀਂ ਜਿੱਥੇ ਵੀ ਹੋ ਜੋ ਵੀ ਹੋ ਇਹ ਅੱਜ ਦਾ ਅਵਾਰਡ ਜਿਹੜਾ ਹੈ ਇਟ ਇਜ਼ ਫੋਰ ਯੂ ਥੈਂਕ ਯੂ ਸੋ ਮੱਚ Thank you so much, Yogi. Thank you so much. Sarvaj ji, I want you to say a few words. Sat Sri Akal ji, pehla da thank you. Satyendra Shetty ma'am, Sapan, jinna ne awards rakhe, thank you so much. Te jehdi gal sir ne kahi ki bahut zaruri hunda hai ki unna lokan nu yaad karna jehde bande sade layi raah banaunde aa, hai na? Jive Diljit Kaur ma'am ho gaye, Preeti Sapru ma'am ho gaye, Neeru Bajwa ma'am ho gaye, main hamesha unna nu kehni aa थैंक यू कि तुसी आ राह खोले कि अज आपा ओ फिल्मा कर सकते हैं ओ सिनेमा कर सकते हैं जिहड़ा आपा चाहुंदे आ तां आ अवार्ड सारी उन हीरोइना लई सारी उन कुड़ियां लई जिन्हां ने साढ़े तो पहला पंजाबी इंडस्ट्री नूं इस मुकाम तक पहुँचाया थैंक यू सो मच एवरीबॉडी थैंक यू कल और आएंगे हमसे बेहतर कहने वाले तुमसे बेहतर सुनने वाले वो भी एक पल का किस्सा थे ਉਹ ਸਿਨੇਮਾ ਕਰ ਸਕਦੇ ਹਾਂ ਜਿਹੜਾ ਆਪਾਂ ਚਾਹੁੰਦੇ ਹਾਂ ਤਾਂ ਆਹ ਅਵਾਰਡ ਸਾਰੀ ਹੁਣ ਹੀਰੋਇਨਾਂ ਲਈ ਸਾਰੀ ਹੁਣ ਕੁੜੀਆਂ ਲਈ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਕੱਲ ਔਰ ਆਏਗੇ ਹਮਸੇ ਬਿਹਤਰ ਕਹਿਣੇ ਵਾਲੇ ਤੁਮਸੇ ਬਿਹਤਰ ਸੁਣਨੇ ਵਾਲੇ ਵੋ ਵੀ ਇੱਕ ਪਲ ਕਾ ਕਿੱਸਾ ਥੇ ਹਮ ਵੀ ਇੱਕ ਪਲ ਕਾ ਕਿੱਸਾ ਹੈ ਲੇਕਿਨ ਇਹਨਾਂ ਕਿੱਸਿਆਂ ਨੂੰ ਆਪਣੇ ਦਿਲਾਂ 'ਚ ਆਪਣੀਆਂ ਰੂਹਾਂ 'ਚ ਜ਼ਰੂਰ ਯਾਦ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਪਕਸ਼ਨਾਂ ਨੂੰ ਉਹਨਾਂ ਰਾਵਾਂ ਨੂੰ ਸਦਾ ਯਾਦ ਰੱਖਣ ਸੋ ਅੱਜ ਦੀ ਇਹ ਸ਼ਾਮ ਇਸੇ ਤਰ੍ਹਾਂ ਬੜੀ ਖੁਸ਼ੀ ਹੋ ਰਹੀ ਹੈ ਸਭ ਨੂੰ ਵੇਖ ਕੇ ਔਰ ਇਸ ਤੋਂ ਪਹਿਲਾਂ ਕਿ ਅਗਲੇ ਅਵਾਰਡਸ ਤੁਹਾਡੇ ਰੂਬਰੂ ਕਰਾਂ ਜ਼ੋਰਦਾਰ ਤਾੜੀਆਂ ਦੇ ਨਾਲ ਮੰਚ ਤੇ ਇਵੋਲ ਮਿਊਜ਼ਿਕ ਤਾੜੀਆਂ ਨਹੀਂ ਮਾਰ ਰਹੇ ਤੁਸੀਂ ਅਕਲਾ ਕਰਮ ਤੇ ਆਦਤ ਤੇ ਵੀ ਆਪਣੇ ਅਵਾਰਡ ਨੇ ਮਾਰਨੀਆਂ ਤਾੜੀਆਂ ਜ਼ੋਰਦਾਰ ਚਲੋ ਬਿਗ ਅਚੀਵਮੈਂਟ ਦੋ ਤਿੰਨ ਘੰਟੇ ਲੱਗਦੇ ਬੰਦਾ ਪਹੁੰਚ ਜਾਂਦਾ
ਅੰਮ੍ਰਿਤਸਰ ਵਾਲਿਆਂ ਦੀ ਇੱਕ ਹੀ ਦਿੱਕਤ ਹੈ, ਲੋਕੀ ਸਾਡੇ ਨਾਲ ਗੱਲਾਂ ਕਰਦੇ ਨਾ, ਉਹਨਾਂ ਦੇ ਗੱਲ ਕਰਨ ਦਾ ਤਰੀਕਾ ਬਦਲ ਜਾਂਦਾ ਹੈ। ਅਗਰ ਉਹਨਾਂ ਨੂੰ ਪਤਾ ਲੱਗ ਜਾਏ ਨਾ, ਭਾਜੀ ਕਿੱਥੋਂ ਅੰਮ੍ਰਿਤਸਰ, ਵਾਓ ਕਿੰਨੇ ਲੱਕੀ ਹੋ ਨਾ ਆਪ। ਮੈਂ ਕਿਹਾ ਯਾਰ ਮੈਨੂੰ ਕਿਉਂ ਨਹੀਂ ਪਤਾ, ਆਪਕੇ ਵਾ ਬਾਰਡਰ ਹੈ ਨਾ ਬਾਰਡਰ। ਮੈਂ ਕਿਹਾ ਅੱਛਾ, ਤੂੰ ਕਹਿ ਰਿਹਾ ਤੂੰ ਜ਼ਰੂਰ ਹੋਏਗਾ, ਆਪ ਤਾਂ ਰੋਜ਼ ਜਾਤੇ ਹੋ ਕਿ ਪਰੇਡ ਦੇਖਣੇ ਗੋਲੀਆਂ ਕੀ। ਮੈਂ ਕਿਹਾ ਮੇਰਾ ਘਰ ਬੰਕਰ ਤੇ ਬਣਿਆ ਹੋਇਆ, ਫੌਜੀ ਸਾਡੀ ਗੱਡੀ ਚ ਆਪਣੀਆਂ ਟੈਂਕ ਤੁਪਾਂ ਖੜੀਆਂ ਕਰਦੇ ਆ, ਜਿਸ ਦਿਨ ਆਪਾਂ ਪਰੇਡ ਦੇਖਣ ਨਾ ਨਾ ਪਹੁੰਚੀ ਫੋਨ ਆ ਜਾਂਦਾ, ਜੈ ਹਿੰਦ ਆਪ ਆ ਰਹੀ ਹੈ ਕਿ ਪਰੇਡ ਸ਼ੁਰੂ ਕਰਦੇ। ਫਿਰ ਉਹਨਾਂ ਦੇ ਆਪਣੇ ਸਵਾਲ, ਭਾਜੀ ਕੁਲਚੇ ਬੜੇ ਸਹੀ ਮਿਲਦੇ ਆ ਉੱਥੇ, ਕੁਲਚੇ ਤੁਸੀਂ ਤਾਂ ਕੁਲਚੇ ਖਾਂਦੇ ਹੋ ਰਹੇ ਤੁਹਾਡੇ ਘਰ। ਮੈਂ ਕਿਹਾ ਹਾਂ ਸਹੀ ਗੱਲ, ਕੁਲਚਾ ਸਾਡਾ ਜੀਵਨ ਮਰਨ ਹੈ, ਅਸੀਂ ਬਿਮਾਰ ਹੋਈਏ ਡਾਕਟਰ ਕੋਲ ਜਾਈਏ, ਡਾਕਟਰ ਪਰਚੀ ਦਵਾਈ ਥੋੜ੍ਹੀ ਲਿਖਦਾ, ਕੁਲਚਾ ਲਿਖਦਾ। ਅੰਮ੍ਰਿਤਸਰ 'ਚ ਕੋਈ ਬੱਚਾ ਪੈਦਾ ਹੁੰਦਾ ਨਾ, ਉਹਨੂੰ ਆਪਾਂ ਸ਼ਹਿਦ ਥੋੜ੍ਹੀ ਚਟਾਉਂਦੇ, ਕੁਲਚਾ ਖਵਾਉਂਦੇ। ਕੁਲਚਾ ਖਾ ਕੇ ਬੱਚਾ ਕਹਿੰਦਾ ਵਾਓ ਆਈ ਮੀਨ ਅੰਮ੍ਰਿਤਸਰ। ਸਾਡਾ ਸਗਾ ਦਾਦਾ ਆਈ ਸੀ ਯੂ 'ਚ ਮਰ ਰਿਹਾ ਹੋਵੇ ਨਾ, ਉਹਨੂੰ ਜਾ ਕੇ ਪੁੱਛੀ ਪਾਪਾ ਜੀ ਆਖਰੀ ਚਾ ਬੱਚ ਬੱਚ ਕੁਲਚਾ ਖਵਾ ਕੇ। ਪਤਾ ਨਹੀਂ ਕੀ ਹੋ, ਇੱਧਰ ਵੇਖਣਾ ਤੁਸੀਂ, ਮੈਂ ਸੌਂ ਪਾ ਦੇਣੀ ਤੁਹਾਨੂੰ, ਸਿਰਫ ਇੱਧਰ ਵੇਖੋ ਬਸ, ਕਿਉਂਕਿ ਜਿਹੜੇ ਆਏ ਨੇ ਉਹਨਾਂ ਨੇ ਇੱਥੇ ਹੀ ਆਉਣਾ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਰ, ਮੈਂ 1500-1600 ਸਤਿ ਸ਼੍ਰੀ ਅਕਾਲ ਬਣਾਉਂਦੀ ਹਾਂ। ਇੱਕ ਵਾਰੀ ਚੰਡੀਗੜ੍ਹ ਦੀ ਕਲੈਬ ਫਿਰ ਮੈਂ ਖਤਮ ਕਰਾਂਗਾ, ਤੁਸੀਂ ਚੰਡੀਗੜ੍ਹ ਐਂਟਰ ਕਰਦੇ ਤੁਹਾਨੂੰ ਇੱਕ ਬੋਰਡ ਮਿਲਦਾ, ਵੈਲਕਮ ਟੂ ਚੰਡੀਗੜ੍ਹ ਦ ਸਿਟੀ ਬਿਊਟੀਫੁਲ। ਮੈਂ ਇਸ ਗੱਲ ਐਗਰੀ ਨਹੀਂ ਕਰਦਾ, ਕਿਉਂਕਿ ਚੰਡੀਗੜ੍ਹ ਸਿਟੀ ਥੋੜ੍ਹੀ ਹੈ, ਚੰਡੀਗੜ੍ਹ ਕੰਟਰੀ ਹੈ, ਜਿੱਥੇ 80% ਪੰਜਾਬੀ ਸਟੱਡੀ ਵੀਜ਼ਾ ਲੈ ਕੇ ਆਉਂਦੇ ਆ। ਇਹ ਸਟੱਡੀ ਵੀਜ਼ਾ ਕਦੋਂ PR ਬਣਦਾ ਸਾਨੂੰ ਨਹੀਂ ਪਤਾ, ਐਵਰੇਜ ਪੰਜਾਬੀ ਆਪਣੀ ਲਾਈਫ 'ਚ 3 ਵਾਰੀ ਚੰਡੀਗੜ੍ਹ ਆਉਂਦਾ ਹੁੰਦਾ ਸੀ, ਪਹਿਲੀ ਵਾਰੀ ਬਚਪਨ 'ਚ ਜਦੋਂ ਸਾਡਾ 10th ਦਾ ਸਰਟੀਫਿਕੇਟ ਗੁੰਮ ਹੁੰਦਾ ਸੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ। ਦੂਸਰੀ ਵਾਰੀ ਆਪਾਂ ਨਹੀਂ ਭਰੀ ਜਵਾਨੀ 'ਚ ਜਦੋਂ ਕਿਸੇ ਨਾਲ ਪਿਆਰ ਹੁੰਦਾ ਸੀ, ਹੈ ਨਾ, ਚੰਡੀਗੜ੍ਹ ਵਾਲੇ ਦੋਸਤ ਨੂੰ ਫੋਨ ਕਰੀਦਾ, ਹੈਲੋ ਠੀਕ ਹੈ, ਕਹਿੰਦੇ ਕਿਸੇ ਦਾ ਸਾਈਕਲ ਲੱਗਾ ਬਾਹਰ। ਚੰਡੀਗੜ੍ਹ ਮੇਰੇ ਵਰਗੇ ਗਰੀਬਾਂ ਦਾ ਕੈਨੇਡਾ, ਪੰਚਕੂਲਾ ਸਾਡੇ ਲਈ ਬ੍ਰੈਂਪਟਨ ਤੇ ਮੋਹਾਲੀ ਸਾਡੇ ਲਈ ਟੋਰਾਂਟੋ, ਖਰੜ ਵਾਲੀ ਸਾਈਡ ਨਵਾਂ ਬਣਾ ਰਹੇ ਆਪਾਂ ਮਾਨੀਟੋਬਾ। ਚੰਡੀਗੜ੍ਹ 'ਚ 2 ਤਰ੍ਹਾਂ ਦੇ ਲੋਕ ਮਿਲਦੇ, ਜਿਹੜੇ ਪਹਿਲੇ ਉਹ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ, ਦੂਸਰੇ ਉਹ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਚਾਹੁੰਦੇ ਸੀ। ਜਿਹੜੇ ਜਾਣਾ ਚਾਹੁੰਦੇ ਸੀ ਉਹ ਆਫਿਸ ਖੋਲ ਕੇ ਬੈਠੇ, ਆਪਾਂ ਦੱਸਾਂਗੇ ਕੈਨੇਡਾ ਕਿੱਦਾਂ ਜਾਂਦਾ। ਮੈਨੂੰ ਬਸ ਵਿੱਕੀ ਨੇ ਗਵਾਇਆ, ਉੱਥੋਂ ਦੇ ਆਪ ਗੱਲ ਲੱਗ ਪਿਆ, ਮੈਂ ਨਹੀਂ ਗਾਇਆ ਉਸ ਤੋਂ ਬਾਅਦ, ਸਹੁੰ ਰੱਬ ਦੀ ਜ਼ੋਰਦਾਰ ਤਾੜੀਆਂ। ਇਹ ਮੁੰਡੇ ਨੇ ਨਾ ਇਹ ਦੱਸਿਆ, ਜਿੰਨੇ ਵੀ ਸਾਡੇ ਮਿਊਜ਼ੀਸ਼ੀਅਨ ਨੇ ਇੰਡਸਟਰੀ ਦੇ ਜਾਂ ਜਿੰਨੇ ਵੀ ਲੋਕ ਬੈਕ ਸਟੇਜ ਤੇ ਕੰਮ ਕਰਦੇ ਨੇ, ਸੁਪਨੇ ਵੇਖੋ ਔਰ ਸੁਪਨਿਆਂ ਦੇ ਲਈ ਮਿਹਨਤ ਕਰੋ। ਇਹ ਉਹ ਮੁੰਡਾ ਹੈ ਜਿਸਨੇ ਬੜੇ ਸਾਰੇ ਲੋਕਾਂ ਦੇ ਨਾਲ ਕੀਬੋਰਡ ਹੋ ਜਾਇਆ, ਅੱਜ ਦਾ ਸੁਪਰ ਸਟਾਰ। ਕਿੰਨੀ ਵੱਡੀ ਗੱਲ ਹੈ ਇਹ, ਬਸ਼ਰ ਕੋ ਮਾਰ ਹੀ ਡਾਲੇ ਯੇ ਦੁਨੀਆ ਐਸੀ ਜ਼ਾਲਿਮ ਹੈ, ਬਸ਼ਰ ਕੋ ਮਾਰ ਹੀ ਡਾਲੇ ਯੇ ਦੁਨੀਆ ਐਸੀ ਜ਼ਾਲਿਮ ਹੈ, ਹਮ ਜੀਏ ਜਾਤੇ ਹੈ ਕਿ ਹਮੇ ਜੀਨੇ ਕਾ ਹੁਨਰ ਆਤਾ ਹੈ। ਜ਼ੋਰਦਾਰ ਤਾੜੀਆਂ ਵਿੱਕੀ, ਥੈਂਕ ਯੂ ਸੋ ਮਚ। ਅੱਜ ਦੀ ਸ਼ਾਮ ਬੜੀ ਸ਼ਾਨਦਾਰ ਸ਼ਾਮ ਹੈ ਔਰ ਹਰ ਖੁਸ਼ਬੂ ਜਿਹੜੀ ਹੈ ਸਾਡੀ ਇੰਡਸਟਰੀ ਦੀ ਉਹ ਜੁੜਦੀ ਜਾ ਰਹੀ ਹੈ। ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਰਿਆਂ ਨੂੰ ਇਕੱਠੇ ਵੇਖੀ ਦਾ, ਬਹੁਤ ਘੱਟ ਸਮਾਂ ਮਿਲਦਾ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਥਾਂ 'ਤੇ ਬੈਠਣ ਦਾ, ਔਰ ਕੋਵਿਡ ਤੋਂ ਬਾਅਦ ਤਾਂ ਮੈਨੂੰ ਲੱਗਦਾ ਬਹੁਤ ਹੀ ਘੱਟ ਹੈ। ਇਸ ਤੋਂ ਬਾਅਦ ਸਿਲਸਿਲਾ ਉਹਨਾਂ ਅਵਾਰਡਸ ਦਾ ਜਿਹਦੇ ਲਈ ਅਸੀਂ ਸਭ ਇਕੱਠੇ ਹੋਏ ਹਾਂ, ਗਲੋਬਲ ਸਟਾਰ ਅਵਾਰਡ। ਔਰ ਅਵਾਰਡ ਦੇਣ ਦੇ ਲਈ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ ਦ ਮੋਸਟ ਟੈਲੈਂਟਿਡ ਐਂਡ ਬਿਊਟੀਫੁਲ ਐਕਟਰੈਸ ਆਫ ਟੂਡੇਜ਼ ਇੰਡਸਟਰੀ, ਸਰਗੁਣ ਮਹਿਤਾ ਜੀ, ਔਰ ਉਹਨਾਂ ਦੇ ਨਾਲ ਕੋ ਫਾਊਂਡਰ ਫੀਫਾ ਨਿਹਾਰਿਕਾ। ਆਈ ਰਿਕੁਐਸਟ ਨਿਹਾਰਿਕਾ ਐਂਡ ਸਰਗੁਣ ਮਹਿਤਾ ਜੀ ਟੂ ਪਲੀਜ਼ ਜੁਆਇਨ ਅਸ ਔਨ ਸਟੇਜ। ਮੈਂ ਤੁਸੀਂ ਇੰਨੇ ਸੋਹਣੇ ਕਿਵੇਂ ਹੋ ਜਾਂਦੇ ਹੋ, ਕੋ ਤੁਮੇ ਕੈਸੇ ਹੱਕ ਹੈ ਇਤਨਾ ਸੁੰਦਰ ਲੱਗਨੇ ਕਾ, ਸੋਹਣੀ ਹੈ ਪਲੀਜ਼। We are so honored to have such a talented actress in the industry. And we are so honored ki aaj ki is shaam de vich Golden Star Award
जड़ा है वो जिस मुंडे नु दिता जा रहा है। देखो सारा अवार्ड चल गया, नज़र मार के देखो। बिनू जी पिछले तक नज़र मारो, तुम इधर नज़र मारो, कि मुंडे मिलना चाहिए जिन्हें ऐनक ही नहीं लाइया, वह उधर पाँदा ना जोरदार ताड़िया के नाल मनिंदर वुटर द सुपरस्टार ऑफ टुडे। देखो बंदे नु पता होंगे मैं कि अवार्ड मिलना, पता भी है मतलब स्टाइलिश बनना। मोस्ट कॉन्ग्रेचुलेशंस मनिंदर, द गोल्डन स्टार अवार्ड केम फॉर वन हाइट एंड द अवार्ड गोज टू। सुननी पैंदी गल अगले दी कदी कदी, दो शब्द मैं चाहवांगी जरूर घट, सानू सारयां नूं बोलन दा मौका मिलदा जदों इकट्ठे होवो ते जरूर बोलना चाहिए। सत श्री अकाल जी सारयां नूं, मेरे बहुत सीनियर आर्टिस्ट बैठे ने, सारयां नूं सिर चुका के मेरा सत श्री अकाल। मैं यही कहूँगा कि जिन्नी मेरी उम्र के जिन्ने आर्टिस्ट मेरे नाल काम करदे आ, असीं थोड़े जिहे लकी हाँ कि साडे टाइम ना इंटरनेट आ गया, दुनिया तक साडा पंजाबी म्यूजिक पहुँच गया। पर मैं इनकी गल जरूर कहूँगा कि साढ़े तो बाद वाले मुंडे इतों भी ज़्यादा वधिया काम करनगे। ऑन ऑल टाइम जिथे भी इंडिया की गल चलूगी तो पंजाबी म्यूजिक नाल ही इंडिया जाना जाऊगा। धन्यवाद जी, थैंक यू सो मच। मैं मनिंदर जी तुहानू भी चाहवांगी, तुसी मंच ते रहो, आजो। देखो मजा मजा इन्ने सोने सोने मुंडे इंडस्ट्री च आए सी, जरा चंगी तरह वेखो पिछले दिन बेशुमार गीत दिते ने हर आर्टिस्ट के नाल, यंगस्टर नाल गाया और सारे गाने उन्होंने सुपर हिट रहे ने। शिप्रा गोयल, अ वेरी वेरी वर्सेटाइल सिंगर, वेरी मेलोडियस वॉइस और बहुत ही वधिया इंसान, और बहुत मेहनत कीती इन्हें इत्थे आके अपने आप नूं प्रूव करन दी और हर गाने च अपने आप नूं नवा करन दी। जोरदार ताड़ियां दे नाल अज दी इस शाम दे विच। शिप्रा जी, मनिंदर नूं जाण के तो बहुत ही जल्दी है ना, कितना भज्जिया फिरदा। सब तो पहला तो सारयां नूं प्यार भरी सत श्री अकाल, क्योंकि मेरे बहुत सीनियर ते मैथों छोटे ते मेरे हाण दे बहुत सारे बंदे इत्थे बैठे आ, ते सारयां नूं मैं सत श्री अकाल बुलावांगी। ते कहिंदे आ कि जो दिलां नूं जोड़े ओह संगीत है, जो दिल तो निकले ओ संगीत है। तुसी दिल तो मेरे सुरां नूं प्यार दिता, थैंक यू सो मच। जब तक तुसी प्यार दिंदे रहोगे मैं इदां ही गाउंदी रहूंगी एंड तुहानूं एंटरटेन करदी रहूंगी, थैंक यू सो मच। लाइना भी गा लो, नेकी और पुश पुश। मैं क्या ये ते गल होगी है कि भी पैसे तो पूरे करने ही ने ना, तुहानूं सिद्धे मैं क्या पैसे भी पूरे करने ने। ਤੈਨੂੰ ਗੋਰਿਆਂ ਹੱਥਾਂ ਦੀ
मिठी चूरी। थैंक यू सो मच। जोरदार ताड़ियां शिप्रा गोयल, क्योंकि इतनी इतनी खूबसूरत आवाज है ना, मतलब ट्रकों वाले गाने गाए ना तो उन्होंने जो ट्रक ही चला दी है। अच्छा जो कोई रोमांटिक गाए तो मेरे बड़ा मुहब्बत की होनी है इस कुड़ी ने। सो ये बड़ी बड़ी गल है कि तुम पानी जैसे हो जाओ, तुहाड़ा सुभाव पानी वर्गा हो जाए, और आर्टिस्ट जिहड़े ने पानी वर्गे होने चाहिए ने। जोरदार ताड़ियां गुरप्रीत कुकी जी के लिए, मतलब गुरुजन जैज़ी बी, one and only Jazzy B in the house, put it all together. But Jazzy, what? मैं तो Jazzy जो तो perform करने मेरा style ही बदल जाता है। गल करने दलों का लगा वही कोड़ी जड़ी पंजाबी बोल दी है। मतलब ऐसा feel आ जाता है बंदे ने, मतलब जान जी आ जाती है। I request Jazzy B to please come on stage. Please have a nice in the house, please. मैं seriously कह रही हूँ। अच्छा मतलब मैं कहनी हाँ कि असं जिम च कट्ठे होंगे, मैं तो खोजर का कभी छुट्टी कर लव, ऐ मुंडे ने कभी छुट्टी नहीं की। और मतलब जिन्नी देर तक जिम चो सारे बंदे चले, मैं कहूँ आप की कटना है कि आप जिम मुल लै लिए की चक्कर है भी जिम वाले ना कि फ्री च जिम देंगे ने। बट ही सो डेडिकेटेड एंड इज आइकन, ये वो मुंडा जिन्हें ट्रेंड सैट किया। और सब तो वड्डी गल जदों तुसी वो कहते होंगे कि हमेशा जीवते लोग जिहड़े इतिहास बनाते हैं, जो वाल रखो ना घर के कहते हैं कि तुसी मतलब बालों में किया, बट इन्हें पूरी दुनिया की गल सुन के सारे दुनिया के मुंडियां नूं बाल इदां दे करने ला दिते। दिस इज समथिंग अमेजिंग। और वो इन्हां दे हिस्से आया एंड मैं चाहवांगी कि तुहाडे हथों एक अवार्ड दिता जा रहा है, गोपाल सहगल मेमोरियल अवार्ड, एंड उस दे लई कॉमेडी दे विच मैं मंच ते सत्ता देवांगी उन्हां नूं जिन्होंने हसा हसा के की पापड़िया की भले की पकौड़िया सब कट्ठिया कर दी। जसविंदर भला जी, मोस्ट रिस्पेक्टेबल, जोरदार ताड़ियां। दो शब्द तो घट नहीं है, दो चार पांच पंद्रह शब्द जरूर कहो। इस इंडस्ट्री के साढ़े सारे सीनियर कलाकार, मेरे समकाली, मेरे जूनियर छोटे भीर भैन भरा, पहली बारी जसविंदर के हथों जसविंदर अवार्ड वालों। और एक कुड़ी तो साढ़े नाल कई फिल्मों के मेरी नूह बनी है, कदे कुछ बनी है तो सारे फनकार आए लगता जिम्मे साडा अज परिवार इकट्ठा होया। पर एक अवार्ड है जो कि तुहाडा सारिआं दा अवार्ड आ, जिन्हां दा प्यार मैनूं इत्थे तक लैके आया, और ये प्यार ही है जो अवार्ड के रूप के मैं अज रिसीव कर लग्या। मैं क्रैडिट दूंगा इत्थे तक पहुँचण लई सब तो वड्डा परमात्मा नूं, फिर अपने फैनस नूं, और अबा बाद मैं अपनी माँ नूं इस मौके पर जरूर याद करूँगा जिहदी बदौलत मैं इत्थे तक पहुँचिया। मेरी माँ ने मैनूं इस दुनिया ते लियाउण लई कोई गुरद्वारा, कोई मंदिर, कोई मसीत, कोई डेरा नहीं छड्डिया जिथे मत्था ना रगड़िया होवे। 21 साल मेरी माँ औलाद नूं तरसदी रही, पूरे 21 साल। जदों 22 साल दी होई फिर उहदा विआह मेरे पापे नाल होया, तां भला होया। तुसीं की सोचदे मैं सीरियस हो गया? मैं कि इन्ने अवार्ड मैं दित्ते ने इहनां नूं, अज कहड़ा अवार्डा च अवार्ड है? मैं रो रही हां ते खड़ी हो के कि इह गाणी मैं पहलां कदे नहीं सुनी, इह ते फिलम बनावांगी भला जी नाल। तो मतलब तुसीं तां कमाल ही करता, थैंक यू सो मच भला जी। मतलब रस्सी जल गई, चली गई, बल नहीं गया। थैंक यू सो मच, जोरदार ताड़ियां जसविंदर पर। मतलब रास्ता दिखाया, राह दिखाई,
बल्कि हौसला दिता, कॉन्फिडेंस दिता। और सब तो वड्डी गल मैनू ये दस्या कि जे बंदे कोल ज्ञान होवे, जे कोल हथियार पूरे होन, तां फिर लड़ाई कोई भी होवे उहनूं कोई हरा नहीं सकदा। मैं पढ़ना और लगातार पढ़ते रह के अपने आप को डूंगा करना एको शख्स को सीखा है, तो उसका नाम है गुरप्रीत कुकी। मैं चाहवांगी मंच पे सदा गुरप्रीत कुकी नूं। मैं एक इंटरव्यू, मेरी जीवन की तमन्ना है कि एक इंटरव्यू गुरप्रीत कुकी उन्हां दी मैं वो करनी है जिहड़ा गुरप्रीत मैं जानदी हूँ। आई एम ट्रूली ऑनर्ड टू। और अवार्ड है जी नंद लाल नूरपुरी अवार्ड, और इस दे लई ओ मुंडा जिसकी लेखनी च बड़ी ताकत है और जिसने पिंडा दा आम लोगों के जन जीवन का कारण है। मतलब वैसे तो ना आ देख लो, मैं कहनी हूँ मैं कमाल ही हो गई आज, मतलब क्या मेरे तुक्के तीन साथी हैं। योगराज सर की चल रहा प्रोग्राम, खुश होना तुसी। बस मैं तो किया ही नहीं सी का देख लो सी, जो कहता हूँ सिर्फ इधर ही सूट कर। मतलब आज तो अच्छा है कि हम लव ही ना खोलें, उन्हें हमारी हर बात ऐसी सी लगे है। सो ओ गल होगी बिल्कुल जी। हैप्पी रायकोटी जिन्हें बहुत वड्डा नाम और ऐसा लिखा जो आम लोगों का। सो अज नंद लाल नूरपुरी बल्ले नी पंजाब दी है शेर बची है यहोजे गीतों का रचायता कुकी भाजी वो बारे बोलेंगे, पर मैं चाहवागी कि पहला अवार्ड जोड़ा है हैप्पी रायकोटी उन्होंने जरूर दिता जाए। हैप्पी पहला दो शब्द मैं चाहवांगी, है ना, कितना सोहना नाम है ना हैप्पी। बंदा मतलब घर दे है ना, मतलब पहला घर दे इधर रख दिंदे सी, ज्योति मेरा नाम, हैप्पी, बिट्टू, हूँ रखने शुरू किए सोहने सोहने नाम। पर कितना सोहना नाम है जिसने पूरी दुनिया नु खुशी दा परचम दिता है। एक बारी बिल्कुल नामा ते बहुत कुछ डिपेंड करदा सी, आप कई बारी हसदे हुंदे आ कि नाम च ही सारा कुछ हुंदा, जे घर दे ने ना ही छिंदा रखदा ओह डीसी नहीं लग सकदा कदे। ਇਹਦੀ ਮੈਂ ਕਿਹਾ ਭੋਲਾ ਤਹਿਸੀਲਦਾਰ। ਸੋ ਕਹਿਣ ਦਾ ਮਤਲਬ ਇਹ ਜੀ ਕਿ ਹੈਪੀ ਰਾਏਕੋਟੀ ਬਾਰੇ ਸਿਰਫ ਇੱਕੋ ਹੀ ਸ਼ਬਦ, ਮੈਂ ਇੱਕੋ ਲਾਈਨ ਕਵਾਂਗਾ ਕਿ ਚਲੋ ਇਹ ਅਵਾਰਡ ਫੰਕਸ਼ਨ ਚੱਲਦੇ ਨੇ, ਸਾਰਾ ਕੁਛ ਬਹੁਤ ਖੂਬਸੂਰਤ ਹੈ, ਪਰ ਜੇ ਮੈਨੂੰ ਆਪਣੀ ਜ਼ਿੰਦਗੀ 'ਚ ਆਪਣੇ ਜੀਵਨ 'ਚ ਇੱਕੋ ਹੀ ਅਵਾਰਡ ਦੇਣਾ ਪਵੇ ਰਾਈਟਿੰਗ ਦੇ ਵਿੱਚ ਅੱਜ ਦੇ ਕਿਸੇ ਨੌਜਵਾਨ ਨੂੰ, ਤਾਂ ਹੈਪੀ ਰਾਏਕੋਟੀ ਤੋਂ ਉੱਪਰ ਮੇਰੀ ਜ਼ਿਹਨ 'ਚ ਕੋਈ ਨਾਮ ਨਹੀਂ ਆ ਸਕਦਾ। ਇੰਨੀ ਸਾਦਗੀ, ਇੰਨੀ ਖੂਬਸੂਰਤੀ, ਪਰ ਮੈਨੂੰ ਕਈ ਵਾਰੀ ਬਹੁਤ ਹੈਰਾਨੀ ਹੁੰਦੀ, ਕਈ ਵਾਰੀ ਗੱਡੀ 'ਚ ਨਿਆਣੇ ਜਦੋਂ ਨਾਲ ਸਟਾਫ ਦੇ ਬੈਠੇ ਗਾਣਾ ਲਾ ਦਿੰਦੇ, ਕੋਈ ਗਾਣਾ ਇੰਨਾ ਚੰਗਾ ਲੱਗਦਾ, ਕਾਲਜ ਨੂੰ ਧੂ ਜੀ ਪੈਂਦੀ, ਫਿਰ ਪੁੱਛੀ ਦਾ ਇਹ ਕਿਹਦਾ, ਕਹਿੰਦਾ ਭਾਅ ਜੀ ਇਹ ਵੀ ਰਾਏਕੋਟੀ ਦਾ ਹੀ ਹੈ। ਉਹ ਜਦੋਂ ਇਹ ਵੀ ਲਾ ਦਿੰਦੇ ਆ ਨਾ ਨਾਲ, ਤਾਂ ਕਮਾਲ ਹੋ ਜਾਂਦੀ। ਸਾਡੀ ਅਰਦਾਸ ਫਿਲਮ ਅਰਦਾਸ ਕਰਾਂ ਜਿੰਨੀਆਂ ਤੁਸੀਂ ਦੇਖੀਆਂ, ਇਸ ਦਾ ਬੈਕਬੋਨ ਆਫ ਦੋਜ਼ ਮੂਵੀਜ਼, ਕਿਉਂਕਿ ਸਾਰੇ ਖੂਬਸੂਰਤ ਜਿੰਨੇ ਵੀ ਉਹਦੇ 'ਚ ਪਿਆਰੇ ਪਿਆਰੇ ਗੀਤ ਨੇ ਰਾਏਕੋਟੀ ਉਹਨਾਂ ਦੇ ਲਿਖੇ ਹੋਏ ਨੇ। ਔਰ ਅੱਜ ਦੇ ਯੁੱਗ ਦੇ ਵਿੱਚ ਇੰਨਾ ਸਾਦਗੀ ਦੇ ਨਾਲ ਲਿਖਣਾ, ਔਰ ਛੋਟੀ ਜਿਹੀ ਗੱਲ 'ਚ ਬੜਾ ਕੁਛ ਕਹਿ ਦੇਣਾ, ਮੈਂ ਤੈਨੂੰ ਪਿਆਰ ਤਾਂ ਕਰਦੀ ਹਾਂ, ਦਿਲ ਟੁੱਟਣੋਂ ਡਰਦਾ ਹੈ, ਹੈਂ ਕਿਆ ਬਾਤ ਹੈ ਰਾਏਕੋਟੀ ਸਾਹਿਬ, ਦੋ ਸ਼ਬਦ ਸਾਂਝੇ ਕਰੋ ਪਲੀਜ਼। ਥੈਂਕ ਯੂ ਭਾਅ ਜੀ, ਮੈਨੂੰ ਤਾਂ ਇਹ ਅਵਾਰਡ ਵੈਸੇ ਹੀ ਵੱਡਾ ਮਿਲਦਾ ਕਿਉਂਕਿ ਭਾਅ ਜੀ ਦੇ ਹੱਥਾਂ ਤੋਂ ਮੈਨੂੰ ਮਿਲ ਰਿਹਾ। ਸੋ ਥੈਂਕ ਯੂ ਸਾਰੀ ਪੰਜਾਬੀ ਇੰਡਸਟਰੀ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ, ਅਤੇ ਬਹੁਤੀਆਂ ਗੱਲਾਂ ਨਹੀਂ, ਇੱਕ ਗੀਤ ਸੁਣਾ ਦਿੰਦਾ ਮੈਂ। ਇੱਕ ਹੁਣੇ ਮੇਰਾ ਲਿਖਿਆ ਹੋਇਆ ਗੀਤ ਤੁਸੀਂ ਸੁਣਿਆ ਹੋਊਗਾ ਕਿ ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਇਤਬਾਰ ਦੀ ਗੱਲ ਹੈ, ਤੇਰੇ ਤੇ ਹੱਕ ਸਮਝਦੇ ਨਾ ਕਿ ਹੰਕਾਰ ਦੀ ਗੱਲ ਹੈ, ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਮੈਂ ਤਾਂ ਹੀ ਐਵੇਂ ਨਹੀਂ ਮਿਲੀ ਤੁਹਾਡੇ ਵੀਰ ਦਾ, ਔਰ ਜਿੱਦਾਂ ਪਹਿਲਾਂ ਸਿਰਫ ਹੈਪੀ ਤੋਂ ਨਹੀਂ ਲੱਗਦਾ ਵੀ ਐਡੇ ਵਧੀਆ ਗੀਤ ਲਿਖਦਾ ਹੋਏਗਾ, ਹੈਪੀ ਦਾ ਅਸਲੀ ਨਾਂ ਕੋਈ ਹੋਰ ਹੈ ਵੈਸੇ, ਨਹੀਂ ਕਿਉਂ ਨਹੀਂ ਦੱਸਣਾ, ਲੈ ਦੱਸ। ਉਹ ਤਾਂ ਹੁਣ ਜੇ ਵਿਆਹ ਵੀ ਹੋ ਗਿਆ ਹੋਇਆ, ਪ੍ਰੋਗਰਾਮ ਵੀ ਤਾਂ ਰੱਖਿਆ ਦੱਸਣ ਵਾਸਤੇ ਵੀ ਸਭ ਇੱਕ ਦੂਜੇ ਦੇ ਦੱਸੋ, ਵਿਆਹ ਹੋ ਗਿਆ ਹੋਇਆ ਹੁਣ ਕੋਈ ਗੱਲ ਨਹੀਂ, ਕੁਛ ਨਹੀਂ ਟੁੱਟਦਾ ਹੁਣ, ਦੱਸਦੇ ਕੀ ਅਸਲੀ ਨਾਂ।
ਨਹੀਂ ਯਾਰ ਇਹ ਨਹੀਂ ਗੱਲ, ਮੈਂ ਫਿਰ ਉਦਾਂ ਹੀ ਦੱਸ ਦੇਣਾ ਆਪੇ ਹੀ। ਚਲੋ ਵੀ ਅਗਲਾ ਨਹੀਂ ਦੱਸਣਾ ਚਾਹੁੰਦਾ, ਪਰ ਮੈਂ ਸਮਝਦਾ ਕਿ ਅੱਜ ਦੇ ਬੱਚਿਆਂ ਨੂੰ ਲਿਖਣ ਤੋਂ ਪਹਿਲਾਂ ਨੌਜਵਾਨਾਂ ਨੂੰ ਘੱਟੋ ਘੱਟ ਇੱਕ ਸਾਲ ਰਾਏ ਕੋਟੀ ਨੂੰ ਸੁਣਨਾ ਚਾਹੀਦਾ ਕਿ ਲਿਖਣਾ ਕੀ ਚਾਹੀਦਾ। ਗੋਡ ਬਲੈਸ ਯੂ, ਗੋਡ ਬਲੈਸ ਯੂ। ਔਰ ਜਿੰਨਾ ਵਧੀਆ ਕੰਮ ਸੱਤੀ ਜੀ ਕਰ ਰਹੇ ਨੇ ਹੁਣ, ਮੈਂ ਇਸ ਗੱਲੋਂ ਡਰਦਾ, ਤਾਰੀਫ ਨਹੀਂ ਕਰਦਾ, ਪਹਿਲਾਂ ਮੇਰੀ ਇੰਨੀ ਤਾਰੀਫ ਕਰਕੇ ਉਹ ਲੋਕ ਕਹਿਣਾ ਵੀ ਆਪਸ ਹੀ ਵੰਡੀ ਜਾਂਦੇ ਰਿਓੜੀਆਂ। ਪਰ ਸਾਡੇ ਵਰਗੇ ਬੜੇ ਆਏ ਗਾਂ ਆਉਣਗੇ ਵੀ, ਪਰ ਓਨੈਸਟਲੀ ਦੱਸਿਓ ਪਿਛਲੇ 20 ਸਾਲਾਂ 'ਚ ਕੋਈ ਕੁੜੀ ਦੇਖੀ ਤੁਸੀਂ ਜਿਹੜੀ ਇੱਦਾਂ ਹੀ ਮੰਚ 'ਤੇ ਖੜੀ ਹੋਵੇ? ਔਰ ਉਹਨੇ ਰੋਕਿਆ ਨਹੀਂ ਕਿਸੇ ਨੂੰ ਵੀ ਤੁਸੀਂ ਨਾ ਆਓ, ਕਿਸੇ ਤੋਂ ਆਇਆ ਹੀ ਨਹੀਂ ਗਿਆ। ਇਸ ਫਰਕ ਹੀ ਇੰਨਾ ਪਾ ਕੇ ਵੀ ਪਿਛਲੇ 2500 ਕਿਲੋਮੀਟਰ ਪਿੱਛੇ ਰਹਿ ਗਈਆਂ, ਨਹੀਂ ਰਲਿਆ ਗਿਆ ਕਿਸੇ ਕੋਲੋਂ। ਤੁਹਾਨੂੰ ਵੀ ਸਲਾਮ ਹੈ ਜੀ, ਤੁਹਾਡੇ ਕੰਮ ਨੂੰ ਵੀ। ਪਰ ਇੱਕ ਛੋਟਾ ਜਿਹਾ ਮੈਂ ਹੋਰ, ਸਾਡਾ ਦੋਸਤ ਮਨਪ੍ਰੀਤ ਇਹ ਵੀ ਆ, ਇਹਦੇ ਲਈ ਤਾੜੀਆਂ ਮੁੰਡੇ ਲਈ, ਕਿੰਨਾ ਤੁਹਾਨੂੰ ਐਂਟਰਟੇਨ ਕਰਕੇ ਗਿਆ। ਇਹ ਸਿਆਣੇ ਸਾਹਮਣੇ ਨੂੰ, ਚੰਡੀਗੜ੍ਹ 'ਚ ਸਿਆਣੇ ਲੋਕਾਂ ਨੂੰ ਹਸਾਉਣਾ ਬੜਾ ਔਖਾ, ਤੂੰ ਇਹਨਾਂ ਨੂੰ ਹਸਾ ਹੀ ਜਾਂਦਾ। ਪਰ ਇਹਦੇ 'ਚ ਛੋਟੇ ਛੋਟੇ ਸ਼ੋਅਜ਼ ਜਿਹੜੇ ਰੋਜ਼ ਕਲਿੱਪ ਦੇਖੀਦੇ ਨੇ, ਇਹ ਇੱਦਾਂ ਦੀ ਓਨੈਸਟੀ ਜਿਹੜੀ ਹੈ ਪਰਫਾਰਮੈਂਸ ਦੇ ਵਿੱਚ ਉਹ ਕਿਤੇ ਕਿਤੇ ਹੁੰਦੀ। ਉਹਦੇ ਵੀ ਬੜੀ ਮਿਹਨਤ ਨਾਲ ਜਿੱਥੇ ਤੱਕ ਪਹੁੰਚੇ, ਪਹਿਲਾਂ ਉਹ ਆਪਣਾ ਸਪਲਾਈ ਦਾ ਕੰਮ ਵੀ ਹੁੰਦਾ ਸੀ ਵੀ ਦੇਖਿਆ ਨਾ, ਡੋਮੀਨੋਜ਼ ਦੇ ਵਿੱਚ, ਡੋਮੀਨੋਜ਼ ਦੇ ਵਿੱਚ ਪੀਜ਼ੇ ਦੇਣ ਜਾਂਦਾ ਹੁੰਦਾ ਸੀ ਘਰ, ਅੱਜ ਲਾਫਟਰ ਦੀ ਹੋਮ ਡਿਲੀਵਰੀ ਕਰਦੇ ਆ। ਇਸ ਕਰਕੇ ਦੱਸਣਾ ਬਹੁਤ ਜ਼ਰੂਰੀ ਹੁੰਦਾ ਕਿ ਹਰ ਬੰਦਾ ਕੋਈ ਸ਼ੋਹਰਤਾਂ ਦੌਲਤਾਂ ਲੈ ਕੇ ਨਹੀਂ ਜੰਮਦਾ, ਇਹਨਾਂ ਨੂੰ ਪੈਦਾ ਕਰਨਾ ਪੈਂਦਾ। ਤੁਹਾਡੇ ਸਾਹਮਣੇ ਮਿਸਾਲਾਂ ਹੀ ਖੜੀਆਂ ਸਾਰੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਗੋਡ ਬਲੈਸ ਯੂ, ਥੈਂਕ ਯੂ। ਜ਼ੋਰਦਾਰ ਤਾੜੀਆਂ। ਮੈਨੂੰ ਲੱਗਦਾ ਹਰ ਬੰਦੇ ਨੇ ਸੁਣਿਆ ਹੋਣਾ ਜਿਸਮਾਂ ਤੋਂ ਪਾਰ ਦੀ ਗੱਲ ਏ, ਇਹ ਜਿਹੜੀ ਤੇਰੇ ਮੇਰੇ ਪਿਆਰ ਦੀ ਗੱਲ ਏ। ਮੈਂ ਚਾਹੁੰਦੀ ਹਾਂ ਕਿ ਉਸ ਗੀਤ ਨੂੰ ਜਿਸ ਕੁੜੀ ਨੇ ਆਵਾਜ਼ ਦਿੱਤੀ ਹੈ, ਮੈਂ ਮੰਚ 'ਤੇ ਉਸ ਖੂਬਸੂਰਤ ਕੁੜੀ ਨੂੰ ਵੀ ਸੱਦਾ ਦੇਵਾਂ। ਇੱਕ ਸ਼ੋਕ ਅਲਜ਼ੀਰ ਦਾ ਭਰ ਬਦਨ, ਸਾਰੀ ਬਸਤੀ ਲਈ ਕਿਆਮਤ ਬਣੀ, ਸੂਰਜ ਵੀ ਦਿਨ ਭਰ ਆ ਕੇ ਖਲੋਤਾ ਰਿਹਾ, ਆਦਮੀ ਤਾਂ ਫਿਰ ਸੀ ਆਦਮੀ। ਜ਼ੋਰਦਾਰ ਤਾੜੀਆਂ ਦੇ ਨਾਲ ਸਰਗੀ ਮਾਨ। ਥੈਂਕ ਯੂ ਸੋ ਮਚ ਸਫਲ ਮੰਚ ਦਾ ਭਾਜੀ ਬਹੁਤ ਨਹੀਂ ਸੁਣੇ ਕਿਸੇ ਨੇ, ਸੋ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹ ਗੀਤ ਅੱਗੇ ਲੈ ਕੇ ਆਵਾਂ। ਸੋ ਉਹਨਾਂ ਵਿੱਚੋਂ ਮੇਰਾ ਇੱਕ ਪਸੰਦੀਦਾ ਗੀਤ ਮੈਂ ਤੁਹਾਡੇ ਨਾਲ ਸ਼ੇਅਰ। ਮੋੜੇਗਾ ਕਦ ਮੋਹਾਰਾ ਮਹਿਰਮ ਦੇਣਾ ਦੇ ਮਾਹੀ, ਮੋੜੇਗਾ ਕਦ ਮੋਹਾਰਾ ਦਿਨ ਰਾਤ ਤੜਫ
ਦ੍ਰਿਸ਼ ਨਾਲ ਲੈ ਲਿਆ ਸੀ ਪਹਿਲਾਂ ਜਿਹੜੇ ਤੁਸੀਂ ਪੈਸੇ ਭੇਜੇ ਸੀਗੇ ਮੈਂ ਤੁਹਾਨੂੰ ਕਿਹਾ ਵੀ ਹੋ ਗਈ ਗੱਲ ਗੱਲ ਖਤਮ ਅੱਛਾ ਅੱਜ ਦੀ ਇਸ ਸ਼ਾਮ ਦੇ ਵਿੱਚ ਜਿਹੜਾ ਸਨਮਾਨ ਦੇ ਜਾ ਰਹੇ ਹਾਂ ਉਹ ਮੇਰੇ ਕਿਉਂਕਿ ਇਹ ਨਾ ਸਨਮਾਨ ਜਿਹੜੇ ਨੇ ਆਰਟਿਸਟਾਂ ਦੇ ਨਾਮ 'ਤੇ ਗਿੱਪੀ ਗਰੇਵਾਲ ਸਾਹਿਬ ਜ਼ੋਰਦਾਰ ਤਾੜੀਆਂ ਸਾਡੀ ਪੰਜਾਬੀ ਇੰਡਸਟਰੀ ਦਾ ਪ੍ਰੋਡਿਊਸਰ ਹੀਰੋ ਜਿਸਨੇ ਪੰਜਾਬੀ ਇੰਡਸਟਰੀ ਨੂੰ ਇਹ ਦੱਸ ਦਿੱਤਾ ਬਿਜ਼ਨਸ ਕਰਨਾ ਕਿਵੇਂ ਹੈ ਇਹ ਬੜੀ ਵੱਡੀ ਗੱਲ ਸੀ ਨਹੀਂ ਤਾਂ ਅਸੀਂ ਆਰਟਿਸਟ ਹੀ ਬਣ ਕੇ ਰਹਿ ਗਏ ਤੁਸੀਂ ਇਹ ਦੱਸਿਆ ਵੀ ਨਹੀਂ ਇਹਦੇ 'ਚੋਂ ਵੀ ਪੈਸੇ ਕਮਾਉਣੇ ਨੇ ਇਹ ਸਮਝ ਤੁਸੀਂ ਦਿੱਤੀ ਇਹ ਬੜੀ ਵੱਡੀ ਗੱਲ ਹੈ ਇਹ ਵੀ ਇੱਕ ਰਾਹ ਕਿਸੇ ਨੂੰ ਬਣਾਉਣਾ ਸੀ ਤੁਸੀਂ ਇਸ ਨੂੰ ਸਾਡੇ ਸਾਰਿਆਂ ਲਈ ਸਮਝ ਦਾ ਵਾਇਸ ਬਣਾਇਆ ਉਹਦੇ ਲਈ ਵੀ ਇੰਡਸਟਰੀ ਹਮੇਸ਼ਾ ਇਤਿਹਾਸ ਦੇ ਪੰਨਿਆਂ 'ਚ ਤੁਹਾਡਾ ਨਾਮ ਹੈ ਸੋ ਅੱਜ ਦੇ ਇਸ ਮੰਚ ਤੋਂ ਜਿਹੜਾ ਅਗਲਾ ਅਵਾਰਡ ਹੈ ਉਹ ਉਹਨਾਂ ਦਾ ਹੈ ਜਿਨ੍ਹਾਂ ਫਨਕਾਰਾਂ ਨੇ ਬਹੁਤ ਵੱਡਾ ਨਾਮ ਕਮਾਇਆ ਔਰ ਕਿਧਰੇ ਜਦੋਂ ਬੰਦਾ ਕੀ ਕਹਿੰਦੇ ਹਵਾ ਹੌਲੀ ਹੌਲੀ ਉਹਨਾਂ ਨੂੰ ਹਰਫ 'ਚੋਂ ਮਿਟਾ ਦਿੰਦੀ ਹੈ ਪਰ ਅੱਜ ਉਸ ਮੰਚ ਦੇ ਉੱਤੋਂ ਉਹਨਾਂ ਫਨਕਾਰਾਂ ਦੇ ਨਾਮ ਦੇ ਉੱਤੇ ਰੱਖੇ ਗਏ ਨੇ ਇਹ ਅਵਾਰਡ ਤਾਂ ਕਿ ਉਹਨਾਂ ਨੂੰ ਵੀ ਯਾਦ ਕੀਤਾ ਜਾਏ ਸੋ ਉਹ ਫਨਕਾਰ ਜਿਹੜਾ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਜਿਹਦੇ ਫਨਕਾਰ ਗਾਣੇ ਗਾ ਗਾ ਕੇ ਹਿੱਟ ਹੁੰਦੇ ਰਹਿਣਗੇ ਜਿਨ੍ਹਾਂ 'ਚੋਂ ਜੈਜ਼ੀ ਬੀ ਵੀ ਇੱਕ ਨੇ ਕੁਲਦੀਪ ਮਾਣਕ ਅਵਾਰਡ ਔਰ ਉਸਦੇ ਲਈ ਮੈਂ ਮੰਚ 'ਤੇ ਸੱਦਾ ਦੇਵਾਂਗੀ ਜੈਜ਼ੀ ਬੀ ਨੂੰ ਅਫਕੋਰਸ ਇਹਨਾਂ ਦਾ ਹੱਕ ਬਣਦਾ ਕਿਉਂਕਿ ਇਹਨਾਂ ਨੇ ਨਾ ਸਿਰਫ ਉਸ ਪਰੰਪਰਾ ਨੂੰ ਉਹਨਾਂ ਦੇ ਗਾਣਿਆਂ ਨੂੰ ਬਲਕਿ ਉਸ ਵਣਗੀ ਨੂੰ ਅੱਗੇ ਕੀਤਾ ਹੈ ਮਨੀਸ਼ ਸਾਨੀ ਜੀ ਚਰਨਜੀਤ ਆਹੂਜਾ ਜੀ ਗੁਰਵਿੰਦਰ ਸਿੰਘ ਔਰ ਲਾਡੀ ਕਾਂਗੜ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ ਔਰ ਇਹ ਵੀ ਮੁੰਡੇ ਲਾਡੀ ਵਰਗੇ ਮੁੰਡੇ ਜਿਹੜੇ ਨੇ ਸਪਨ ਲਾਡੀ ਇਹਨਾਂ ਨੇ ਇਹ ਸਾਰਾ ਦਿਨ ਮਿਹਨਤ ਕਰਦੇ ਰਹਿੰਦੇ ਨੇ ਔਰ ਇਹਨਾਂ ਨੇ ਰਲ ਕੇ ਇਹ ਅਵਾਰਡ ਕਰਾਏ ਨੇ ਬੜੀ ਵੱਡੀ ਗੱਲ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀ ਇਹਨਾਂ ਸਾਰੇ ਮੁੰਡਿਆਂ ਦੇ ਨਾਮ ਦੇ ਉੱਤੇ ਸਚਿਨ ਆਹੂਜਾ ਜੀ ਨੂੰ ਮੈਂ ਕਹਾਂਗੀ ਕਿ ਉਹ ਆ ਜਾਣ ਮਨੀਸ਼ ਸਾਨੀ ਜੀ ਆਏ ਨਹੀਂ ਸਾਨੀ ਸਾਹਿਬ ਕੁਲਦੀਪ ਮਾਨਕ ਅਵਾਰਡ ਔਰ ਅਵਾਰਡ ਦੇਣ ਦੇ ਲਈ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ ਸਾਨੀ ਸਾਹਿਬ ਕਹਿੰਦੇ ਵੀ ਫਿਲਮ ਦਾ ਪ੍ਰੀਮੀਅਰ ਹੈ ਲੇਟ ਜਾਵਾਂਗਾ ਥੋੜ੍ਹਾ ਕੁਲਦੀਪ ਮਾਨਕ ਅਵਾਰਡ ਐਂਡ ਆਮ ਸੋ ਆਨਰਡ ਟੂ ਕਾਲ ਅਪਨ ਸਟੇਜ ਫਾਰ ਦਾ ਅਵਾਰਡ ਕੁਲਵਿੰਦਰ ਬਿੱਲਾ ਪੁਰੀ ਆ ਟੁਗੇਦਰ ਮੇਰਾ ਦੇਸ ਹੋਵੇ ਪੰਜਾਬ ਔਰ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀਅਤ ਦੀ ਰੂਹ ਦੇ ਨਾਲ ਸ਼ੁਰੂਆਤ ਕਰਨ ਵਾਲਾ ਜੋ ਮੁਸਲਸਲ ਉਸ ਇੱਕ ਪੰਜਾਬ ਦੀ ਰੂਹ ਨੂੰ ਅੱਜ ਵੀ ਆਪਣੇ ਗੀਤਾਂ ਦੇ ਵਿੱਚ ਜਿਉਂਦਾ ਰੱਖਿਆ ਹੋਇਆ ਇਸ ਅਵਾਰਡ ਦੇ ਲਈ ਅੱਜ ਕੁਲਵਿੰਦਰ ਬਿੱਲਾ ਜੀ ਕੁਲਦੀਪ ਮਾਣਕ ਅਵਾਰਡ ਮੈਂ ਰਿਕੁਐਸਟ ਕਰਾਂਗੀ ਜੈਜ਼ੀ ਬੀ ਨੂੰ ਮਨੀਸ਼ ਸਾਨੀ ਜੀ ਚਰਨਜੀਤ ਆਹੂਜਾ ਜੀ ਗੁਰਵਿੰਦਰ ਸਿੰਘ ਔਰ ਲਾਡੀ ਨੂੰ ਕਿ ਉਹ ਇਹ ਅਵਾਰਡ ਉਹਨਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਡਿਆਂ ਨੂੰ ਛੋਟਿਆਂ ਨੂੰ ਵੈਲਕਮ ਜੀਆਂ ਨੂੰ ਆਖਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਵਾਰਡ ਇਹ ਬਹੁਤ ਵੱਡਾ ਅਵਾਰਡ ਹੈ ਕੁਲਦੀਪ ਮਾਨਕ ਸਾਹਿਬ ਜਿਨ੍ਹਾਂ ਨੂੰ ਅੱਜ ਦੀ ਇੰਡਸਟਰੀ ਦੇ ਕੋਈ ਵੀ ਆਰਟਿਸਟ ਨਹੀਂ ਹੋਊਗਾ ਕਿ ਕੋਈ ਵੀ ਪ੍ਰੋਗਰਾਮ ਲਾਉਂਦੇ ਤੇ ਮਾਨਕ ਸਾਹਿਬ ਦਾ ਗੀਤ ਨਾ ਗਾਇਆ ਜਾਵੇ ਤਾਂ ਅਧੂਰਾ ਹੁੰਦਾ ਪ੍ਰੋਗਰਾਮ ਅਤੇ ਅਵਾਰਡ ਜਦੋਂ ਮੈਨੂੰ ਲੱਗਿਆ ਵੀ ਅਵਾਰਡ ਸ਼ਾਇਦ ਮੈਨੂੰ ਦੇਣਾ ਸੱਚੀ ਗੱਲ ਦੱਸਾਂ ਤਾਂ ਫਿਰ ਮੈਨੂੰ ਲੱਗਿਆ ਕਿਤੇ ਜੈਜੀ ਬਾਜੀ ਜੇ ਨਾ ਉੱਪਰ ਆਏ ਸਟੇਜ 'ਤੇ ਫਿਰ ਮੈਨੂੰ ਅਵਾਰਡ ਹੈ ਮੈਨੂੰ ਅਧੂਰਾ ਰਹਿ ਜਾਣਾ ਸੀਗਾ ਪਰ ਥੈਂਕ ਯੂ ਸੋ ਮੱਚ ਬਹੁਤ ਬਹੁਤ ਮੁਹੱਬਤ ਪਿਆਰ ਇਸ ਵਾਰ ਦੇ ਜੇ ਮੈਨੂੰ ਲਾਇਕ ਸਮਝਿਆ ਸਭ ਤੋਂ ਬਹੁਤ ਬਹੁਤ ਥੈਂਕਸ ਕਰਦਾ ਮੇਰੇ ਵੀਰ ਸਪਨ ਬਾਈ ਜੀ ਨੂੰ ਜਿਨ੍ਹਾਂ ਨੇ ਇਹ ਅਵਾਰਡ ਕਰਵਾਇਆ ਅਤੇ ਉਹਦੇ ਲਈ ਆਪਾਂ ਸਾਰੇ ਉਸ ਮੇਰੇ ਵੀਰ ਨੂੰ ਆਪਾਂ ਹੱਲਾਸ਼ੇਰੀ ਦੇਈਏ ਅਤੇ ਅੱਗੇ ਤੋਂ ਵੀ ਇੱਦਾਂ ਦੇ ਅਵਾਰਡ ਹੋਣ ਅਤੇ ਨਾਲ ਹੀ ਜੈਜੀ ਬਾਜੀ ਜੇ ਮਾਨਕ ਸਾਹਿਬ ਦੀ ਗੱਲ ਕਰੀਏ ਤਾਂ ਮਾਨਕ ਸਾਹਿਬ ਦੀ ਕਲੀ ਨਾ ਦੋ ਸ਼ਬਦ ਗਾਏ ਜਾਣ ਫਿਰ ਗੱਲ ਕਾਹਨੂੰ ਬਣਨੀ ਪਲੀਜ਼ ਤੁਸੀਂ ਨਾ ਆਓ ਤੇਰੇ ਟਿੱਲੇ ਤੋਂ ਸੁਰਤ ਦੀ ਦੀਆ ਹੀਰ ਜੀ ਆਓ ਲਵੇ ਕੀ ਗੋਰਖਾ ਉੱਡਦੀ ਹੈ ਫੁਲਕਾਰੀ ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਰਜੀਆਂ ਸਦਕੇ ਉਹ ਠੋਟੀ ਦੇ ਵਿੱਚ ਨਾ ਪਤਲੀ ਨਾ ਭਾਰੀ ਥੈਂਕ ਯੂ ਸੋ ਮਚ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਐਵਰੀਬਡੀ ਮੈਂ ਅਜੇ ਉਦੋਂ ਲਿਸ਼ਕਾਰਾ ਪਹਿਲੇ ਇੱਕ ਦੋ ਐਪੀਸੋਡ ਕੀਤੇ ਸੀ ਅਤੇ ਲਾਅ ਫਸਟ ਈਅਰ 'ਚ ਪੜ੍ਹਦੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਜਦੋਂ ਮੈਂ ਇੰਡਸਟਰੀ 'ਚ ਆਈ ਸੀ ਅਤੇ ਮੇਰਾ ਪਹਿਲਾ ਸ਼ੋਅ ਜਿਹੜਾ ਸੀਗਾ ਉਹ ਮੈਂ ਜੈਜ਼ੀ ਹੁਣਾਂ ਦੇ ਨਾਲ ਅਸੀਂ ਅਮੈਰੀਕਾ ਕੈਨੇਡਾ ਕੀਤੇ ਸੀ ਮਤਲਬ ਅੱਜ ਵੀ ਸੁਪਰ ਸਟਾਰ ਨੇ ਉਦੋਂ ਵੀ ਸੁਪਰ ਸਟਾਰ ਸਨ
मैं बिल्कुल नवी जी कुड़ी सा, पर इन्होंने इन्ना हौसला वधाया सीगा और मैं उदो देखा भी लोग फैन फॉलोइंग की होंगी है। मेरे लिए पहला तजर्बा सी, पंजाब मैं बहुते शो किए नहीं सी, सीधा ही मैंने कैनेडा तो अमेरिका लै गए, जो अमेरिका जिमें लैके गए सी वो भी एक कहानी है जो जो किसी एपीसोड च दसांगे। बट उदो मैं वेख्या सी कि लोग आर्टिस्टा दे फैन किस तरह के होंगे, वो मेरा पहला तजर्बा जैज़ी बी होना दे नाल सीगा। सो एक बारी जोरदार ताड़ियाँ जैज़ी होना दे दी। सरबजीत चीमा जी सी उस टूर दे विच और अमेरिका ये सानू लैके गए सी, बिट्टी जी सीगे। सो असी सारिया ने मेरा वो एज अ आर्टिस्ट फर्स्ट एक्सपीरियंस सीगा, पर मेरे लिए बड़ा शानदार सी। कहते समंदर जिसको देना हो वो कतरा नहीं देता, समंदर जिसको देना हो उसको कतरा नहीं देता, खुदा अपने चहेते को कभी दुनिया नहीं देता। वो दुनिया तो ऊपर दी चीज़ देता है, और फनकारा नू ना उन्हें दुनियादारी नहीं दिती। दुनियादारी च सारे आर्टिस्ट तंग ही रहिंदे ने बहुते, क्योंकि दुनियादारी तो ऊपर दी चीज़ देता है। तो जो वो कहते कि जो तुसी शेरनी का दुध रखना होवे ते भांडे भी सोने दे होने चाहिए ने। सो तुसी तमाम लोग जिन्होंने परमात्मा ने सोने दे भांडिया नाल नवाजिया है, अज की इस शाम दे विच खूबसूरत शाम नू असी मुकम्मल कर रहे हैं। और नैक्सट अवार्ड जिहड़ा है उसके लिए मैं मंच ते सदा देवांगी संदीप सिद्धू ते जसप्रीत बराड़ होना नू, और प्राइड ऑफ पंजाबी सिनेमा, पंजाबी सिनेमे दा माण जे किसी शख्स नू किया जा सकता है जिसने एक लंबा समा अदाकारी दे विच, मैं कहनी हूँ हमेशा इंस्टीट्यूट ऑफ एक्टिंग, पोइट्री, ड्रामा, और उस तो वड्डी गल कि इंसान किन्ने वड्डे ने, ये बड़ी वड्डी गल है। सो मैं मंच ते सदा देवांगी संदीप सिद्धू, जसप्रीत बराड़ जी नू और उना दे नाल सरबजीत चीमा जी नू। सरबजीत चीमा जी, मैं अच्छा सैल्फी खिंचदे सी आज, जरूरी है स्नैपचैट पाती है? लाडी कांगड़ कितने है? लाडी स्नैपचैट पाती कि नहीं सारे अंदी? वो शख्स जिसने दूरदर्शन के चैंपियन तो पटका बन के शुरुआत की थी, और मैं ना मैं तुम दस मैं हमने फिल्म की थी रेडुआ टू योगराज जी ते गुरमित, वैसे मैं घट ही फिल्म ऑफर हुई ने, मतलब मैं पहला भी कहा गिप्टी उन्होंने भी इन्होंने लगता कि वो मतलब इन्ना महंगा आर्टिस्ट किमें असी रखी, पर मैं वो फिल्म की रेडुआ टू तो वो मैं पहली बार देखा इन्हों का ना घर बनता सी, मैं दस दी पहले घर बनता सी ते साढ़े सीन सी इदा मंजे पे ने असी चारे पुराने जमाने च जाके कि मतलब 1910 च डिग गए, लम्बे पे ने लत्ता ला रहे, हाँ टैला हो गई अच्छा भेजी दे नहीं फोटो तू, नहीं नहीं फोटो भेज, फोटो फोटो भेज, अच्छा टैला नीला रंग क्या सी तेनू, तेनू नीला रंग क्या सी तू डर, अच्छा दूजे का फोन आ गया भाजी 12 बजे तक पहुँचे नहीं एसी, तो भाजी अज भी नहीं लगनी एसी, शॉर्ट रेडी ओ अच्छा भाजी आ गया, हाँ जी दसो ना ले मतलब मैं भाजी तो मैं क्या यार मैनू ये नहीं समझ लगी ए जड़ी करंट वाली तार है मैं दवो, मैं जिनी फिल्म की ना इन्होंने गोडिया के कोल बैक बैठी, मैं क्या आ जड़ी आर्ट है ना इस ट्रांसफॉर्मेशन ना, अच्छा भाभी का भी फोन आ जाता सी डरते बहुत ने ना ही आ जाता सर जी मैं भी सैट पर आना यार सैट पर आना हूँ नहीं सैट पर आना, मैं क्या आन दो यार इन्नी काम ने सतिंदर तेन की पता है, अच्छा 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 ओ अच्छा शॉर्ट रेडी अच्छा ओके हजूर थोड़े मैं बिल्कुल सामने खड़ा हाँ, मैं क्या भी है मैं किसी आर्टिस्ट नहीं देखा, जोरदार ताड़िया के नाल गुरप्रीत को गिव प्राइड ऑफ पंजाबी सिनेमा, प्लीज जोरदार ताड़िया के नाल, आई वांट एवरीबॉडी प्लीज पुट योर हैंड टुगेदर, व्हाट एन अ प्राउड मोमेंट टू बी ऑनर्ड, नहीं सच्ची है तुहानू दसना नहीं मैं तुहानू सच्ची पूरा घर तुसी फिल्म च बनाया पूरा घर इन्होंने उत्थे बह के फिल्म से बनाया, मैंने तो कली कली इट पता है भी इन्होंने किने कोने च की असीं सुनदे सा गल्लां, प्लीज़ मैं चीमा साहब नूं रिक्वेस्ट करांगी उन्होंने नाल संदीप जी नूं कि वो अवार्ड देणगे।
ਬਾਕੀ ਗੱਲ ਆਪਾਂ ਫੋਨ ਤੇ ਕੱਢ ਲਾਂ ਗਿਆ ਲੋ ਤੁਸੀਂ ਹੁਣ ਬੋਲੋ ਬਹੁਤ ਸ਼ੁਕਰੀਆ ਜੀ ਔਰ ਇਹ ਅਵਾਰਡ ਨਹੀਂ ਹੈ ਸਿਰਫ ਇਹ ਪਿਛਲੇ 30 ਸਾਲਾਂ ਦਾ ਰਿਵਾਰਡ ਹੈ ਜਿਹੜਾ ਇੰਨੇ ਸਾਲਾਂ ਤੋਂ ਆਪਾਂ ਲੱਗੇ ਹੋਏ ਮਿਹਨਤ ਕਰ ਰਹੇ ਹਾਂ ਇਹ ਰਿਵਾਰਡ ਹੈ ਔਰ ਕਈਆਂ ਨੂੰ ਲੱਗਦਾ ਹੋਣਾ ਜੁਗਾੜ ਹੈ ਇਹਨੇ ਕਹਿ ਗਵਾ ਕੇ ਲਿਆ ਪਰ ਇਹ ਨਾ ਮੈਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਪਹਿਲੀ ਗੱਲ ਤਾਂ ਅਵਾਰਡ ਤੁਹਾਡੇ ਨਾਲ ਮੈਚ ਕਿੰਨਾ ਕਰਦਾ ਇਹ ਲੱਗਦਾ ਨਹੀਂ ਵੀ ਇਹਨੂੰ ਸੱਤੀ ਭੈਣ ਉਹੀ ਤਾਂ ਮੈਂ ਕਹਿ ਰਿਹਾ ਰਿੰਗ ਜੀ ਫੜਾ ਦਈਏ ਤਾਂ ਤੁਹਾਡਾ ਹੀ ਹੈ ਚਲੋ ਖੈਰ ਮੈਂ ਇਸ ਅਵਾਰਡ ਦੇ ਨਾਲ ਨਾ ਇੱਕ ਇਤਿਹਾਸ ਵੀ ਦੇਖ ਰਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਦਿਨ ਇਸ ਪੰਜਾਬ ਦੇ ਵਿੱਚ ਇਸ ਲੈਵਲ ਦੇ ਅਵਾਰਡ ਹੋਣੇ ਸ਼ੁਰੂ ਹੋਏ ਸੀ ਸੱਤੀ ਜੀ ਵੀ ਗਵਾਹ ਨੇ ਇਸ ਗੱਲ ਦੇ ਜਦੋਂ ਪਹਿਲੇ ਪਹਿਲੇ ਨਵੇਂ ਨਵੇਂ ਸੈਟੇਲਾਈਟ ਚੈਨਲਸ ਆਏ ਸੀ ਤੇ ਇਸ ਪੰਜਾਬ ਦੇ ਵਿੱਚ ਪਹਿਲਾ ਅਵਾਰਡ ਫੰਕਸ਼ਨ ਪਤਾ ਹੀ ਨਹੀਂ ਕਿੰਨੇ ਸਾਲ ਪਹਿਲਾਂ ਮੈਂ ਐਂਕਰ ਕੀਤਾ ਸੀ ਉਹਦੇ ਇੱਕ ਦੌਰ ਸ਼ੁਰੂ ਹੋਇਆ ਸੀ ਔਰ ਅੱਜ ਜਿਸ ਮਕਾਮ ਤੇ ਮੈਂ ਦੇਖ ਰਿਹਾ ਕਿ ਪੰਜਾਬੀ ਸਿਨੇਮੇ ਦੇ ਪੰਜਾਬੀ ਗਾਇਕੀ ਦੇ ਐਡੇ ਵੱਡੇ ਅਵਾਰਡਸ ਹੋ ਰਹੇ ਨੇ ਔਰ ਸਾਡੇ ਕੋਲ ਇੰਨਾ ਟੈਲੈਂਟ ਭਰਿਆ ਪਿਆ ਇਸ ਵੇਲੇ ਸਾਹਮਣੇ ਇਹ ਮੈਂ ਸਾਰੀ ਟਰਾਂਸਫੋਰਮੇਸ਼ਨ ਪੰਜਾਬ ਦੀ ਆਪਣੀ ਅੱਖਾਂ ਨਾਲ ਦੇਖੀ ਹੈ ਔਰ ਪੰਜਾਬ ਦੀ ਪਹਿਲੀ ਜਿਹੜੀ ਮਾਡਰਨ ਸਿਨੇਮਾ ਦੀ ਜਿਹੜੀ ਫਿਲਮ ਸੀ ਜੀ ਆਇਆਂ ਨੂੰ ਉੱਥੋਂ ਮੈਂ ਸ਼ੁਰੂ ਕੀਤਾ ਸੀ ਆਪਣਾ ਕਰੀਅਰ ਉਸ ਫਿਲਮ ਤੋਂ ਲੈ ਕੇ ਅੱਜ ਤੱਕ ਜੋ ਮੈਂ ਗਰੋਥ ਦੇਖੀ ਹੈ ਮੈਂ ਤੁਹਾਡਾ ਸਾਰਿਆਂ ਦਾ ਆਪਣੀ ਆਡੀਅੰਸ ਦਾ ਹਮੇਸ਼ਾ ਰਿਣੀ ਰਹਾਂਗਾ ਧੰਨਵਾਦ ਕਰਦਾ ਕਿ ਪੰਜਾਬੀ ਸਿਨੇਮੇ ਨੂੰ ਵੀ ਅਸੀਂ ਇੱਕ ਬੜੇ ਔਖੇ ਦੌਰ ਚੋਂ ਕੱਢਿਆ ਔਰ ਸਲਾਮ ਉਹਨਾਂ ਕਲਾਕਾਰਾਂ ਨੂੰ ਜਿਹੜੇ ਪੰਜਾਬ ਦੇ ਖਰਾਬ ਹਾਲਾਤਾਂ ਦੇ ਵਿੱਚ ਵੀ ਸਿਨੇਮਾ ਕੈਰੀ ਕਰਦੇ ਰਹੇ ਜਿਨ੍ਹਾਂ ਨੇ ਸਿਨੇਮਾ ਨਹੀਂ ਮਰਨ ਦਿੱਤਾ ਉਹਨਾਂ 'ਚੋਂ ਬਹੁਤ ਸਾਰੀਆਂ ਜਾਨਾਂ ਵੀ ਗਈਆਂ ਪਰ ਸਿਨੇਮਾ ਨਹੀਂ ਉਹਨਾਂ ਨੇ ਮਰਨ ਦਿੱਤਾ ਅਸੀਂ ਉਹਨਾਂ ਨੂੰ ਅੱਜ ਸਜਦਾ ਕਰਦੇ ਹਾਂ ਜਿਨ੍ਹਾਂ ਦੇ ਉਸ ਸਿਰੜ ਦੇ ਉੱਤੇ ਅੱਜ ਪੰਜਾਬੀ ਸਿਨੇਮਾ ਖੜ੍ਹਾ ਔਰ ਉਦੋਂ ਇੱਕ ਦੌਰ ਉਸ ਤੋਂ ਪਿਛਲਾ ਦੌਰ ਵੀ ਸੀਗਾ ਜਦੋਂ ਪੰਜਾਬੀ ਦੇ ਨਾਂ 'ਤੇ ਪੰਜਾਬੀ ਨਾਲ ਧੱਕਾ ਹੋ ਰਿਹਾ ਸੀ ਉਦੋਂ ਪੰਜਾਬੀ ਫਿਲਮਾਂ 'ਚ ਪੰਜਾਬੀ ਆਰਟਿਸਟ ਵੀ ਨਹੀਂ ਸੀ ਹੁੰਦੇ ਜਿਹੜੇ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਸੀ ਉਦੋਂ ਪੰਜਾਬੀ ਵੀ ਇੱਦਾਂ ਬੋਲੀ ਜਾਂਦੀ ਸੀ ਹਾਏ ਹਾਏ ਕਦੋਂ ਦੀ ਪਿਕਾਨੀ ਆ ਕੁੜੀ ਦੀ ਉਮਰ ਲੰਘਦੀ ਜਾ ਰਹੀ ਹੈ ਚੰਗਾ ਮੁੰਡਾ ਕੋਈ ਨਹੀਂ ਲੱਭਣਾ ਉਹ ਵੀ ਕਹਿੰਦਾ ਸੀ ਵੇਖ ਕਰ ਨਾ ਕਰ ਲਾਜੋ ਦੀ ਮਾਂ ਮੈਂ ਆਪਣੇ ਲਾਜੋ ਧੀ ਵਾਸਤੇ ਇਹੋ ਜਿਹਾ ਮੁੰਡਾ ਲਵਾਂਗਾ ਇਹੋ ਜਿਹਾ ਮੁੰਡਾ ਲਵਾਂਗਾ ਸਾਰਾ ਪਿੰਡ ਵੇਖਦਾ ਰਹਿ ਜਾਏਗਾ ਉਸ ਦੌਰ ਤੋਂ ਅੱਜ ਦੇ ਦੌਰ ਤੱਕ ਆਉਣਾ ਬੜਾ ਲੰਮਾ ਸਫ਼ਰ ਹੈ ਬੜੀ ਮਿਹਨਤ ਕੀਤੀ ਹੈ ਸਾਡੇ ਸਿਨੇਮੇ ਨੇ ਸਾਡੀ ਮੌਸੀਕੀ ਨੇ ਤੁਹਾਡਾ ਸਾਰਿਆਂ ਦਾ ਉਹਦੇ ਵਾਸਤੇ ਕੋਟ ਕੋਟ ਧੰਨਵਾਦ ਔਰ ਇਸ ਅਵਾਰਡ ਲਈ ਜਿੱਦਾਂ ਭੱਲਾ ਸਾਹਿਬ ਨੇ ਆਪਣੀ ਮੰਮੀ ਜੀ ਨੂੰ ਕ੍ਰੈਡਿਟ ਦਿੱਤਾ ਹੈ ਮੈਂ ਬੱਚਿਆਂ ਦੀ ਮੰਮੀ ਨੂੰ ਦੇਣ ਲੱਗਾ ਜਿਹਨੇ ਇੰਨਾ ਬਰਦਾਸ਼ਤ ਕੀਤਾ ਸਾਨੂੰ ਔਰ ਭੱਲਾ ਸਾਹਿਬ ਨੇ ਦੱਸਿਆ ਚਲੇ ਗਏ ਵੀ ਕਹਿੰਦੇ 21 ਸਾਲ ਮੇਰੀ ਮਾਂ ਨੇ ਸਬਰ ਰੱਖਿਆ ਉਸ ਤੋਂ ਬਾਅਦ ਉਹਨਾਂ ਦੇ ਘਰ ਭੱਲਾ ਪੈਦਾ ਹੋਇਆ ਮੈਂ ਕਿਹਾ ਫਿਰ ਵਾਕਈ ਮਾਂ ਨੂੰ ਸਜਦਾ ਕਰਨਾ ਬਣਦਾ ਜਿਹਨੇ ਇਹ ਗੱਲ ਯਾਦ ਰੱਖੀ 21 ਸਾਲਾਂ ਦੀ ਹੋ ਕੇ ਕਿਤੇ ਭੁੱਲ ਹੀ ਨਹੀਂ ਗਈ ਵੀ ਭੱਲਾ ਵੀ ਜੰਮਣਾ ਇਹਦੇ ਜਸਵਿੰਦਰ ਭੱਲਾ ਕਿਤੇ ਜਸਵਿੰਦਰ ਭੁੱਲਾ ਹੋਣਾ ਸੀ ਅੱਜ ਥੈਂਕ ਯੂ ਜੀ ਚਲੇ ਗਏ ਭਾਜੀ ਉਹਨਾਂ ਦੇ ਸਾਹਮਣੇ ਮਜ਼ਾ ਆਉਣਾ ਸੀ ਦੋ ਚਾਰ ਗੱਲਾਂ ਹੋਰ ਕਰ ਥੈਂਕ ਯੂ ਦੁਨੀਆ ਬੜੀ ਫਾਸਟ ਹੋ ਗਈ ਕਲਿੱਪ ਕੱਟ ਕੇ ਭੇਜ ਦਿਆਂਗੇ ਹੁਣ ਮਿਲ ਜਾਣਾ 10 ਮਿੰਟਾਂ ਚ ਉਹਨਾਂ ਨੂੰ ਜ਼ੋਰਦਾਰ ਤਾੜੀਆਂ ਗੁਰਪ੍ਰੀਤ ਕੁੱਗੀ ਪੰਜਾਬੀ ਸਿਨੇਮਾ ਵਾਕਈ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੀ ਟਰਾਂਸਫਾਰਮੇਸ਼ਨ ਵੇਖੀ ਹੈ ਉਹ ਆਪਣੇ ਆਪ 'ਚ ਬਾ ਕਮਾਲ ਹੈ ਔਰ ਅੱਜ ਇੰਨੀ ਵੱਡੀ ਤਾਦਾਦ ਦੇ ਵਿੱਚ ਆਰਟਿਸਟਾਂ ਦਾ ਇਸ ਮੰਚ 'ਤੇ ਆਉਣਾ ਆਪਣੇ ਆਪ ਨੂੰ ਇਹ ਦਿਖਾਉਂਦਾ ਹੈ ਕਿ ਸਿਨੇਮਾ ਜਿਹੜਾ ਹੈ ਉਹ ਕਿੰਨਾ ਜਵਾਨ ਹੋ ਗਿਆ ਕਿੰਨੇ ਸ਼ਿਖਰ 'ਤੇ ਹੈ ਇਸ ਤੋਂ ਬਾਅਦ ਯੂਥ ਆਈਕਨ ਅਵਾਰਡ ਐਂਡ ਆਈ ਰਿਕੁਐਸਟ ਦਿਨੇਸ਼ ਔਲਖ ਸਪੀਡ ਰੈਕਰਡਸ ਔਰ ਉਹਨਾਂ ਦੇ ਨਾਲ ਅਮਨ ਸ਼ਰਮਾ ਜੀ ਕਿ ਉਹ ਮੰਚ 'ਤੇ ਆਉਣ ਜ਼ੋਰਦਾਰ ਤਾੜੀਆਂ ਦੇ ਨਾਲ ਦਿਨੇਸ਼ ਔਲਖ ਔਰ ਅਮਨ ਸ਼ਰਮਾ ਜੀ ਟੂ ਪ੍ਰੈਜੈਂਟ ਯੂਥ ਆਈਕਨ ਅਵਾਰਡ ਕਰਤਾਰ ਚੀਮਾ ਮਤਲਬ ਫਿਟਨੈਸ ਦੇ ਵਿੱਚ ਇੰਡਸਟਰੀ ਦੇ ਮੁੰਡਿਆਂ ਨੂੰ ਕਰਤਾਰ ਜੀ ਤੋਂ ਉੱਪਰ ਕੋਈ ਨਹੀਂ ਹੈ ਮਤਲਬ ਸਵੇਰੇ ਸਵੇਰੇ ਜਦੋਂ ਜਿਮ ਦੀ ਵੀਡੀਓ ਪਾਉਂਦੇ ਬੰਦੇ ਨੂੰ ਸ਼ਰਮ ਆ ਜਾਂਦੀ ਬੰਦਾ ਕਹਿੰਦਾ ਚਲੋ 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 ਜਿਮ ਚੱਲਦੇ ਹਾਂ ਸੋ ਇੰਸਪੀਰੇਸ਼ਨ ਟੂ ਆਲ ਦ ਯੰਗਸਟਰਸ ਫਾਰ ਫਿਟਨੈਸ ਯੂਥ ਆਈਕਨ ਅਵਾਰਡ ਕਰਤਾਰ ਜੀ ਨੂੰ ਥੈਂਕ ਯੂ ਵੈਰੀ ਮੱਚ ਮੈਂ ਚਾਹਾਂਗੀ
दिनेश जी तुसी ते अमन जी ने रहना थैंक यू करदार जी एंड दो शब्द तुसी प्लीज जरूर कहना सत श्री अकाल जी सारयां नूं जिन्ने भी इंस्पेक्टर भरा वड्डे छोटे सारे इत्थे आए है बहुत बहुत धन्यवाद धन्यवाद सपन भाई लाडी कांगड़ कहिंदे इहो जिहे मेले हुंदे रहने चाहीदे आ साडे लई तां ही दशहरा ते दिवाली हुंदे आ ਇਹਦੇ ਵਾਸਤੇ ਕੱਪੜੇ ਕੁੱਪੜੇ ਸਵਾਈਦੇ ਆ ਨਹੀਂ ਤਾਂ ਕੋਸਟਿਊਮ ਕਿਤੋਂ ਡਿਜ਼ਾਈਨ ਹੋ ਕੇ ਮਿਲ ਜਾਂਦੇ ਨੇ ਕੋਈ ਸਪੋਂਸਰ ਕਰਦਾ ਕੁਛ ਹੋ ਜਾਂਦਾ ਅਤੇ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਗਿੱਪੀ ਬਾਈ ਸਾਰੇ ਜਿੱਥੇ ਦੇ ਪੁੱਟਰ ਬਾਈ ਜਿਵੇਂ ਨਾਲ ਬਿੱਲਾ ਬਾਈ ਮਾਨ ਸਾਹਿਬ ਸਾਡੇ ਟੀਚਰ ਬੈਠੇ ਨੇ ਮੈਡਮ ਸੁਨੀਤਾ ਧੀਰ ਮੈਂ ਪੜ੍ਹਿਆ ਇਹਨਾਂ ਕੋਲੋਂ ਵਿਨੂ ਬਾਈ ਨੇ ਵੀ ਪੜ੍ਹਾਇਆ ਸਾਨੂੰ ਦੇਵ ਬਾਈ ਨੂੰ ਵੀ ਪੜ੍ਹਾਇਆ ਨਾਲ ਬੈਠਿਆ ਸਟੂਡੈਂਟ ਲਈ ਬੈਠਿਆ ਆਪਣਾ ਸੋਹੀ ਭਾਜੀ ਸਤਿ ਸ਼੍ਰੀ ਗੁਰੀ ਮੈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Thank you so much. And Mr. Mutti, to please come on stage to present the Global Star Award. और ये अवार्ड दे ली वो बंदा जिसने पहलिया चो जिसने ना सिर्फ पंजाबी म्यूजिक नूं ग्लोबल किया पंजाबी दिख नूं पंजाबी ते नॉन पंजाबी बच्चों तक पहुँचाया और अज तक वो सिलसिला मुसलसल चलता आ रहा है मैं बहुत सारे इंटरनेशनल शोज असी इकट्ठे करते हैं पर मैं देखा कि इन्ने साल बुलंदी पे पहुँचना कमाल नहीं बुलंदी पे ठहरना कमाल है जोरदार ताड़ियां दे नाल जैज़िबी गोल्ड ग्लोबल स्टार अवार्ड जैज़िबी थैंक यू जी सब तो पहला तो वाहगुरु जी का खालसा वाहगुरु जी फतेह पीफा का शुक्र गुजार हाँ थोड़ा सारे का पुरानी यारी आ और मैं तो एक गल कहूँगा जी जे 93 के शुरू किया ऐतकी 30 साल हो गए ने इंडस्ट्री के सब थोड़िया दुआवां ने बच्चों का प्यार है तो उस्ताद जी का थप्पड़ा मतलब मैं हमेशा एक स्टोरी दसदा हरेक स्टेज पर मैं 4 साल का सी साडे पिंड दुर्गापुर दे विच मेरे चाचा जी अजीत सिंह मैं सुने से दुनिया च नहीं रहे मैं पर चाचे ने अपने दे मोढ़े नहीं भुल सकता क्योंकि वह 4 साल के जसविंदर ने अपने चाचे के मोढ़िया से बैठ के उस्ताद जी ने पहली बारी दर्शन किए और उत्थों एक सुपना लैना शुरू कर दिता तो वह सुपना 30 साल तुहाडे सामने खड़ा जी सो मैं इत्थे सारे नूं इही बेनती करदा उहनां दे यंगस्टर्स आ नैवर गिव अप always dream they do come true raaton raat kuch nahi milda je raaton raat mil vi janda fir unhan nu pata nahi lagda ve kidda mil gaya so I think apne unhi assi gaana kadya siga 25 saal mainu dinesh kehnda ve bhai ho ta 30 saal gaye ne 25 ka main kaha 5 saal struggle de vi kaddo so jehda struggle aa oh ek artist banaunda so main shukr guzar haan ji tuhanu saryan da te main chand line aa kahunga ke नवी एल्बम जी बोर्न रेडी दे विच इंस्पायर करने वाली गल है सिट्टे नहीं मारे आए मेहनतां दे नाल अगे एवते सी अख रखी देखिया नहीं सजे खबे निक्कियां अखां दे विच खाब लैके वड्डे वड्डे सबर ना चले कदे किसे दे नहीं हाड़े कड्डे कई आए कई गए चंगा माड़ा टाइम देख असी रहे कूल पर वेरियां नूं लगदा सिंह मौका रब दिंदा इक दिन गेम पौण दे लई जागी उत्ते आए नहीं ओ टाइम जट पौण दे लई जट आया दुनिया दे सौण दे लई जागी उत्ते आए नहीं ओ टाइम जट पौण दे लई जट आया दुनिया दे सौण दे लई सो तुहाडियां ब्लेसिंग उस्ताद जी दा थापड़ा थैंक यू सो मच थैंक यू थैंक यू सो मच मैं चाहवागी 2 मिनट तुसी एक होर अवार्ड है थैंक यू जैज़िबी जोरदार ताड़ियाँ जैज़िबी दे एंड द नेक्स्ट अवार्ड इज जसवंत पवरा अवार्ड जसवंत पवरा जी
जिन्होंने बहुत सारे आर्टिस्टां नूं उन्हां दे गुरु रहे ने, सो उन्हां दे नाल दे उत्ते ये अवार्ड है और वो अवार्ड मिल रहा है जी एवी सरा नूं। एवी सरा म्यूजिक डायरेक्टर, एवी सरा गिप्पी गरेवाल जी, बीनू ढिल्लो जी और मतलब म्यूजिक डायरेक्टर ने ताडे वाली म्यूजिक ही नहीं चलाया है, मतलब सत श्री अकाल जी सारिआं नूं। ए वी साडा छोटा भरा है, खड़ जाओ यार हुण तुसीं म्यूजिक दिलाता। ते कहिंदा वी मैनूं हले बोलण दा हिसाब नहीं है, इहदे लई मैं बोल देना थैंक यू तुहाडा सारिआं दा। बहुत ही वधिया म्यूजिक डायरैक्टर आ ते टैलेंटड बंदा है, सिखिआ होइआ मुंडा है, बंब कढ़दा म्यूजिक दे। ते आउण वाला जिहड़ा फ्यूचर आ म्यूजिक दा, तोप बंदा, इक वारी जोरदार ताड़ियां ला दे। सो म्यूजिक जिन्ना अच्छा करदा उन्ना ही वधिया गाउंदा, उन्ना ही वधिया बंदा वा। जरूरी नहीं होता है कि बोले तो ज्यादा वधिया हो जाएगा। थैंक यू, चक्कर फटे मारे, लव यू, थैंक यू कहते बस। थैंक यू भाई, थैंक यू मनिंदर भाई, थैंक यू सारा का, थैंक यू हैप्पी भाई। भाई एक गाना बना दे लेटेस्ट कॉम्पिटिशन जेड़ा होनी हिट होया गाना। तू एक चुटकी मारी उंगलां दी, मैं तैनू चल मारूंगा पखियां ना, मैं चन सितारे की कर दे, हो मैनू इश्क हो गया अखियां ना। थैंक यू जी भाई, बिल्ला भाई, थैंक यू सारे, थैंक यू वेरी मच, थैंक यू। मतलब किन्ना सोना सा, हाँ जी थैंक यू जी, थैंक यू। जोरदार ताड़ियां बीनू जी ली, गिप्पी गरेवाल। कहते सुख पाया ना किसी ने कदे, ला के अखियां चंगे रेंदे जड़े रख दे बचा के अखियां, होया इना कोलों दसा मैं कसूर केड़ा केड़ा, होया इना दे ना हथों मजबूर केड़ा केड़ा, गल रेंदियां ने अपनी मना के अखियां, चंगे रेंदे जड़े रख दे मना के अखियां। जोरदार ताड़ियां गिप्पी जी, जा रहे हो तुसी, मतलब आओ ऊपर, तुहानू काली है ते फिर तुहाडा अवार्ड है, फिर बेचारे सफर में तो टेंशन हो गई सी, कोई अवार्ड नहीं लैके गए। सन्मान बड़ा जरूरी है, बड़े औखे असी ये सन्मान हासिल किए ने। ते अज दे साडे अज दे मुख मेहमान भी ने गिप्पी, जोरदार ताड़ियां गिप्पी गरेवाल दे लई। पंजाबी इंडस्ट्री दे विच गायकी तो शुरू करके एक लीप आई है इसने, पंजाबी फिल्म इंडस्ट्री नूं मतलब प्रॉफिटेबल बिजनेस बनाउण दे विच इसका बहुत वड्डा हाथ है। इस गल दे लई इंडस्ट्री हमेशा इन्हां नूं याद करेगी। इस तों बाद जिहड़ा सन्मान, एक बारी जोरदार ताड़ियां अमर नूरी जी आए हुए ने। अमर नूरी जी लई अलाप ते मेरे नाल अलाप से कंदर ने मेरे ख्याल नाल अलाप ली सारंग ते अलाप दोनों दे लई जोरदार ताड़ियां। और इस तो बाद जिहड़ा अवार्ड है वो ये मैं उस दे लई मंच ते सदा देवांगी शमशेर संधू साहब। मैनू दिखे ही नहीं किथे बैठे हुए ने शमशेर संधू साहब। ओ तू नहीं बोलदी तेरे च तेरा यार बोलदा, सुरजीत बिंद रखिया, अतुल शर्मा जी और शमशेर संधू जी, क्या कमाल दी जोड़ी जिन्होंने बा कमाल म्यूजिक पंजाबी इंडस्ट्री नूं दिता। मैं रिक्वेस्ट करांगी शमशेर संधू साहब नूं कि वह मंच पर आ जाएंगे और उन्होंने नाल मैं मंच पर सदा दे रही हूँ अमर नूरी जी। मैं रिक्वेस्ट करांगी अमर नूरी जी नूं कि वह स्टेज पर आ जाए। सत्या जी आओ अमर नूरी जी, मैं गुजारिश करांगी कि वो मंच पे आ जाए। निहारिका जी अमर नूरी जी मंच पे लेके आओ।
मैं शीशा हाँ जे मुस्कुराए ता मुस्कुरावांगा, जरा मथे ते वट वेखे ता उथाई तिड़क जावांगा। सुने आए तेरे शहर च करफ्यू लग्या, नतीजा कुछ भी होवे जद मोहब्बत नाल बुलाया ते मैं आवांगा। जोरदार ताड़ियां दे नाल, क्योंकि जिस शख्स के नाम से अज का यह सम्मान है उस शख्स की बड़ी वड्डी देन है पंजाबी मौसीकी नू। मैं हमेशा कहनी हाँ कि जे पाकिस्तान को नुसरत फतेह अली खान सी ते पंजाब नू यह मान सी कि उन्हां कोल जनाब सरदूल सिकंदर सन। एक बार जोरदार ताड़ियाँ ना उस ऐसा गवैया सदियाँ पहले कोई पैदा होया सी, ना आने वाली 100 साल तक कई सदियाँ तक पैदा होएगा। जड़े लोग जमदे ही सिर्फ गाउन दे लई ने और कुछ फकीर गायक हुंदे ने, उन्हां दा शुमार उन्हां फकीर गायकां च सीगा। सो अज दे इस अवार्ड दे लई जिहनूं चुनिया गया, मैनूं बड़ी खुशी है उहदी कि वह मुंडा भी बिल्कुल जस्टिस है। उस तो बिना किसनूं अवार्ड दिता जाए यह भी बड़ा औखा काम सी। सो जनाब सरदूल सिकंदर अवार्ड, और इस दे लई मैं मंच ते सद्दा दे रही हाँ खान साहब। वह मुंडा जिसने एदा भी जन्म गायकी लिए होया है, और ये भी फकीर गायका दे विच एदी शमूलियत है। सो मैनू लगा कि इस तो बेहतरीन अलाप आ जाओ के सारन तुसी भी आओ। देखो ये वो परिवार है जिस परिवार ने, जिस परिवार का देना पंजाब कई 100 साल तक नहीं दे सकता। ये बच्चे ने साडे इस इंडस्ट्री दे विच इन्हां नूं बहुत सत्कार मिलता है, पर ये इन्ने टैलेंटेड ने और साडा फर्ज बनता है कि जिथे भी इन्हां दे बाप वाली जगह उस्ताद वाली जगह तो कोई नहीं लै सकता, पर जिथे असी जगह देनी है उथे उठ के इन्हां नूं जगह देनी है। ये परंपरा शुरू करनी है असी, ताकि साडे जान बाद साडे बच्चियां नाल भी इहो जिहे सलूक होवे। अलाप सिकंदर दोवें अगे आओ, और अज दे इस मौके ते अज दा सन्मान खान साहब नूं जोरदार ताड़ियां दे नाल, प्लीज जोरदार ताड़ियां दे नाल खान साहब। चाहवांगी दो शब्द खान साहब जरूर बोलो। अस्सलामु अलैकुम, सत श्री अकाल, वाहेगुरु जी का खालसा, वाहेगुरु जी की फतेह। मैं दरअसल इस अवार्ड नूं फड़दे हुए भी मैं सोचता सीगा, क्यों, क्योंकि ताइयों मैं माता जी उन्हां दे हाथ लाए है, मैं आप प्रॉपर हाथ नहीं लाए, आ हुण फड़िया माता जी दे कोलों मैं अवार्ड, क्योंकि सरदूल भाजी बहुत वड्डी शख्सियत हुई है, तो पूरी इंडस्ट्री ने उन्होंने सुन सुन के गाना स्टार्ट किया है। तो मैं भी जदों छोटा हुंदा पहला, हालांकि हुण भी छोटा ही, हजे सारिआं तों छोटा, मेरे जिन्ने भी भरा आए ने वड्डे, मैं छोटा तो नहीं कहूँगा किसी ने, मेरे तो सारे वड्डे, जैसी भाजी बिल्ला भा सजन भाजी तो हैप्पी भाई मनिंदर पुटर वीरा ते सारे जिन्हें भी मैं जे सारे ने नाल लैन लग पिया ते विनू भाजी सारे जिन्हें भी बैठे ने, मैं सारे दा तहे दिलों धन्यवाद करदा। बई मैं इन्ने जोगा है नहीं गा, सच्ची गल कह रहा, मैं हजे सीख रहा वा ते मैं सीखता ही रहा सारी जिंदगी। एक ताड़ी जरूर मार दो जोरदार एक मेरे उस्ताद नुसरत अली खान साहब वास्ते जिन्हें करके मैंने गाने का शौक पिया, तो एक ताड़ी होर जरूर मार दो जिन्हें करके मेरे गाने आए, वड्डे भाई गैरी भाई जी, गैरी संधु भाई, जिन्हें करके मेरे गाने आए। सो मैं बिल्कुल इस लायक नहीं समझता कि मैं इस अवार्ड का हकदार नहीं है बिल्कुल भी, पर इन्हों का प्यार आ, इन्हों की जरा नवाजी है कि ये मैनू अवार्ड दे रहे हैं। पर मैं सच्ची अंदरों मैनू पता ना, क्योंकि सरदूल भाजी के नाल अंदरों जो मेरी अटैचमेंट सी, जो साडा रूहानी तौर एक सिलसिला सीगा, जदों मैनू कोई ख्वाब आना उस्ताद जी वालों
उस्ताद नुसरत फतेह अली खान साहब वालों तो मैं भाजी के नाल शेयर करता हूँ सी हमेशा मैं किसी नाल शेयर नहीं सी करता हूँ तो उही मेरिया गल्लां समझते होंगे सी तो मैं सच्ची कुछ नहीं कह सकता पर मैं बहुत हाँ जी अच्छा जी मैं उस्ताद जी का एक सुनाउना तुहानूं सनी था गनी धनी था गमंग मंगा सा सनी था गनी धनी था गमा मा सग मग मदा दा मदनी धनी 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 दा नी दा पा पा मा मा गा गरे का मग पा मा गरे उसने जाना के तारीफ मुमकिन नहीं उसने जाना के तारीफ मुमकिन नहीं आफरी 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 जो भी देखे उसे वो कहे हम नशी आफरी 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 उसमें दोनों के तारीफ आफरी 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 नौजवान मुंडे साड़ी इंडस्ट्री च जुड़ते जा रहे हैं जिन्हां जो इन डेप्थ आ रहे हैं ये बड़ी वड्डी माण वाली गल है और इस मंच ते आ ते मैं चाहवांगी कि जनाब सरदूल सिकंदर जी नूं जरूर याद किया जाए मैं अलाप ते सारियां नूं कहांगी कि दो लाइनां अपने पापा दियां जरूर गाण मुकम्मल नहीं होएगा ना ये महफिल पहले तो जिन्हें सारे इतने साड़ी इंडस्ट्री के परिवार के मैंबर इकट्ठे हुए हैं मैं इनू इंडस्ट्री के कोई किसी तरह का टाइटल नहीं यूज़ करता तुम सारे साढ़े परिवार के मैंबर हो पहले तो पेफा के नाम तो अपने नाम से जोरदार ताड़ियां मारो एक बार सारे प्लीज तुम इकट्ठे हुए हो इदा के उपराले में तुम हौसला दे रहे हो और साढ़े वर्गे आने वाले जोड़े एमेच्योर्स ने मेरे और सारे वर्गे उन्होंने तुम हौसला दे रहे हो अज का दिन सब तो पहला तो जिन्हें साढ़े इतने व्डे बैठे हम सॉरी मैं नाम नहीं लूँगा क्योंकि हर किसी का नाम लेंदा रहा तो मेरे तो गुस्ताखी हो सकती है सो दे वास्ते पहले ही माफ़ी सो ज़्यादा नहीं गल करता हो क्योंकि अगर बहुत सोहना प्रोग्राम चल रहा है और बहुत वधिया चलता रहेगा तुम सारे ने सरगम सुनी तुम सारे ने गायकी सुनी हुण कोई कह के दिखावे कि यह इंसान इस अवार्ड का हकदार नहीं है मैं उन्होंने आप आके पढ़ूंगा सो पहले तो जोरदार ताड़ियाँ जी खान साहब भाजी वास्ते जोरदार ताड़ियाँ जिन्ना सुरीला गाया उन्नी जोरदार ताड़ियाँ प्लीज हाँ इदा तुम सुर को समझने वाले हो प्यार करने हो खान पा गुस्ताखी कर रहे हैं गाँव गाँव तुम्हें पता सा दूर दूर तक नहीं है बट तुम सारे ने बहुत सारा प्यार दिता से एक गाने को तुहाडे मन पसंदीदार गाने की दो लाइन शेयर कर लगे चीख चीख मौला
ਅਸੀਂ ਦਿੱਤੀਆਂ ਦੁਆਵਾਂ ਉਹ ਸੁਣੀਆਂ ਕਿਸੇ ਨਾ ਸਾਡੀ ਰੋਦੀਆਂ ਹਾਵਾਂ ਸੜੇ ਅੱਗਾਂ ਵਿੱਚ ਪੈਰ ਤੇਰਾ ਲੱਭਦਾ ਨਾ ਸ਼ਹਿਰ ਦੱਸ ਕਿਹੜੇ ਪਾਸੇ ਜਾਵਾਂ ਦੋਸ਼ ਕਿਹਦੇ ਉੱਤੇ ਲਾਵਾਂ ਹੁਣ ਖੰਡਰਾਂ ਦੇ ਵਿੱਚ ਗੀਤ ਬਦ ਖੁਸ਼ੀਆਂ ਦੇ ਬੂਹੇ ਮੁੱਕ ਚੱਲੀਆਂ ਨੇ ਸਾਵਾਂ ਮੌਲਾ ਮੇਰਾ ਜਾਣੇ ਤੂੰ ਵੀ ਜਾਣ ਜਾਣੀ ਬਹਿ ਗਿਆ ਮੁਹੱਬਤਾਂ ਚ ਹਾਰ ਕੇ ਮੌਲਾ ਮੇਰਾ ਜਾਣੇ ਤੂੰ ਵੀ ਜਾਣ ਜਾਣੀ ਪਿਆਰ ਨੂੰ ਮੈਂ ਦੁਨੀਆ ਤੋਂ ਵਾਰ ਕੇ Thank you so much, it's Garden. Thank you so much. Thank you so much. Big round of applause for my brother Sapan Machinda and Niharika and everybody. Thank you. And Lati Kankar Mira Pra. Thank you. A Snapchat of Mara Mami. So, fine. Oh, apni duty bas. Jazika Chani, jo papa naal inhane time spend kita hai, baki sare artists naal inhane kita. We love you for this. And I want you guys to make some noise for Mr. Jazzy B. ਪਰਿਵਾਰ ਨਾਲ ਹੀ ਨੂਰੀ ਹੋਣਾ ਨਾਲ ਨੂਰੀ ਦੇ ਡੈਡੀ ਰੋਸ਼ਨ ਸਾਗਰ ਹੋਣਾ ਨਾਲ ਵੀ ਮੇਰੀ ਗੀਤਕਾਰੀ ਨੇ ਜਿਹੜਾ ਜੰਪ ਕੀਤਾ ਉਹ ਸਰਦੂਲ ਸਿਕੰਦਰ ਦੇ ਗਾਏ ਗੀਤ ਨਾਲ ਹੀ ਕੀਤਾ ਸੀ ਬਹੁਤਿਆਂ ਨੂੰ ਯਾਦ ਹੋਊਗਾ ਚੱਲੀ ਡਿਸਕੋ ਦੀ ਲਹਿਰ ਭੁੰਜੇ ਲੱਗਦੇ ਨਾ ਪੈਰ ਹੁਣ ਦਿਸਦੀ ਨਾ ਗੈਰ ਸਾਡਾ ਤੁੰਬਾ ਤਾਂ ਵਿਚਾਰਾ ਤਾਰ ਤਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਚਾਦਰੇ ਨੂੰ ਛੱਡ ਛਿੰਦੇ ਜੀਨ ਨੂੰ ਸਵਾ ਲਿਆ ਲਾ ਕੇ ਪੱਗ ਮਾਲਕ ਨੇ ਸੂਟ ਬੂਟ ਪਾ ਲਿਆ ਮਾਨ ਮਾਰ ਜਾਣਾ ਪਹਿਲਾਂ ਰਿਹਾ ਦੁਰਕਾਰ ਦਾ ਹੁਣ ਜਿੰਨਾ ਗਾਉਂਦਾ ਛਾਲਾ ਓਨੀਆਂ ਹੀ ਮਾਰਦਾ ਕਿਸੇ ਇੱਕ ਦਾ ਨੀ ਦੋਸ਼ ਸਾਰੇ ਹੋ ਗਏ ਮਦਹੋਸ਼ ਸਾਡਾ ਵਿਰਸਾ ਤਾਂ ਸਾਰਾ ਹੀ ਲੰਗਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਸਰਦੂਲ ਦੀ ਹਰੇਕ ਸਟੇਜ ਤੇ ਹੁੰਦਾ ਸੀ ਨੂਰੀ ਜੀ ਦੀ ਵੀ ਹਰੇਕ ਸਟੇਜ ਤੇ ਮੇਰਾ ਗੀਤ ਪਾਣੀ ਪਾਣੀ ਹੋ ਗਈ ਮਿੱਤਰਾ ਗਾਇਆ ਜਾਂਦਾ ਸੀ ਸੋ ਉਸ ਵੀਰ ਨੂੰ ਯਾਦ ਕਰਨਾ ਬਣਦਾ ਹਮੇਸ਼ਾ ਯਾਦ ਰਹਿੰਦਾ ਸਰਦੂਲ ਸਿਕੰਦਰ ਥੈਂਕ ਯੂ ਵੈਰੀ ਮਚ ਪ੍ਰੈਸ਼ਨ ਚਾਹਨ ਦੀ ਮਿਸ਼ਨ ਕਿਸੇ ਵੀ ਸਾਰੀ ਫਿਲਮ ਇੰਡਸਟਰੀ 뮤직 ਇੰਡਸਟਰੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਅਲਾਪੋ ਨੇ ਕਿਹਾ ਕਿ ਤੁਸੀਂ ਕੋਈ ਬੇਗਾਨੇ ਨਹੀਂ ਹੈਗੇ ਮੈਨੂੰ ਤਾਂ ਇੱਦਾਂ ਲੱਗਦਾ ਆਪਣੇ ਵਿਹੜੇ 'ਚ ਖੜੀ ਆ ਤੁਸੀਂ ਸਾਰੇ ਮੇਰਾ ਪਰਿਵਾਰ ਕੋਈ ਮੇਰੇ ਪਿਓ ਦੇ ਥਾਂ 'ਤੇ ਆ ਕੋਈ ਭਰਾ ਦੇ ਥਾਂ 'ਤੇ ਆ ਕੋਈ ਬੱਚਿਆਂ ਵਾਂਗੂ ਆ ਅਤੇ ਪਰਿਵਾਰ ਹੀ ਆ ਸਾਡਾ ਕਿਉਂਕਿ ਖੁਸ਼ੀ ਮਿਲਦੀ ਇੰਡਸਟਰੀ ਵਿੱਚ ਜਾ ਕੇ ਆ ਸਰਦੂਲ ਜੀ ਦੇ ਜਾਣ ਤੋਂ ਬਾਅਦ ਜਦੋਂ ਮੈਂ ਬਿਲਕੁਲ ਡਿਪਰੈਸ਼ਨ 'ਚ ਚਲੇ ਗਈ ਸੀ ਤਾਂ ਆਹੀ ਲੋਕ ਸੀ ਜਿਨ੍ਹਾਂ ਨੇ ਮੈਨੂੰ ਚੁੱਕ ਕੇ ਫਿਰ ਖੜੀ ਕੀਤਾ ਮੈਨੂੰ ਹੌਸਲਾ ਦਿੱਤਾ ਅਤੇ ਅੱਜ ਅਗਰ ਮੈਂ ਅੱਜ ਖੜੀ ਹਾਂ ਇੱਥੇ ਠੀਕ ਠਾਕ ਖੜੀ ਹਾਂ ਤਾਂ ਤੁਸੀਂ ਲੋਕ ਹੋ ਜਿਨ੍ਹਾਂ ਨੇ ਮੈਨੂੰ ਇੱਥੇ ਖੜੀ ਕੀਤਾ ਹੈ ਔਰ ਤੁਹਾਡਾ ਮੈਂ ਕਦੇ ਕਿਸੇ ਜਨਮ ਚਰੀ ਨੇ ਨਹੀਂ ਉਤਾਰ ਸਕਦੀ ਤੁਹਾਡੇ ਪਿਆਰ ਦਾ ਤੁਹਾਡੇ ਹੁਣ ਜੋ ਤੁਸੀਂ ਮੈਨੂੰ ਹੌਸਲਾ ਦਿੱਤਾ ਸਪਨ ਮਨਚੰਦਾ ਜੀ ਨਿਹਾਰਕਾ ਜੀ ਸਾਡੇ ਰਾਜ ਜੁਨੇਜਾ ਜੀ ਲਾਡੀ ਜੀ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਕਲਾਕਾਰਾਂ ਵਾਸਤੇ ਨਾ ਕਹਿੰਦੇ ਆ ਕਿ ਜਿਵੇਂ ਕਮਜ਼ੋਰ ਬੰਦੇ ਨੂੰ ਗਲੂਕੋਜ਼ ਦਾ ਕੰਮ ਦਿੰਦਾ ਨਾ ਉਹ ਕਲਾਕਾਰਾਂ ਨੂੰ ਜਦੋਂ ਅਵਾਰਡ ਮਿਲਦਾ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਹ ਹੋਰ ਵੀ ਜ਼ਿਆਦਾ ਹੌਸਲਾ ਉਹਨੂੰ ਆਉਂਦਾ ਕੰਮ ਹੋਰ ਅੱਛਾ ਕਰਦਾ ਸੋ ਇਹ ਜਿਹੜਾ ਉਪਰਾਲਾ ਕੀਤਾ ਮੈਂ ਉਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਚੱਲ ਰਿਹਾ ਹੈ ਔਰ ਕਿੱਡੇ ਸੋਹਣੇ ਸੋਹਣੇ ਜਿਹੜੇ ਸਾਡੇ ਇੰਡਸਟਰੀ ਦੇ ਬੰਦੇ ਆ ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਕਿਉਂਕਿ ਸਾਰੇ ਬਿਜ਼ੀ ਰਹਿੰਦੇ ਨੇ ਆਪਣੇ ਆਪਣੇ ਕੰਮਾਂ 'ਚ ਕਈ ਵਾਰੀ ਨਹੀਂ ਮਿਲ ਪਾਉਂਦੇ ਪਰ ਇਹ ਜਿਹੜੇ ਅਵਾਰਡ ਫੰਕਸ਼ਨ ਹੁੰਦੇ ਨੇ ਉਹ ਸਾਨੂੰ ਫਿਰ ਸਾਰਿਆਂ ਨੂੰ ਇਕੱਠੇ ਕਰ ਦਿੰਦੇ ਨੇ ਸੋ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਵੀ ਤੁਸੀਂ ਇਹੋ ਜਿਹੇ ਫੰਕਸ਼ਨ ਕਰਵਾਉਂਦੇ ਰਿਹਾ ਕਰੋ ਤਾਂ ਕਿ ਅਸੀਂ ਸਾਰੇ ਆਰਟਿਸਟ ਇਕੱਠੇ ਹੋ ਜਾਏ ਸਤਿ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨੇ ਸਾਲਾਂ ਤੋਂ ਲਗਾਤਾਰ ਜੋ ਸ਼ਬਦਾਵਲੀ ਤੁਹਾਡੀ ਆ ਜੋ ਤੁਹਾਡਾ ਅੰਦਾਜ਼ ਆ ਸਟੇਜ 'ਤੇ ਬੋਲਣ ਦਾ ਕਰਨ ਦਾ ਸੋ ਬਹੁਤ ਪਿਆਰਾ ਹੈ ਅਤੇ ਸ਼ਮਸ਼ੇਰ ਸੰਧੂ ਜੀ ਜਿਵੇਂ ਇਹਨਾਂ ਨੇ ਦੱਸਿਆ ਅਸੀਂ ਇਹਨਾਂ ਦੇ ਗਾਣੇ ਜਿਹੜੇ ਗਾਏ ਨੇ ਬਹੁਤ ਹੀ ਬਾ ਕਮਾਲ ਸਾਨੂੰ ਪਿਆਰ ਮਿਲਿਆ ਬਾ ਕਮਾਲ ਗਾਣੇ ਲਿਖੇ ਸਨ ਨੇ ਸਾਨੂੰ ਦੁਨੀਆਂ ਦਾ ਬੜਾ ਪਿਆਰ ਮਿਲਿਆ ਸੋ ਇਹ ਸਾਡੇ ਸਾਰੇ ਵੱਡੇ ਨੇ ਇਹਨਾਂ ਦੇ ਹੌਸਲੇ ਨਾਲ ਇਹਨਾਂ ਦੇ ਪਿਆਰ ਨਾਲ ਅਸੀਂ ਅੱਗੇ ਤੁਰ ਰਹੇ ਹਾਂ ਸੋ ਮੈਂ ਅੱਜ ਦੇ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਜਿਹੜਾ ਸੰਗੀਤ ਆ ਉਹ ਹਰ ਇੱਕ ਇਨਸਾਨ ਦੇ ਅੰਦਰ ਹੈਗਾ ਹੈ ਔਰ ਇਸ ਫਿਜ਼ਾ ਦੇ ਵਿੱਚ ਘੁਲਿਆ ਹੋਇਆ
क्योंकि जिहड़ी साडी धड़कन आ ना ओह भी रिदम दे विच चलदी है संगीत विच, अगर ओह बेतैली हो गई ना बंदे दा जीवन खत्म हो जाता है। सो अपने जीवन दे विच चंगा सुचज्जा सोहना म्यूजिक सुनिया करो ते उहनूं धारण करिया करो मेहनतां दे नाल। देखो साडिया मूहरे सारे किड्डे किड्डे वड्डे कलाकार बैठे ने, जैज़ी भी साडे अपना इत्थों हुण चले गए ने अवार्ड लै के, गिप्पी गरेवाल जी, विनू ढिल्लो जी, देव मान जी साडे बैठे ने, कुलविंदर बिल्ला जी, मनिंदर जी, हैप्पी रायकोटी, जिन्हें भी साढ़े इतने बैठे ने, चाहे फिल्म इंडस्ट्री चाहे साढ़े म्यूजिक वाले ने, उन्होंने बहुत मेहनत की ने, रातों रात इतने तक नहीं पहुँचे, बहुत मेहनत की ने। नवे बच्चों यही रिक्वेस्ट करांगी कि जरा थोड़ा मेहनत करके मंजिल प्राप्त होती है, नशा तो आनंद ही कुछ होर होता है। ओके जी, थैंक यू सो मच। सुर का मसला बड़ा ही डूंगा है, सुर का मसला बड़ा ही डूंगा है, ता उम्र इस कदे कोई मुकम्मल नहीं होता, उसनू भी जरूर किसी ने सट मारी होनी है, उसनू भी जरूर किसी ने सट मारी होनी है, माँ दे पेट चों ता कदे कोई कातिल नहीं होता, ना गैर नाल हस के नंगिया कर, ना गैर नाल हस के नंगिया कर, सौ रब दी ਮੈਥੋਂ ਇਹ ਜਰ ਨਹੀਂ ਉਹ ਹੁੰਦਾ। ਸੋ ਅੱਜ ਦੀ ਇਹ ਸ਼ਾਮ ਜਿਹੜੀ ਹੈ ਉਹ ਸਾਰੇ ਫਨਕਾਰਾਂ ਦੇ ਨਾਲ ਸੱਜੀ ਹੋਈ ਹੈ। ਸੋ ਇਸ ਤੋਂ ਬਾਅਦ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ ਪਰਫੋਰਮੈਂਸ ਦੇ ਲਈ, ਉਹ ਪੰਜਾਬ ਜਿਹੜਾ ਰੰਗਲਾ ਵੀ ਹੋਇਆ ਅਤੇ ਜਿਸ ਗੀਤ ਨੇ ਪੰਜਾਬੀਆਂ ਨੂੰ ਮੁੜ ਤੋਂ ਆਪਣੇ ਕਲਚਰ ਦੇ ਨਾਲ, ਆਪਣੇ ਸੱਭਿਆਚਾਰ ਨਾਲ ਦੁਬਾਰਾ ਤੋਂ ਜਿਉਂਦਾ ਕਰ ਦਿੱਤਾ। ਜ਼ੋਰਦਾਰ ਤਾੜੀਆਂ ਦੇ ਨਾਲ ਜਨਾਬ ਸਰਬਜੀਤ ਚੀਮਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਔਰ ਪੰਜਾਬੀ ਇੰਡਸਟਰੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਮੈਂ। ਗੀਤਾਂ ਰਾਹੀਂ ਅਸੀਂ ਦੁਨੀਆ ਦੇ ਵਿੱਚ ਛਾਏ ਹਾਂ ਪੰਜਾਬੀ, ਔਰ ਚੰਗੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਉਹਦੀ ਦਿਲੋਂ ਕਾਮਨਾ ਕਿ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਵੇ, ਪੰਜਾਬੀ ਤਰੱਕੀ ਕਰਨ। ਔਰ ਮੇਰਾ ਅੱਜ ਜ਼ਿੰਮਾ ਲੱਗਿਆ ਕਿ ਉਹ ਗੀਤ ਮੈਂ ਤੁਹਾਡੀ ਖਿਦਮਤ ਪੇਸ਼ ਕਰਾਂ, ਜਿਸ ਗੀਤ ਨੂੰ ਅੱਜ 27 ਸਾਲ ਹੋ ਗਏ ਰਿਲੀਜ਼ ਹੋਇਆ। ਸਾਡੇ ਬਹੁਤ ਸਾਰੇ ਯੂਥ ਇੱਥੇ ਬੈਠਾ, ਇਹਨਾਂ ਦੇ ਬਾਬਿਆਂ ਨੇ ਵੀ ਸੁਣਿਆ, ਇਹਨਾਂ ਦੇ ਪਿਓ ਨੇ ਵੀ ਸੁਣਿਆ, ਇਹਨਾਂ ਦੇ ਪੇਰੈਂਟਸ ਨੇ, ਔਰ ਇਹ ਵੀ ਸੁਣ ਰਹੇ ਹੈ ਕਿ ਤਿੰਨਾਂ ਪੀੜ੍ਹੀਆਂ ਦਾ ਉਹ ਗੀਤ ਜਿਹੜਾ ਸਰਬਜੀਤ ਚੀਮਾ, ਪਤਾ ਨਹੀਂ ਕਿੰਨੇ ਕੁ ਸਾਹ ਬਾਕੀ ਹੈ, ਕਿੰਨੇ ਸਾਹ ਹੋਣੇ ਹੈ, ਪਰ ਉਸ ਗੀਤ ਨੂੰ ਤੁਸੀਂ ਇੰਨੀ ਕੁ ਮੁਹੱਬਤ ਦਿੱਤੀ ਹੈ, ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਤੁਸੀਂ ਹਰ ਪੰਜਾਬੀ ਨੇ ਉਸ ਗੀਤ ਨੂੰ ਦਿਲ ਦੇ ਵਿੱਚ ਵਸਾਇਆ। ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਬਹੁਤ ਸਾਰੇ ਸਟਾਰਸ ਬੈਠੇ ਨੇ ਮੇਰਾ ਖਿਆਲ, ਜੇ ਮੈਂ ਨਾਂ ਗਿਣਨੇ ਸ਼ੁਰੂ ਕੀਤੇ ਮੇਰਾ ਖਿਆਲ ਕਾਫੀ ਟਾਈਮ ਲੱਗ ਜਾਣਾ। ਇੱਧਰ ਸਾਰਾ ਯੂਥ ਬੈਠਾ, ਅਹੁਜਾ ਸਾਹਿਬ ਦੇ ਫਰਜੰਦ ਜਿਨ੍ਹਾਂ ਨੇ ਸੰਗੀਤ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਸੀ, ਔਰ ਇਹਦੀ ਦੁਨੀਆ ਤੱਕ ਉਹਦੀ ਮਹਿਕ ਜਿਹੜੀ ਹੈ ਜੀ ਉਹ ਚੱਲਦੀ ਰਹੇਗੀ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ। ਦੇਵ ਮਾਲ ਸਾਹਿਬ ਮੇਰੇ ਬਹੁਤ ਸਤਿਕਾਰ, ਮੇਰਾ ਪੇਂਡੂ ਜੈਜ਼ੀ, ਅਸੀਂ ਦਸਾਂ ਕੁ ਲੋਕਾਂ ਦੇ ਫਰਕ ਦਾ ਰਹਿੰਦੇ ਹਾਂ ਜੀ, ਔਰ ਬਹੁਤ ਸਾਰੇ ਹੋਰ ਆਰਟਿਸਟ ਫਨਕਾਰ ਇੱਥੇ ਬੈਠੇ ਆ ਜੀ, ਸਭ ਨੂੰ ਲਿਖੀ ਜੀ ਆਇਆਂ, ਸਪਨ ਮਨਚੰਦਾ ਉਹਦੀ ਟੀਮ ਨੂੰ ਬਹੁਤ ਬਹੁਤ ਵਧਾਈ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਉਦਮ ਕੀਤਾ। ਲੋ ਗੀਤ ਤੁਸੀਂ ਸਮਝ ਗਏ ਹੋ, ਕਿਹੜੇ ਗੀਤ ਦੀ ਮੈਂ ਗੱਲ ਕਰਕੇ ਹਟਿਆ ਜੀ, ਦਰੇਕ ਜੀ ਤੁਹਾਨੂੰ ਤਾਂ ਸਾਰਾ ਕੁਛ ਹੀ ਪਤਾ ਹੋਣ, ਉਹ ਮੈਨੂੰ ਪਿੱਛੋਂ ਪਤਾ ਕਰ ਲੈਣ ਦਿਓ। ਹਾਂਜੀ ਵੀਰ ਜੀ, ਕਿਹੜਾ ਗੀਤ ਆ ਜੀ ਆਪਾਂ? ਰੰਗਲਾ ਪੰਜਾਬ। ਲਓ ਜੀ, ਉਸ ਗੀਤ ਦੇ ਮੋਹਰੇ ਮੈਂ ਕੁਝ ਲਾਈਨਾਂ ਪੇਸ਼ ਕਰਨ ਲੱਗਾ, ਜਿਹਦੇ ਵਿੱਚ ਸਾਡੇ ਗੁਰੂਆਂ ਦੀ ਗੱਲ, ਸਾਡੇ ਪੀਰਾਂ ਦੀ ਗੱਲ, ਸਾਡੇ ਪੈਗੰਬਰਾਂ ਦੀ ਗੱਲ, ਸਾਡੇ ਯੋਧਿਆਂ, ਸ਼ਹੀਦਾਂ, ਰਿਸ਼ੀਆਂ ਅਤੇ ਮੁਨੀਆਂ ਦੀ ਗੱਲ, ਸਾਡਾ ਵਤਨ ਪੰਜਾਬ। ਬਿੱਲੇ ਨੇ ਵੀ ਬਹੁਤ ਪਿਆਰਾ ਗੀਤ ਗਾਇਆ ਸੀ, ਜਿਹੜਾ ਮੈਨੂੰ ਦਿਲੋਂ ਚੰਗਾ ਲੱਗਦਾ, ਉਹ ਇੱਕ ਫੋਕ ਰੰਗ ਦੇ ਵਿੱਚ ਲੱਗਿਆ ਹੋਇਆ ਗੀਤ ਮੈਂ ਤੁਹਾਡੀ ਖਿਦਮਤ ਪੇਸ਼ ਕਰਨ ਲੱਗਾ, ਉਹਦੇ ਚੰਦ ਲਾਈਨਾਂ ਜੀ ਮੈਂ ਸ਼ੇਅਰ ਦੇ ਰੂਪ ਦੇ ਵਿੱਚ ਪੇਸ਼ ਕਰਦਾ। ਸੋਨੇ ਚ ਮੜਾਏ ਸੋਨੇ ਚ ਮੜਾਏ ਹਰੀ ਮੰਦਰ ਜੈ ਤਾ ਗੂੰਜਦੇ ਹਵਾ
ਚੁੱਪ ਹੀ ਨਹੀਂ ਕਰਦੇ ਸਾਨੂੰ ਬੋਲਣੇ ਦਿੰਦੇ
ਪਰ ਤੁਹਾਡੇ ਵਰਗੀ ਰਵਾਨਗੀ ਆਏ ਰੱਬਾ ਕਿੱਥੋਂ ਲਿਆਈ ਆ ਹੁਣ ਲੱਤਾਂ ਗਾ ਮਰ ਗਈਆਂ ਨੇ ਬੋਲੀ ਤਾਂ ਜਾਣਾ ਜੋਸ਼ ਕਿ ਮੈਨੂੰ ਇੰਨਾ ਵੱਡਾ ਅਵਾਰਡ ਮਿਲ ਰਿਹਾ ਪਰ ਔਖਾ ਬਹੁਤ ਹੈ ਸਟੇਜ 'ਤੇ ਬੋਲਣਾ ਸੰਭਾਲਣਾ ਉਹ ਡਾਇਲੋਗ ਯਾਦ ਕਰਕੇ ਬੋਲਣਾ ਬਹੁਤ ਆਸਾਨ ਹੈ ਪਰ ਇਸ ਤਰ੍ਹਾਂ ਇੱਥੇ ਖਜ਼ਾਨਾ ਹੀ ਲਈ ਬੈਠੇ ਰਹਿਣਾ ਉਹ ਬੜਾ ਔਖਾ ਹੈ ਕਿੰਨਾ ਪੜ੍ਹਿਆ ਹੋਏਗਾ ਤੁਸੀਂ ਬੰਦਾ ਜਦੋਂ ਕਿਸੇ ਰਾਹ 'ਤੇ ਤੁਰਦਾ ਠੋਕਰਾਂ ਲੱਗਦੀਆਂ ਨੇ ਮੈਨੂੰ ਵੀ ਲੱਗੀਆਂ ਨੇ ਬਹੁਤ ਜ਼ਿਆਦਾ ਇੱਕ ਦੋ ਠੋਕਰਾਂ ਮੈਂ ਸ਼ੇਅਰ ਕਰਦਾ ਸਭ ਤੋਂ ਪਹਿਲੀ ਗਲਤੀ ਗਲਤੀ ਵੀ ਉਹ ਠੋਕਰਾਂ ਗਲਤੀ ਕਰਦੇ ਤਾਂ ਹੀ ਲੱਗਦੀਆਂ ਨੇ ਮਨ 'ਚ ਫਿਲਮਾਂ ਦੇਖਦੇ ਦੇਖਦੇ ਧਰਮ ਭਾਜ ਦੀਆਂ ਫਿਲਮਾਂ ਦੇਖਦੇ ਹੁੰਦੇ ਸੀ ਜਦੋਂ ਸਾਡੇ ਦਸਵੀਂ ਦੇ ਪੇਪਰ ਸੀ ਧੂਰੀ ਉਹਨਾਂ ਦੀਆਂ ਫਿਲਮਾਂ ਦੇਖੀਆਂ ਲੱਗਿਆ ਯਾਰ ਮੈਂ ਐਕਟਰ ਤਾਂ ਬਣ ਸਕਦਾ ਵਾਲਾਂ 'ਚ ਕੰਘੀ ਜੀ ਮਾਰਦੇ ਹੁੰਦੇ ਸੀਗੇ ਅਤੇ ਐਕਟਰ ਬਣਨ ਦਾ ਸੁਪਨਾ ਉੱਥੋਂ ਸ਼ੁਰੂ ਹੋਇਆ ਸੀ ਬਿਨਾਂ ਸੋਚੇ ਬਿਨਾਂ ਸਮਝੇ ਕਾਲਜ 'ਚ ਅੱਛੀ ਭਰੀ ਪੜ੍ਹਾਈ ਕਰ ਰਿਹਾ ਸੀ ਮੈਂ ਮਸਤੂ ਰਾਣਾ ਸਾਹਿਬ BSc ਐਗਰੀਕਲਚਰ ਇੱਕ ਮੁੰਡਾ ਸੀ ਮੇਰਾ ਸਾਥੀ ਲੱਡਾ ਕੋਟੀ ਤੋਂ ਉਹਨੂੰ ਵੀ ਐਕਟਿੰਗ ਦਾ ਭੁੱਸ ਪਿਆ ਸੀ ਮੈਨੂੰ ਕਹਿੰਦਾ ਆਪਾਂ ਐਕਟਰ ਬਣਨ ਚੱਲੀਏ ਕੁਛ ਨਹੀਂ ਸੋਚਿਆ ਘਰੋਂ 2 ਮਹੀਨਿਆਂ ਦੀ ਫੀਸ ਦੇ ਪੈਸੇ ਮੰਗਵਾਏ ਹੋਏ ਸੀ ਸੋਚਿਆ ਇਹਦੇ ਨਾਲ ਬੰਬੇ ਪਹੁੰਚ ਜਾਵਾਂਗੇ ਐਡੀ ਵੱਡੀ ਗਲਤੀ ਕੀਤੀ ਮੈਂ ਮਾਪਿਆਂ ਨੂੰ ਦੱਸੇ ਬਿਨਾਂ ਮਾਂ ਨੂੰ ਦੱਸੇ ਬਿਨਾਂ ਗੱਡੀ 'ਚ ਬੈਠੇ ਬੰਬੇ ਨੂੰ ਤੁਰਤੇ ਸਿਰੇ ਵੀ ਨਹੀਂ ਲੱਗੇ ਕੋਟੇ ਕੋਲ ਫੜੇ ਗਏ ਬਿਨਾਂ ਟਿਕਟ ਕਿਉਂਕਿ ਪੈਸੇ ਘੱਟ ਸੀ ਬਿਨਾਂ ਟਿਕਟ ਹੀ ਚੜ੍ਹ ਗਏ ਮੇਰੀ ਮਾਂ ਨੇ ਮੈਨੂੰ ਜਦੋਂ ਮੁੜ ਕੇ ਆਇਆ ਮੈਂ ਧੱਕੇ ਧੁੱਕੇ ਖਾ ਕੇ ਮਹੀਨੇ ਕੁ ਬਾਅਦ ਹੇਜ ਜਾ ਗਿਆ ਘਰਦਿਆਂ ਦਾ ਧੱਕੇ ਖਾਂਦੇ ਨੂੰ ਕਿ ਤੂੰ ਮੈਂ ਟਰੱਕਾਂ ਵਾਲਿਆਂ ਨਾਲ ਸ਼ੁਰੂ ਹੋ ਗਿਆ ਟਰੱਕ ਸਿੱਖਣਾ ਚਲਾਉਣ ਦਿਲ ਕੰਬਿਆ ਕਰੇ ਵੀ ਯਾਰ ਮੇਰੇ ਮਾਪਿਆਂ ਦਾ ਕੀ ਹਾਲ ਹੋ ਮੇਰੀ ਮਾਂ ਦਾ ਕੀ ਹਾਲ ਹੋ ਮੈਂ ਚਿੱਠੀ ਲਿਖਤੀ ਚਿੱਠੀ ਫੜ ਕੇ ਪਾਪਾ ਮੈਨੂੰ ਲੈਣ ਆ ਗਏ ਜਦੋਂ ਪਿੰਡ ਗਿਆ ਪਿੰਡ ਦੀ ਫਿਰਨੀ ਤੋਂ ਘਰ ਵਾਲੀ ਗਲੀ ਤੁਰਦੇ ਮੇਰੀਆਂ ਲੱਤਾਂ ਕੰਬੀ ਜਾਣ ਪਿੰਡ ਮੈਨੂੰ ਸਾਰਾ ਥੂ ਥੂ ਕਰਦਾ ਹੋ ਮੇਰੀ ਮਾਂ ਨੇ ਆਪਦੀ ਛਾਤੀ 'ਚ ਇੰਨੀਆਂ ਮੁੱਖੀਆਂ ਮਾਰੀਆਂ ਮੈਨੂੰ ਪਤਾ ਉਹਦਾ ਅੰਤ ਤਾਂ ਮਾੜਾ ਹੋਇਆ ਉਹ ਉਹਨਾਂ ਮੁੱਖੀਆਂ ਨੂੰ ਸਹਾਰ ਨਹੀਂ ਸਕੀ ਥੋੜ੍ਹੇ ਸਾਲਾਂ ਬਾਅਦ ਮੇਰੀ ਮਾਂ ਦੀ ਡੈਥ ਹੋਈ ਇਸੇ ਕਰਕੇ ਲਾਣਤ ਇਹੋ ਜਿਹੇ ਗਲਤ ਫੈਸਲੇ ਲੈਣ 'ਤੇ ਇਹੋ ਜਿਹੇ ਪੁੱਤਾਂ 'ਤੇ ਜੇ ਇਹੋ ਜਿਹੀਆਂ ਮਹਾਨ ਗਲਤੀਆਂ ਕਰਦੇ ਨੇ ਬਹੁਤ ਵੱਡੀ ਗਲਤੀ ਕੀਤੀ ਮੈਂ ਪਰ ਪਾਪਾ ਕਹਿੰਦੇ ਜਿਹੜਾ ਗਲਤੀ ਕਰਕੇ ਸੁਧਰ ਜੇ ਉਹ ਮੰਜ਼ਲ ਪਾ ਲੈਂਦਾ ਹੈ ਮੇਰੇ ਪਾਪਾ ਦਾ ਮੇਰੇ ਸਿਰ 'ਤੇ ਆਖਿਰ ਤੱਕ ਹੱਥ ਰਿਹਾ ਆ ਹੁਣ ਜਦੋਂ ਥੋੜ੍ਹੇ ਜਿਹੇ ਚੰਗੇ ਦਿਨ ਆਏ ਮੇਰੀ ਸਭ ਤੋਂ ਛੋਟੀ ਭੈਣ ਰਾਜਕੋਟ ਕੋਲ ਵਿਆਹੀ ਹੋਈ ਹੈ ਮੈਨੂੰ ਕਹਿੰਦੀ ਵੀਰੇ ਤੈਨੂੰ ਇੱਕ ਗੱਲ ਦੱਸਾਂ ਪਾਪਾ ਦੀ ਮੈਂ ਕਿਹਾ ਹਾਂ ਭੈਣੇ ਦੱਸ ਕਹਿੰਦੀ ਆਪਣੇ ਪਿੰਡ ਦਾ ਫਲਾਣਾ ਬੰਦਾ ਮੈਂ ਨਾਂ ਨਹੀਂ ਲੈਂਦਾ ਬਹੁਤ ਵਾਰੀ ਲੈਂਦਾ ਉਹਦੇ ਬੁੱਤ ਬੁੱਤੇ ਦੁਖੀ ਹੁੰਦੇ ਨੇ ਉਹ ਪਾਪਾ ਨੂੰ ਬਹੁਤ ਟੋਕਦਾ ਸੀ ਕਿ ਆਪਦੇ ਮੁੰਡੇ ਨੂੰ ਆਪਣੇ ਨਾਲ ਹੀ ਲਾ ਲੈਂਦੇ ਮੇਰੇ ਫਾਦਰ RMP ਸੀਗੇ ਕਹਿੰਦੇ ਡਾਕਟਰ ਆਪਣੇ ਨਾਲ ਹੀ ਲਾ ਲੈਂਦੇ ਕਿੰਨੇ ਬੰਦੇ ਤੁਹਾਡੇ ਸਰਟੀਫਿਕੇਟ ਲੈ ਕੇ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਨੇ 4 ਪੈਸੇ ਕਮਾਉਣ ਦਾ ਨਹੀਂ ਕਹਿੰਦੇ ਪਾਪਾ ਨੇ ਉਸਨੂੰ ਕਿਹਾ ਬੰਦੇ ਨੂੰ ਵੀ ਗੱਲ ਸੁਣ ਤੈਨੂੰ ਪਤਾ ਹੀ ਨਹੀਂ ਮੇਰਾ ਮੁੰਡਾ ਕੀ ਕਰ ਰਿਹਾ ਉਦੋਂ ਮੇਰਾ ਥੀਏਟਰ ਵਗੈਰਾ ਪਾਪਾ ਮੇਰੇ ਦੇਖ ਚੁੱਕੇ ਸੀ ਉਹ ਕਹਿੰਦੇ ਉਹ ਜਰਾਬ ਮੇਰੇ ਪੁੱਤ ਦੇ ਪੈਰਾਂ 'ਚ ਮੇਰੇ ਚਮਗੀਆਂ ਜੁੱਤੀਆਂ ਵੀ ਪੈ ਜਾਣ ਮੈਂ ਭਾਗਾਂ ਵਾਲਾ ਸਮਝੂ ਆਪਣੇ ਆਪ ਨੂੰ ਮੇਰੇ ਪਾਪਾ ਦਾ ਮੇਰੀ ਇੱਕ ਫਿਲਮ ਦੇਖ ਕੇ ਲਾਉਣ ਦਾ ਲਿਸ਼ਕਾਰਾ ਮੇਰੀ ਮਾਂ ਨੇ ਨਹੀਂ ਮੇਰਾ ਕੁਛ ਦੇਖਿਆ ਉਹਨੇ ਮੇਰਾ ਥੀਏਟਰ ਦੇਖਿਆ ਜਦੋਂ ਅਸੀਂ ਹਿੰਦ ਦੀ ਚਾਦਰ ਰਾਜਕੋਟ ਕਰ ਰਹੇ ਸੀ ਲੋਕ ਮੈਨੂੰ ਦੇਖ ਦੇਖ ਕੇ ਬੁੜੀਆਂ ਗਾਲਾਂ ਕੱਢਦੀਆਂ ਸੀ ਅਤੇ ਮੇਰੀ ਮਾਂ ਉਹਨਾਂ ਨੂੰ ਕਹਿੰਦੀ ਸੀ ਨਹੀਂ ਭੈਣੇ ਕਿਉਂ ਗਾਲਾਂ ਕੱਢੀ ਜਾਂਦੀਆਂ ਮੇਰਾ ਪੁੱਤ ਸੋ ਇਹ ਮੈਂ ਇਸ ਕਰਕੇ ਸ਼ੇਅਰ ਕੀਤਾ ਕੁਛ ਮੁੰਡੇ ਜਿਹੜੇ ਯੰਗ ਬੈਠੇ ਹੁੰਦੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਸੇਧ ਮਿਲਦੀ ਹੈ ਕਿ ਘਬਰਾਓ ਨਾ ਡਰੋ ਨਾ
जिद कई बार आप इनू घटिया लफ्ज मान लें कि जिद्दी है मुंडा जिद्दी है लेकिन उन्हें ठान नहीं होती है कि मैं तो ये काम करना है। बहुत कुछ होया बहुत पापड़ वेलदे इतने थिएटर च बहुत कुछ होया 250 रुपये महीने तक थिएटर करता सी मैं तो मुफ्त च थिएटर करने तैयार से हरपाल दिवाना साहब नाल इन्हां दे पैर फड़े कि मैनूं रख लो क्योंकि मेरी ग्रेजुएशन पूरी नहीं थी हुई मैं घर वापस भेज रहे थे मैं गया भी पर पता नहीं कि मन चाया शायद मेरे आखिरी बोल जो दो चार मैं बोले सी मैं क्या सी सर मैं रख लो मैं तुहाडा दिमाग नहीं चट्टूंगा तुहानू परफॉर्मेंस जो चाहो वो दूंगा मैंने बड़ा कॉन्फिडेंस है मैं हाँ जी वो तो है ऐ कह के पिंड चला गया। 10 दिन बाद लैटर आ गया कहिंदे आ जा बेटा ज्वाइन कर लै ज्वाइन कर लिया वो जेडे 12 साल टिवाणा साहब नाल थिएटर किया मैं किन्नी बार कह चुकिया कि इश्क सी यार मैं इश्क रांझे वांगू उन्हें मजा कराइया मैं 12 साल थिएटर दे झाड़ू लाए पोचे लाए उस्तादां दीआं गड्डियां गड्डियां साफ कीतियां कारां दे टायर धोते पर कल्ले ने उठ के चमकौर दी गड़ी च मैनूं रोल दित्ता कहिंदे नीना मैडम कहिंदे हरपाल इहदी जिहड़ी गेट जिहड़ी इहदी बॉडी है जिहड़ा इहदा स्ट्रक्चर है बॉडी का वह मुगलों वर्गा है नहीं ये रोल कर लो है सदके जावां उस्तादां दी अख दे टिवाणा साहब कहिंदे नीना डायरैक्टर तू है कि मैं यह मुंडा मैं प्ले का नाम भुल गया यह मुंडा शेक्सपीयर का यागो लगूगा ओके की बम ज्यादा मोना हो लगा हर जगह थाने टांग अड़ा देनी है वो गल सही सी। एक बार असं प्ले करते गर्म बाजार उर्दू सी नराई मैं उर्दू का टीचर बने हुआ नीना मैडम जी का नीना जी ने फिर उत्थे कहा टिवाणा साहब कहते अपने सब तो वधिया जी जबान है साफ जबान उर्दू वह सरदार सोही की है उदों परमजीत हुंदा सी परमजीत दी है परमजीत दी मूंह जो पान जा पाल के इदां करता नहीं ना इत्थे सवाद सी उह थोड़ा जा टोक टकैया इहो जिहा बहुत करते सी पर स्पीच दीआं क्लासां लैंदे सी एड्डी सोहणी स्पीच दे विच उतरा चढ़ा जिहड़ा सोही आ कहिंदे ना ओए ऐ किवें हो गया हां पिछे जो चलाया सब कुछ घूम गया अखां सामने के तू किहड़ियां हवा जोड़न लग जांदा जदों कदे चंगी परफॉर्मेंस हो जांदी है आ तेरे बुत घाड़े तू तां बुत सीगा आ बुत घाड़े आ फिर आ बैठे तेरे सामने आ नीना जी जिउंदे ने टिवाणा साहब चले गए उहनां दे जाण ते बहुत रोया सी हॉस्पिटल एडमिट भी हो जांदा सी उदों बहुत वारी मीनू नूं पता है मैनूं एंगजायटी दी प्रॉब्लम हो गई सी इह वी इक वारी मैनूं लै के गया सी डॉक्टर दो वारी एक बार पी जी आई लैके गया उत्थे पता लग्या कि एंगजायटी है फिर दोबारा असी सीरियल कर रहे सी फिर मैनू लैके गया असी कर रहे सी मनजीत ते जगजीत सीरियल उत्थे एंगजायटी ने मैनू बहुत तंग किया 2-3 साल घट्टो घट फिर कंट्रोल हो गया पर हर चीज तो बंदा सीखता है मैं इहो जिहे जिहड़े मेरे नाल घटना वापरियां ने उहदे तों एक्टिंग खेडना सिखिया जिहड़ियां बीमारियां ठमारियां ने जिहड़े आले दुआले दोस्त मित्र ने जिहड़े रिश्तेदार ने जिहड़ा मैं कल्ला छड़ा मैनूं कई वारी इहो जिहे लोकां ने सवाल कीते ओए तूं जिवें आपां मोदी साहब नूं मजाक करदे ਉਹਨੂੰ ਬੜਾ ਪਤਾ ਬਰਬਾਦ ਆ ਕੀ ਹੁੰਦਾ ਮੈਨੂੰ ਉਹ ਛੜਾ ਬੰਦਾ ਯਾਰ ਇਹਨੂੰ ਕੀ ਪਤਾ ਹੈ ਇਹ ਬੁੜੀਆਂ ਸਿਆਣੀਆਂ ਹੁੰਦੀਆਂ ਨੇ ਕਈ ਬੁੜੀਆਂ ਇਹਦੀਆਂ ਦੀ ਦੇਖ ਨਹੀਂ ਹੈਂ ਇਹ ਤਿਆਰ ਤਿਆਰ ਜਵਾਕਾਂ ਦਾ ਪਿਓ ਬਣਿਆ ਫਿਰਦਾ ਰੋਂਦਾ ਵੀ ਹੈ ਹੱਸਦਾ ਵੀ ਹੈ ਹੈਂ ਐਂ ਐਂ ਨਾ ਕਿਹਾ ਕਰੋ ਇਹਨੂੰ ਇਹ
अच्छा एक होर गल मैनूं बड़ी 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 प्यारी लगी साडे पिंड दे मुंडे दी। मैनूं कहिंदा असोई बाबे आ तुहाडा बाबा इत्थों शुरू होया होया थिएटर तों पिंड तक पहुंच गया। उत्थे उदां वी थोड़ा जिहा पिंडां च हुंदा ना कि इक घर वड्डे थां ते आ छोटे होंदे नहीं कबड्डी खेडदे तेरे वर्गे जवान जवान मुंडे मैं छोटा जिहा हुंदा सी। ओह बुढ़िया किवें आ? मैं लड़ पैंदा सी। बुढ़ा क्यों कहने? अरे तूं चाचा लगना साडा तां बुढ़ा कहने आ। ओहे जे पात्र ओहे जे करैक्टर उहनां च दम पड़ के ओह जवान होए आ। सो जदों कोई पेंडू जे करैक्टर आउंदे ने चाह चढ़ जांदा है भैया मैं खेडूंगा। फिर साडे दर्शक भरा इहनां दे जिहदे कमेंट आउंदे ने कंप्लीमेंट आउंदे ने ओए सभी भई तू ना मेरे चाचे वर्गा लगदा, तू मेरे प्यो वर्गा लगदा। जदों इहो जिहियां गल्लां करदे ने फिर लगदा भई किधरे ना किधरे उस्तादां दा घड़िया होया जिहड़ा मेरे अंदरों मतलब पात्र इहदा मतलब बोलदे ने किते किसे दे चाचे वर्गा बन के बोलदा किसे दे प्यो वर्गा किसे दा कुछ। सो अज तीन चार अवार्ड पी टी सी दे लै चुके सी नैगेटिव रोल दे विच। लास्ट आ जिहड़ा हुण अवार्ड आया सीगा इहो जी हाजरी नहीं सी उहदे विच। ਉਹ ਕਹਿੰਦੇ ਜੀ ਟੈਕਨੋਲੋਜੀ ਇੰਨੀ ਹੋ ਗਈ ਕਿ ਤੁਹਾਨੂੰ ਔਨਲਾਈਨ ਵੋਟਿੰਗ 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 ਹੋ ਕੇ ਉਹਦੇ 'ਤੇ ਹੋ ਗਿਆ ਕਿ ਬੈਸਟ ਸਪੋਰਟਿੰਗ ਐਕਟਰ ਸਰਦਾਰ ਦੋਹੀ। ਸ਼ੁਕਰ ਹੈ ਮੈਂ ਗਿਆ ਨੈਗੇਟਿਵ ਰੋਲਾਂ 'ਚੋਂ ਕੱਢ ਕੇ ਬੈਸਟ ਐਕਟਰ ਦਾ ਅਵਾਰਡ ਪੀ ਟੀ ਸੀ ਨੇ ਵੀ ਦਿੱਤਾ। ਅਤੇ ਹੁਣ ਅੱਜ ਇੱਕ ਬਹੁਤ ਵੱਡਾ ਸੁਪਨਾ ਪੂਰਾ ਹੋਇਆ। ਮੈਂ ਕਿੰਨੀ ਵਾਰੀ ਇਹ ਸੋਚਦਾ ਕਈ ਵਾਰੀ ਤਾਂ ਨਾ ਇਕੱਲਾ ਬੈਠਾ ਬੈਠਾ ਰੋਣ ਨਿਕਲ ਜਾਂਦਾ ਯਾਰ ਇੰਨਾ ਕੁਛ ਕਰ ਚੁੱਕੇ ਹਾਂ ਇੰਨਾ ਕੋਈ ਇਹੋ ਜਿਹੀ ਫਿਲਮ ਬਣਾ ਲਓ ਯਾਰ ਜਿਨ੍ਹਾਂ 'ਤੇ ਐਂਟਰੀ ਐਂਟਰੀ ਹੁੰਦੀ ਹੈ ਸਪੈਸ਼ਲ ਇੱਕ ਕੋਟਾ ਸਪੈਸ਼ਲ ਅਲੱਗ ਤਰ੍ਹਾਂ ਦੀਆਂ ਇੱਕੋ ਜਿਹੀਆਂ ਉਹ ਫਿਲਮਾਂ ਦੁਖਿਆਰੀਆਂ ਦੀਆਂ ਹੈਂ ਭੁੱਖਿਆਂ ਨੰਗਿਆਂ ਦੀਆਂ ਮੈਂ ਤਾਂ ਕਹਿ ਦਿੰਦਾ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਦੇ ਨੇ। ਇੰਟਰਨੈਸ਼ਨਲ ਸਿਨੇਮਾ 'ਚ ਵੀ ਉਹੀ ਸਾਡੇ ਸਤਿਆਜੀਤ ਰੇ ਸਾਹਿਬ ਉਹਨਾਂ ਨੇ ਗਰੀਬੀ ਪੂਰੀ ਪੂਰੀ ਕੈਸ਼ ਹੋਈ ਬੰਗਾਲ ਦੀ ਗਰੀਬੀ ਓਮਪੁਰੀ ਨਸੀਰਉਦੀਨ ਵਰਗੇ ਉਹ ਵੀ ਸੁਕੜੂ ਸੁਕੜੂ ਜਿਹਾ 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 ਮੈਂ ਲੌਂਗ ਦੇ ਲਿਸ਼ਕਾਰੇ 'ਚ ਹੁੰਦਾ ਸੀਗਾ ਉਹ ਉੱਥੋਂ ਉੱਠੇ ਉੱਥੋਂ ਰਾਈਜ ਕਰੇ ਭਾਈ ਇੱਥੇ ਕੋਈ ਉਹ ਜਿਹੀ ਫਿਲਮ ਹੀ ਨਹੀਂ ਬਣਾਉਂਦਾ ਯਾਰ ਕਿ ਸਰਦਾਰ ਸੂਈ ਨੈਸ਼ਨਲ ਅਵਾਰਡ ਲੈ ਜੇ ਬਣਾ ਲਿਆ ਕਰੋ ਕਦੇ ਕਦੇ ਹਾਂ ਮੈਂ ਤਿਆਰ ਹਾਂ ਘੱਟ ਪੈਸਿਆਂ 'ਤੇ ਕੰਮ ਕਰਨ ਹੋਈ ਇਹੋ ਜਿਹੀ ਫਿਲਮ 'ਚ ਬਣਾ ਲਓ ਜੇ ਕੋਈ ਹਿੰਮਤ ਕਰਦਾ ਤਾਂ ਪਤਾ ਨਹੀਂ ਹੁਣ ਤੁਰੇ ਜਾਂਦੇ ਨੂੰ ਤਾਂ ਹਰ ਕੋਈ ਪੁੱਛਦਾ ਹੁਣ ਠੀਕ ਹੈ ਥੋੜ੍ਹੇ ਸਾਲਾਂ 'ਚ ਪਤਾ ਲੱਗਿਆ ਯਾਰ ਸੋਚਦਾ ਗਿਆ ਉਹ ਤੋਂ ਪਹਿਲਾਂ ਬਣਾ ਲਓ ਜੇ ਕੋਈ ਬਣਾਉਣਾ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਸਾਰਿਆਂ ਨੇ ਇੰਨਾ ਮਾਣ ਸਤਿਕਾਰ ਦਿੱਤਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀਆਂ ਤਾੜੀਆਂ ਮਾਰਦੇ ਹੋ ਉਹਦੇ ਨਾਲ ਮੇਰੀ ਰੂਹ ਨੱਚ ਰਹੀ ਹੈ ਇਸ ਵੇਲੇ ਨੱਚ। ਥੈਂਕ ਯੂ। ਅੱਛਾ ਮਤਲਬ ਇੰਸਟੀਟਿਊਸ਼ਨ ਨੇ ਮੈਂ ਨਾ ਜਦੋਂ ਵੇਖਣੀ ਆ ਨਾ ਇੱਕ ਦੋ ਫਿਲਮਾਂ 'ਚ ਅਸੀਂ ਇਕੱਠੇ ਕੰਮ ਕੀਤਾ ਹੈ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਵੇਖਿਆ ਵੀ ਇਹਨਾਂ ਦੀ ਅੱਖ ਵੀ ਉਹ ਜਿਹੜੀ ਗੱਲ ਕਰਦੀ ਨਾ ਇਹਨਾਂ ਦੀ ਅੱਖ ਵੀ ਉਸ ਗੱਲ ਦੀ ਹਾਵੀ ਭਰਦੀ ਹੁੰਦੀ ਹੈ। ਇਹ ਇਹਨਾਂ ਨੇ ਜਦੋਂ ਗੱਲ ਕਿਹਾ ਨਾ ਵੀ ਉਸਤਾਦਾਂ ਦੇ ਝੰਡੇ ਹੋਇਆ ਇਹ ਕਿੱਡੀ ਵੱਡੀ ਸਾਡੀ ਨੌਜਵਾਨ ਪੀੜ੍ਹੀ ਲਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਜਿਮ ਵਿੱਚ ਜਾ ਕੇ ਫਿਜ਼ੀਕ ਬਣਾ ਕੇ ਸ਼ਕਲ ਸੋਹਣੀ ਕਰਕੇ ਅਸੀਂ ਐਕਟਰਸ ਬਣਨਾ ਹੈ। ਜੇ ਐਕਟਰ ਬਣਨਾ ਹੈ ਤਾਂ ਇਸ ਤਰ੍ਹਾਂ ਦੇ ਬਣਨਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਸੋਚਣ ਕਿ ਇਹਨਾਂ ਕੋਲ ਬਹਿ ਕੇ ਘੰਟਾ ਦੋ ਘੰਟਾ ਅਸੀਂ 15-20 ਸਾਲਾਂ ਦੀਆਂ ਕਲਾਸਾਂ ਲਾ ਲਈਆਂ। ਬਹੁਤ ਬਹੁਤ ਧੰਨਵਾਦ ਔਰ ਇੱਥੇ ਰਹਿਣਾ ਇਹਨਾਂ ਦੇ ਨਾਲ ਇੱਕ ਹੋਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਲਈ ਫੀਮੇਲ ਕੈਟਾਗਰੀ 'ਚੋਂ ਮੈਨੂੰ ਹਮੇਸ਼ਾ ਇਹ ਗਿਲਾ ਰਹਿੰਦਾ ਕਿ ਬਹੁਤ ਘੱਟ ਔਰਤਾਂ ਨੂੰ ਇਸ ਇੰਡਸਟਰੀ ਨੇ ਉਹਨਾਂ ਦੀ ਬਣਦੀ ਜਗ੍ਹਾ ਦਿੱਤੀ ਹੈ। ਹੁਣ ਸ਼ੁਰੂਆਤ ਹੋਈ ਹੈ ਉਹ ਫੀਮੇਲ ਬੇਸਡ ਫਿਲਮਾਂ ਬਣਨ ਦੀ ਉਹਨਾਂ ਨੂੰ ਉਹ ਰਿਸਪੈਕਟ ਦੇਣ ਦੀ ਮੈਂ ਹਮੇਸ਼ਾ ਬਹੁਤ ਸਾਰੇ ਮੰਚ 'ਤੇ ਕਿਹਾ ਹੈ। ਇਸ ਕਰਕੇ ਜਿੰਨੀਆਂ ਕੁ ਕੁੜੀਆਂ ਨੇ ਬਹੁਤ ਅੱਛਾ ਕੰਮ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਨਮਾਨ ਦੇਣਾ ਬਣਦਾ ਹੈ ਕਿਉਂਕਿ ਬੜਾ ਕੁੜੀਆਂ ਦੇ ਲਈ ਮੈਂ ਬੀਂਗ ਆ ਫੀਮੇਲ ਕਹਿੰਦੀ ਹਾਂ ਬਹੁਤ ਔਖਾ ਕੰਮ ਹੈ ਸਟੇਜਾਂ 'ਤੇ ਆ ਕੇ ਗੱਲਾਂ ਸੁਣਨੀਆਂ ਪਹਿਲੇ ਪਰਿਵਾਰ ਦੀਆਂ ਫਿਰ ਲੋਕਾਂ ਦੀਆਂ ਅਤੇ ਆਪਣੀ ਇੱਛਾ ਨੂੰ ਆਪਣੇ ਸੁਪਨੇ ਨੂੰ ਪੂਰੇ ਕਰਨਾ। ਇਸ ਕਰਕੇ ਇਹਨਾਂ ਵਾਰੀ ਜ਼ਿਆਦਾ ਹੁੰਭ ਕੇ ਅੱਗੇ ਆਇਆ ਕਰੋ। ਮੈਂ ਜ਼ੋਰਦਾਰ ਤਾੜੀਆਂ ਦੇ ਨਾਲ ਮੰਚ 'ਤੇ ਸੱਦਾ ਦੇ ਰਹੀ ਹਾਂ ਸੁਨੀਤਾ ਧੀਰ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਐਂਡ
ਸਾਰਿਆਂ ਨੇ ਬਹੁਤ ਕੁਝ ਖੋਲ ਦਿੱਤਾ ਲੇਕਿਨ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਜਦ ਮੈਂ ਥੀਏਟਰ ਜੁਆਇਨ ਕੀਤਾ ਉਦੋਂ ਕੁੜੀਆਂ ਨੂੰ ਅਲਾਓ ਨਹੀਂ ਕੀਤਾ ਜਾਂਦਾ ਸੀ ਕਿ ਥੀਏਟਰ ਕਰੋ ਮੈਂ ਧੂਰੀ ਤੋਂ ਉੱਠ ਕੇ ਚੰਡੀਗੜ੍ਹ ਜਦ ਯੂਨੀਵਰਸਿਟੀ ਆ ਕੇ ਬਹੁਤ ਟੈਕਟਫੁਲੀ ਡਰਾਮਾ ਕਰਨਾ ਸ਼ੁਰੂ ਕੀਤਾ ਕਿ ਮੈਂ ਪੜ੍ਹਾਈ ਕਰਨੀ ਹੈ ਡਰਾਮੇ ਦੀ ਉਸ ਤੋਂ ਬਾਅਦ ਹੌਲੀ ਹੌਲੀ ਪਹਿਲੀ ਫਿਲਮ 81 ਦੇ ਵਿੱਚ ਚੰਨ ਪਰਦੇਸੀ ਬਣੀ ਚਾਰ ਪੰਜ ਥੀਏਟਰ ਸਾਲ ਥੀਏਟਰ ਕਰਨ ਤੋਂ ਬਾਅਦ ਲੇਕਿਨ ਚੰਨ ਪਰਦੇਸੀ ਤੋਂ ਬਾਅਦ ਇੰਨਾ ਦਿਲ ਕਰਦਾ ਸੀ ਕਿ ਮੈਂ ਵੀ ਪੰਜਾਬੀ ਫਿਲਮਾਂ 'ਚ ਕੰਮ ਕਰਾਂ ਲੇਕਿਨ ਅਲਾਊਡ ਨਹੀਂ ਸੀ ਕਿ ਤੁਸੀਂ ਕਿੰਨਾ ਕੰਮ ਕਰ ਸਕਦੇ ਹੋ ਉਦੋਂ ਹੀਰੋਇਨਾਂ ਵੀ ਬੰਬੇ ਤੋਂ ਆਉਂਦੀਆਂ ਸੀ ਅਤੇ ਡਾਇਰੈਕਟਰ ਵੀ ਬੰਬੇ ਤੋਂ ਆਉਂਦੇ ਸੀ ਪ੍ਰੋਡਿਊਸਰ ਵੀ ਮੋਸਟਲੀ ਬੰਬੇ ਤੋਂ ਹੁੰਦੇ ਸੀ ਅਤੇ ਤੁਹਾਡਾ ਕੋਈ ਚਾਂਸ ਹੀ ਨਹੀਂ ਹੋ ਸਕਦਾ ਸੀ ਅਤੇ ਲੱਗਦਾ ਸੀ ਕਿ ਕਿਵੇਂ ਪੰਜਾਬੀ ਸਿਨੇਮਾ ਆਏਗਾ ਉਰੇ ਅਤੇ ਜਿਹੜੇ ਵੀ ਬੰਦੇ ਸਭ ਬੰਬੇ ਤੋਂ ਆ ਰਹੇ ਨੇ ਲੇਕਿਨ ਹੌਲੀ ਹੌਲੀ ਇੱਕ ਬਦਲਾ ਜੱਟੀ ਦਾ ਫਿਲਮ ਕੀਤੀ ਪੀ ਐੱਚ ਡੀ ਤੋਂ ਕਰਨ ਤੋਂ ਬਾਅਦ ਅਤੇ ਬਦਲਾ ਜੱਟੀ ਨੇ ਮੈਨੂੰ ਇੱਕ ਨਵੀਂ ਪਹਿਚਾਣ ਦਿੱਤੀ ਜਦ ਮੈਂ ਉਹ ਕੀਤੀ ਤਾਂ ਮੈਨੂੰ ਸਾਰੇ ਮੇਰੇ ਫਰੈਂਡਸ ਮੇਰੇ ਨਾਲ ਗੁੱਸੇ ਹੋ ਗਏ ਕਿ ਤੂੰ 28 ਸਾਲ ਦੀ ਉਮਰ ਵਿੱਚ ਮਦਰ ਦਾ ਰੋਲ ਕਿਉਂ ਕਰ ਰਹੀ ਹੈ ਮੈਂ ਕਿਹਾ ਨਹੀਂ ਥੀਏਟਰ ਵਾਲਿਆਂ ਲਈ ਰੋਲ ਇੰਪੋਰਟੈਂਟ ਹੁੰਦਾ ਹੈ ਤਾਂ ਉਹ ਰੋਲ ਇਹੋ ਜਿਹਾ ਸੀ ਜਿਸਨੇ ਪਹਿਚਾਣ ਦਿੱਤੀ ਐਂਡ ਆਈ ਲਵ ਡੂਇੰਗ ਦੈਟ ਰੋਲ ਤਾਂ ਉਸ ਤੋਂ ਬਾਅਦ ਫਿਰ ਮੈਂ ਵਿਸਾਖੀ ਕਹਿਰ ਲਲਕਾਰਾ ਜੱਟੀ ਦਾ ਇਹੋ ਜਿਹੀਆਂ ਫਿਲਮਾਂ ਕੀਤੀਆਂ ਜਿਹੜੀਆਂ ਕਿ ਬਹੁਤ ਟਾਈਟ ਸੀ ਫਿਰ ਮੈਂ 10 ਸਾਲ ਬਿਲਕੁਲ ਕੰਮ ਨਹੀਂ ਕੀਤਾ ਐਂਡ ਉਸ ਤੋਂ ਬਾਅਦ ਫਿਰ ਮੈਂ 11 ਨਾਲ ਬਹਾਰਾਂ ਤੋਂ ਸ਼ੁਰੂਆਤ ਕੀਤੀ ਦੈਨ ਮੈਂ ਸੋਚਿਆ ਕਿ ਪੰਜਾਬੀ ਦੀਆਂ ਜਿਹੜੀਆਂ ਸਾਲ 'ਚ 2-3 ਅੱਛੀਆਂ ਮੂਵੀਜ਼ ਹੈ ਮੈਂ ਉਸੇ ਵਿੱਚ ਕੰਮ ਕਰੂੰਗੀ ਅਤੇ ਨਾਲ ਨਾਲ ਮੈਂ ਆਪਣਾ ਥੀਏਟਰ ਵੀ ਰੱਖੂੰਗੀ ਅਤੇ ਇਸ ਕਰਕੇ ਕਿ ਉਹ ਟੈਕਟ ਮੇਰਾ ਚੱਲ ਗਿਆ ਕਿ ਮੈਂ ਨਾਲ ਨਾਲ ਪੜ੍ਹਾਈ ਕਰਕੇ ਟੀਚਿੰਗ ਲਾਈਨ ਲੈ ਲਈ ਯੂਨੀਵਰਸਿਟੀ ਦੇ ਵਿੱਚ ਥੀਏਟਰ ਡਿਪਾਰਟਮੈਂਟ ਦੇ ਵਿੱਚ ਕਿ ਮੈਂ ਥੀਏਟਰ ਵੀ ਕਰਦੀ ਰਹਾਂ ਫਿਲਮਾਂ ਵੀ ਕਰਦੀ ਰਹਾਂ ਅਤੇ ਅੱਜ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਇੱਥੇ ਇਸ ਪਲੈਟਫਾਰਮ 'ਤੇ ਮੇਰੀ ਉਹੀ ਮਿਹਨਤ ਨੂੰ ਸ਼ਿੰਗਾਰਿਆ ਜਾ ਰਿਹਾ ਅਤੇ ਮੈਂ ਚਾਹਾਂਗੀ ਜਿਹੜੀਆਂ ਵੀ ਲੜਕੀਆਂ ਥੀਏਟਰ ਫਿਲਮਾਂ ਜਾਂ ਟੈਲੀਵਿਜ਼ਨ ਜਾਣਾ ਚਾਹੁੰਦੀਆਂ ਪਲੀਜ਼ ਉਹਨਾਂ ਨੂੰ ਕੋਈ ਨਾ ਰੋਕਿਓ ਉਹਨਾਂ ਨੂੰ ਆਉਣ ਦਿਓ ਅੱਜ ਦੇ ਬੱਚਿਆਂ ਲਈ ਅੱਜ ਦੀਆਂ ਕੁੜੀਆਂ ਲਈ ਬਹੁਤ ਆਸਾਨ ਹੋ ਗਿਆ ਲੇਕਿਨ ਅਸੀਂ ਇਸ ਸਫ਼ਰ ਨੂੰ ਬਹੁਤ ਔਖੇ ਪੜਾਅ ਦੀ ਤਰ੍ਹਾਂ ਸ਼ੁਰੂ ਕੀਤਾ ਸੀ ਅਤੇ ਸ਼ਾਇਦ ਬਹੁਤ ਈਜ਼ੀ ਹੁਣ ਅਸੀਂ ਚਲੇ ਜਾਵਾਂਗੇ ਅਤੇ ਉਹ ਸਾਡੀ ਜਗ੍ਹਾ ਲੈ ਲੈਣ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਥੈਂਕ ਯੂ ਦੇਵ ਜੀ ਥੈਂਕ ਯੂ ਮੈਂ ਸਰਦਾਰ ਸੋਹੀ ਜੀ ਅਤੇ ਸੁਨੀਤਾ ਧੀਰ ਜੀ ਨੂੰ ਕਹਾਂਗੀ ਉਹ ਮੰਚ 'ਤੇ ਰਹਿਣਗੇ ਥੈਂਕ ਯੂ ਦੇਵ ਜੀ ਦੇਵ ਖਰੌੜ ਸਾਹਿਬ ਤੁਸੀਂ ਵੀ ਰੁਕੋਗੇ ਦੇਵ ਤੁਸੀਂ ਵੀ ਰੁਕੋਗੇ ਪਲੀਜ਼ ਸੈਂਟਰ 'ਚ ਆ ਜਾਓ ਕਿਉਂਕਿ ਇਸ ਤੋਂ ਬਾਅਦ ਨਹੀਂ ਥੈਂਕ ਯੂ ਦੇਵ ਜੀ ਔਰ ਇਸ ਤੋਂ ਬਾਅਦ ਜਿਹੜਾ ਅਵਾਰਡ ਦੇਣ ਜਾ ਰਹੇ ਹਾਂ ਉਹ ਬੜਾ ਪ੍ਰੈਸਟੀਜੀਅਸ ਅਵਾਰਡ ਹੈ ਉਹ ਅਵਾਰਡ ਇੱਕ ਮੁੰਡਾ ਹੋਰ ਸੀ ਜਿਸਨੇ ਉਸ ਸਮੇਂ ਦੇ ਵਿੱਚ ਫਿਲਮਾਂ ਅਤੇ ਡਰਾਮੇ ਨੂੰ ਆਪਣੀ ਜ਼ਿੰਦਗੀ ਬਣਾਇਆ ਲਿਖਿਆ ਵੀ ਉਸਨੇ ਬਾ ਕਮਾਲ ਬਲਰਾਜ ਸਾਹਨੀ ਸਾਹਿਬ ਔਰ ਉਹਨਾਂ ਦੇ ਨਾਮ ਦੇ ਉੱਤੇ ਉਹ ਅਵਾਰਡ ਜਿਹੜੇ ਜਿਨ੍ਹਾਂ ਦਾ ਉਹੋ ਜਿਹਾ ਜਨੂੰਨ ਪੰਜਾਬੀ ਜ਼ੁਬਾਨ 'ਚ ਕਾਇਮ ਰਿਹਾ ਸੋ ਦੇਵ ਖਰੌੜ ਹੋਣਾ ਨੂੰ ਚੁਣਿਆ ਗਿਆ ਬਲਰਾਜ ਸਾਹਨੀ ਅਵਾਰਡ ਦੇ ਲਈ ਜ਼ੋਰਦਾਰ ਤਾੜੀਆਂ ਦੇ ਨਾਲ ਮੈਂ ਗੁਜ਼ਾਰਿਸ਼ ਕਰਾਂਗੀ ਸਰਦਾਰ ਸੋਹੀ ਜੀ ਨੂੰ ਸੁਨੀਤਾ ਧੀਰ ਜੀ ਨੂੰ ਕਿ ਦੇਵ ਖਰੌੜ ਨੂੰ ਬਲਰਾਜ ਸਾਹਨੀ ਅਵਾਰਡ ਦੇ ਨਾਲ ਸਨਮਾਨਿਤ ਕਰਨ ਕਿਉਂਕਿ ਇਹ ਵੀ ਆਪਣੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਇਹਨੇ ਪੈਰਲਲ ਸਿਨੇਮਾ ਜਿਹੜਾ ਹੈ ਉਹ ਬਣਾਇਆ ਬੜੀ ਵੱਡੀ ਗੱਲ ਹੈ ਇਸਨੇ ਪਿਰਤ ਪਾ ਦਿੱਤੀ ਅੱਗੋਂ ਬਹੁਤ ਸਾਰੇ ਮੁੰਡੇ ਨਵੇਂ ਯੰਗਸਟਰਸ ਜਿਹੜੇ ਨੇ ਜਿਨ੍ਹਾਂ ਨੂੰ ਫਿਲਮਾਂ ਵਾਲੇ ਕੰਮ ਨਹੀਂ ਦੇ ਰਹੇ ਉਹ ਕਹਿੰਦੇ ਅਸੀਂ ਆਪਣੀਆਂ ਫਿਲਮਾਂ ਬਣਾਵਾਂਗੇ ਔਰ ਇਹੋ ਜਿਹੀਆਂ ਫਿਲਮਾਂ ਬਣਾਤੀਆਂ ਕਿ ਵੱਡੇ ਵੱਡੇ ਸੁਪਰ ਸਟਾਰ ਜਿਹੜੇ ਨੇ ਉਹ ਮੂੰਹ ਵੇਖ ਰਹੇ ਨੇ ਕਿ ਇੰਨਾ ਵਧੀਆ ਕੰਮ ਸੋ ਤੁਸੀਂ ਜਿਹੜਾ ਸੂਰਜ ਇਹਨਾਂ ਉਹਦੀ ਰੋਸ਼ਨੀ ਰੋਕ ਨਹੀਂ ਸਕਦੇ ਮੈਂ ਸੂਰਜ ਹਾਂ ਅਤੇ ਮੇਰੀ ਰੋਸ਼ਨੀ ਦਾ ਜ਼ਿਕਰ ਵੀ ਹੋਵੇਗਾ ਅਤੇ ਮੇਰੀ ਰੋਸ਼ਨੀ ਦੀ ਚਮਕ ਵੀ ਹੋਵੇਗੀ ਦੇਵ ਖਰੌੜ ਉਹਨਾਂ ਸੂਰਜਾਂ 'ਚੋਂ ਇੱਕ ਥੈਂਕ ਯੂ ਦੇਵ ਆਪਣੀ ਇਹ ਰਸਤਾ ਬਣਾਉਣ ਦੇ ਲਈ ਆਪਣੀ ਇਹ ਲੀਹ ਖਿੱਚਣ ਦੇ ਲਈ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜੇ ਤੁਸੀਂ ਮੈਨੂੰ ਰਸਤਾ ਨਹੀਂ ਦਿਓਗੇ ਮੈਂ ਧੱਕੇ ਨਾਲ ਆਪਣਾ ਦੂਜੀ ਪਿੰਡ ਨੂੰ ਡੰਡੀ ਬਣਾ ਲਵਾਂਗੇ ਮੈਂ ਚਾਹਾਂਗੀ ਦੋ ਸ਼ਬਦ ਜ਼ਰੂਰ ਕਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਮੈਂ ਕੋਈ ਜੀ ਮੈਂ ਪੜ੍ਹ ਲੈਂਦਾ ਮੈਂ ਧੱਕੇ ਨਾਲ ਰਸਤਾ ਤਾਂ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਬਸ ਇੱਕ ਜ਼ਿੱਦ ਸੀ ਜਿਵੇਂ ਸੋਹੀ ਸਾਹਿਬ ਸਰ ਨੇ ਕਿਹਾ
जनून सीगा वो जितते तुरदे गए बहुत कुछ गवाया गवाने बाद लग्या कि नहीं जिते वो जिथे गया उतो ही पाना है सो वाहगुरु तो काम मंगया सच्चे पातशाह तो बाकी सारे ने साथ दिता और मैं एक गल हमेशा सोचता हूँ जी कि एक टाइम यह जाऊगा कि जिन्हें भी आर्टिस्ट कलाकार इतने बैठे ने सारे मेरे तो वड्डे छोटे जिन्हें भी ने सो सारे बहुत सारा पैसा कमा रहे हैं लाइफ स्टाइल है सब कुछ साड़ी जिहड़ी फील्ड है सब कुछ दिंदी है इंसान को बट एक टाइम के उत्ते आके जदों साड़ी जगह कोई होर लै लैंदा ये वक्त आना ही है अज नहीं तो कल ये वक्त जरूर आऊगा तो उदो फिर जिहड़े इहो जिहे अवार्ड्स ने साडा सहारा बनते हैं थोड़े वर्गियां महनाज हस्तियां जो साडे लई शब्द बोलदियां ने वो साडा सहारा बनदियां ने और जो असं इन्हों अपने घर पे देखते हैं फिर लगता है कि एक टाइम साडा भी वक्त आया सी तो शब्द वो हमेशा साडे जहन च रहिंदे ने तो मैं एक बार इदा एक वीडियो बना रहा है मेरे फैन से पिछले बहुत सारे हमेशा बना के अपने उच्च रख लेना मोबाइल से तो मैंने किसी ने कहा कि तू कहीं शेयर नहीं करता है वीडियोज़ मैं क्या मैं शेयर करने लिए नहीं ये वीडियोज़ बना मैं इसलिए बना कि जो मेरा वक्त चला जाऊगा तो मैं इन्हों याद करूँगा इन्हों देखूंगा तो मैं कहूँगा यार मेरा भी एक दिन वक्त आया सी सो थैंक यू वेरी मच थोड़े प्यार सत्कार हले बहुत काम कर रहे जी सो यह साथ प्यार इदा ही बनाई रखियो सो सपन बाई जी का उन्होंने टीम का सारे का बहुत बहुत थैंक यू वेरी मच सत श्रीकाल थैंक यू वेरी मच देव थैंक यू एक बारी तुम रुकना थैंक यू थोड़ा बहुत बहुत मैं सरदार सोही जी तो सुनीता जी रुकनगे क्योंकि यो ही बलराज सानी अवार्ड दो जनियां नू मुंडियां नू दिता जा रहा एक देव करौड़ और बीनू ढिल्लो जी ਗਾਰਜ ਜਾਂ ਉਥਾਲ ਵੱਲ ਔਰ ਬੀਨੂ ਨੇ ਇੱਕ ਮਤਲਬ ਅਲੱਗ ਲਕੀਰ ਖਿੱਚੀ ਹੈ ਜਿਹਨੇ ਇਹ ਦੱਸਿਆ ਹੈ ਕਿ ਅਗਰ ਤੁਹਾਡੇ 'ਚ ਟੈਲੈਂਟ ਹੈ ਔਰ ਤੁਸੀਂ ਬਸ ਜ਼ਿੱਦ ਹੋ ਫਿਰ ਧਰਤੀ 'ਤੇ ਤੁਹਾਡੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੂਫਾਨ ਜਿਹੜੇ ਨੇ ਉਹ ਆਉਣਗੇ ਲੇਕਿਨ ਤੁਸੀਂ ਤੂਫਾਨਾਂ ਨੂੰ ਚੀਰ ਕੇ ਨਿਕਲ ਜਾਂਦੇ ਹੋ ਬਲਰਾਜ ਸਾਹਨੀ ਅਵਾਰਡ ਦੇ ਨਾਲ ਬੀਨੂ ਢਿੱਲੋਂ दो लफ्स मैं नहीं कहना दो लफ्स भावे 15-16 शब्द को सत श्री अकाल जी सारिआं नूं मैं सारिआं दे नां नहीं लैणा जी सारी रिस्पैक्ट हो मेरे लिए चढ़दियां कलां च रहो जिउंदे रहो यह अवार्ड तुहाडा है और मैं अज थोड़ा जिहा इमोशनल मैं हुंदा नहीं ज्यादा इमोशनल अज ज्यादा हाँ क्योंकि जिन्हां हत्थों मैं अवार्ड लै रहा मेरे दो गुरु ने जी एक साढ़े मैं धूरी तो बिलोंग करदा तो धूरी च अक्सर गल्लां चल रही होंदी सी कहिंदे सानूं साढ़े वास्ते प्राउड वाली मूवमेंट है चन्न प्रदेशी तो लेके जिदा मैडम होना ने दसिया सारिया फिल्म क्योंकि मैं धूरी तो हाँ तो वह जो पता चलिया भी उस डिपार्टमेंट के जाके मैं कितने कितने इनफ्लूएंस सीगा उस डिपार्टमेंट के मैं मैडम होनी उत्थे हेड सीगे उस डिपार्टमेंट के जाके मैं तालीम हासिल की है मैडम होने वास्ते जोरदार ताड़ी मार दो मेरे पहले गुरु यह जी जितों मैं पोस्ट ग्रैजुएशन थिएटर एंड टैलीविजन की है वह करन तो बाद मेरे दूसरे गुरु जो मैं पहला सीरियल किया सरहद तो एक बंद ने घूरिया मैं अपने जाने बड़े परपक् जे होंगे शरारती भी होंगे तो सरहद सीरियल दे विच मैं बड़ा खौखे चढ़ा के समीप कंग साहब भी सीगे तंजो साहब ने डायरैक्ट किया बाबा जी ने लिखा भी सीगा एक्ट भी किया अखा जी चढ़ा के डायलॉग बोले तो मैं पहले डायलॉग ही फड़ लिया बाबा जी कहते बाला सनी देओल बनने की कोशिश ना कर तो वह जेडे प्यों प्यों के चित्र मारे उन्होंने मैनू ढिलो बनाया जी थैंक यू सो मच चढ़दियाँ कला चलो तुम ये अवार्ड तो आटा बाबा जी ये जड़िया जिंदगी तो एवं तुरै मतलब टिचरिया करता हूँ ना मैं तेन उदो गया मैं कह जी कमेडी का दौर आ गया तेरा कोई दौड़ नहीं पर तू ऑलराउंडर हो गया यार पहले कॉमेडी नहीं ऑलराउंडर हो गया थैंक यू नहीं बहुत बहुत मैं तेरे वास्ते दावा करता रहा सब तो वह चा मेरे ख्याल मेरे आले दुआले सर्कल च मैं तेरा मैनू हुंदा सीगा विनोदाइज़ कर रहा बहुत सत्कार चढ़ती है कलच रहो थैंक यू सो मच ये अवार्ड तो फिर एक बार फिर मैं अपने मम्मी डैडी लॉस्ट किए जी लास्ट ईयर सो उन्होंने थैंक यू सरदार सोही जी का मैडम का अवार्ड प्लीज उन्होंने प्रेजेंट उसे सीट पर पहुँचा दे उन्होंने पिछले अवार्ड से मैं क्या मैं तुम्हें देख मैं उन्हें इधर जाना नहीं था डीजे कुड़ी उन्होंने तक अवार्ड वाली ना पहुंची थे चिंता ना करो तुसी मेरी गारंटी
संदीप अवार्ड पीछे बचा दो सरदार सोही जी का। आई फिर हवा जाफरान की, खुली फिर खिड़की मेरे मकान की। ऐ हारे हुए परिंदे जरा उड़ के देख, ऐ हारे हुए परिंदे जरा उड़ के देख, जमीन पर आ जाएगी छत आसमान की। ए आर्टिस्ट ओ ने जिन्होंने आसमान नू मुट्ठी च बंद किया, क्योंकि इन्होंने अंदर इन्ना जज्बा जनून, जिवें इन्होंने कहा कि साढ़े चो मैं लगता सारे आर्टिस्टा ने किधरे ना किधरे बहुत ज़्यादा घरों बाहरों ऑपोजिशन देखी, बहुत स्ट्रगल करके अपनी थां बनाउणी। लोग तो इतने इंज नहीं देंदे, इतने कुर्सी लैके नाम बनाउणा सौखा काम है, उहदे लई मेहनत कीती है और उस मेहनत नू ही अज सजदा कर रहे ने ये सन्मान। और इस तो बाद मैं मंच ते सद्दा दे रही हाँ दिनेश जी नू स्पीड रैकेट्स तो, तारा सिंह सैनी एंड राज बराड, मरहूम राज बराड जी, उन्होंने बेटी सरताज बराड, उन्होंने मंच से मैं सद्दा दे रही हाँ। उन्होंने नाल गुरप्रीत खेतला मुंडे जिन्होंने बड़ी मेहनत करके ये अवार्ड्स किए ने, सो मैं मंच से उन्होंने सद्दा दे रही हूँ। आशु जी आप आगे नहीं बैठ रहे, आगे बैठिए। वरिंदर मेमोरियल अवार्ड फॉर फिल्म डायरेक्शन, देखो दिनेश भी ना उन्ना लोका चो है, गुरप्रीत खेतला जी, इन्हें सब मुंडिया ने बड़ी मेहनत की थी। मैं हमेशा कहनी हूँ दिनेश उन्ना लोका चो है जिन्हें दस्या है, क्योंकि आर्टिस्ट ना बड़ा स्कैटर्ड हुंदा, बिखरिया होया हुंदा, उन्हों कट्ठा करके रखना बड़ा मोटी हुंदा है, फ्लैक्चुएटिंग हुंदा है, मूड स्विंग्स बड़े हुंदे ने साडे, बड़ा औखा है। मैं तुहानू कहा भी कलाकार ते मैं हमेशा कहनी हाँ भी फनकार ते फकीर बड़े औखे ने सामने दोवें। मैं कहनी हाँ कि दिनेश वाहिद ओ शख्स है जिसने ये दस्या कि आर्टिस्ट की मैनेजमेंट की चीज़ हुंदी है, इंडस्ट्री नू इन्हें इन्हें ये पिरत पाई कि आर्टिस्ट लई मैनेजर किन्ना जरूरी है, और उहदी कंप्लीट मैनेजमेंट इन्हें इंडस्ट्री नू सिखाई है। ये बहुत वड्डा इंस्टीट्यूशन है अपने आप दे विच, सो बड़ा बाकी काम तो सर है बट एज अ टैलेंट इसका किड्डा वड्डा सी कि इन्हें एक दस्या सानू। सो इस तो बाद वरिंदर मेमोरियल अवार्ड फिल्म डायरेक्शन दे विच, और मैं मंच ते सद्दा दे रही हाँ सिमरजीत सिंह, फिल्म डायरेक्टर सिमरजीत सिंह, उन्होंने जगह पर कोई ले लो नहीं ताड़िया फिल्मों का डायरेक्टर रहा, आ जाओ कोई गल नहीं, हूँ भी कर रहे हो कि नहीं, हाँ बस फिर ठीक है, बंद ही है तो गल खत्म, गल तो इतनी सिमरजीत सिंह एंड जैसमीन बाजवा फॉर फीमेल प्रोमिसिंग अवार्ड के लिए चुने गया, सो मैं चाहवागी। हाय कमलजीत सिंह, मतलब मैं दी इन्नी फैन हैगी ना, पहले तो एक बार जोरदार तारियां, मैं प्रिंस के नाम तो पूछा नहीं, मैं बहुत ज्यादा फैन हाँ तुहाडी, मतलब शानदार। इस मुंडे ने भी क्या स्ट्रगल किया, पर स्ट्रगल करके ये अज के समय का मतलब सरदार सोही है, ये अज के समय का सरदार। माई की बात मैं क्या इन्हें भी ये दस्या है कि जो जनून नाल तुसी मेहनत करते हो, लगे ही रहते हो, लगे ही रहते हो, तो फिर थोड़ी पहचान कोई धरती से रोक नहीं सकता, प्रिंस उन्ना च वेख के। सो बड़ा माण महसूस होता कि इन्ने शानदार एक्टर्स इन्नी देर पुछो जड़ा बनता होया हक के रूल्स ने वो तुहानू मिल रहे हैं, पंजाबी इंडस्ट्री अमीर हो रही है। प्रिंस कमलजीत सिंह प्रोमिसिंग अवार्ड मेल, ते जैसमीन बाजवा
बहुत सारिया फिल्मों इस कुड़ी में तुसी देखा है सो उन्होंने प्रॉमिसिंग अवार्ड फीमेल और एक अवार्ड इन ही सारे इतने खड़े रहो एक अवार्ड हो रहे लाइम लाइट स्टार ऑफ 2022 और उसके लिए चुनिया गया जी राज शोकर उन्होंने भी उन्होंने तुम हमने बड़ी सोनिया फिल्मा देखिया ने उन्होंने एक हमने फिल्म आ भी जी गिप्पी गरेवाल उन्होंने मित्रा का ना चलता सो बहुत सारिया इंस्टाग्राम से बहुत सारिया फिल्मों से भी तुम देखा है सो जोरदार ताड़िया के नाल राज शोकर मतलब सूट वाली कुड़ी लिए भी चीकां मारती हैं इंग्लैंड में समझ गई हूँ जस्ट बी इन द हाउस पुट योर हैंड टुगेदर राज शोकर लाइमलाइट स्टार ऑफ 2022 रखिया और वही परंपरा इन्होंने शुरू की हुई है अज के समय से जितने लोग कमर्शियल हो गए ने इन्होंने उन्होंने जी वनगी है उस नहीं सद्या सो प्लीज दवो जी अज का सन्मान भाई मन्ना सिंह मेमोरियल अवार्ड अनीता शर्मीश जी थैंक यू सो मच अनीता जी हाँ जी थैंक यू सो मच मैं पता है टाइम बहुत ज़्यादा हो गया तो टैगोर वाले भी देख रहे होंगे घड़ी नू पूरी तरह ना तुसी सारे भी देख रहे हो मैं सिर्फ धन्यवाद करना चाहवागी पीफा का पूरी टीम का खास करके सफल मनचंदा का जिन्होंने एडा वड्डा उपराला किया थैंक यू और धन्यवाद मैनू रंगमंच लई इन्ना खूबसूरत तोहफा देने लई और शुक्रिया मेरी फैमिली और मैं मैं इस गल की ज़्यादा खुशी है कि तुम मैं रंगमंच का अवार्ड दिता तो अवार्ड भी उस शख्सियत के नाम के उत्ते दिता भाई मन्ना सिंह जिन्हों की बदौलत अज मैं थोड़े सामने खड़ी हूँ मैं रंगमंच की दुनिया में पाल पोस के बड़ा करने वाले गुशन भाजी ने ते पैदा करने वाले डॉक्टर आतमजीत जी ने थैंक यू सो मच थैंक यू माई फैमिली थैंक यू एवरीवन क्योंकि अवार्ड इन्ना वड्डा है ते और जिन्होंने दिता जा रहा उन्होंने कद उन्होंने कॉन्ट्रीब्यूशन बहुत वड्डी है शाने पंजाब अवार्ड के नाल सम्मानित किया जा रहा है अमर नूरी जी ने मैं किसी नूं मतलब मैं कोई इंट्रोडक्शन नहीं देनी वो अपनी वो सूरज में दीवा बखान के बराबर होगी वो अपनी इंट्रोडक्शन आप ने जोरदार ताड़िया के नाल शाने पंजाब अवार्ड अमर नूरी जी अवार्ड जोरदार ताड़ियां दे नाल नचदी दे खुल गए वाल तो लैके पता नहीं किन्नियां फिल्मां दे विच और किन्ने गाणियां दे नाल अज तक भी हो गई मतलब मैं अगे क्या मैं क्या भी मतलब तुसी की कुट्टी दित्ती हुई है भाई तुसी उदा दे उदा ही हो ना एक इंच अगे उम्र जा रही ना पिछे जा रही है सो पंजाबियां दी बहुत ही चहेती अमर नूरी जी शाने पंजाब अवार्ड दे नाल सन्मानित है रिक्वेस्ट जैस भी देव करौर जी और सरजीत चीमा जी टू ऑनर अवर नूरी जी विद दिस अवार्ड
बहुत बहुत धन्यवाद। हाँ जी मैं जरूर नहीं लगी मैं टाइम तो चलो बहुत ज़्यादा हो गया पर मैं मेरा परिवार बैठा मैं एक गल छोटी जी कहनी चाहवागी मैनू 40 साल हो गए इस इंडस्ट्री के म्यूजिक इंडस्ट्री के बहुत सारे वे वे कलाकारों के गाने का स्टेज पर मौका मिले कुलदीप माणक जी दीदार संधु जी और सरदूल जी तो मेरी रूह ने मैनू मेरे पापा सब तो पहले गुरु मेरे पापा से उन्होंने सिखाया फिर शागिर्द बनी मैं मास्टर हरिदेव जी की जसवंत भरोरा जी तो सीखिया सरदूल जी तो मैं सीखिया बहुत और साढ़े पंजाब के बाबा बोर्ड म्यूजिक इंडस्ट्री के बाबा बोर्ड श्री चरणजीत आहूजा जी उन्होंने बहुत कुछ सीखिया मैं इस गल की खुशी है मैं पीफा का धन्यवाद करती हाँ सपन मनचंदा जी निहारिका जी लाडी जी थोड़ा सारे का सारी टीम का क्योंकि 40 साल तो मैं म्यूजिक इंडस्ट्री काम कर रही हूँ फिल्म इंडस्ट्री के बहुत सारिया फिल्मा कीतिया यो हमारा जीवन है जोड़ा कि इतने यूनीवर्सिटी के भी एज ए सिलेबस लग्या और यूनीवर्सिटी वैनकूवर के भी वह एज ए सिलेबस लग्या हुआ पर अज तक मैं कोई अवार्ड नहीं मिले ये मेरा पहला अवार्ड आ इस करके मैं सारे का धन्यवाद करती हाँ कि मैं एक छोटी जी नाचीज जी कलाकार नू इस अवार्ड लिए चुने है तुम्हें पता ही है सारे आर्टिस्ट इतने बैठे ने मैं सारे का धन्यवाद करती हाँ मेरा वीरा छोटा सरबजीत जी तो मेरा बेटा देव खरौड़ सारे बैठे थे देव मान जी खान साहब सारे जिन्हें मेरे प्यारे बैठे ने मेरा परिवार है सारा सरदार सोही जी ये कहते सुनीता धीर जी कहते भी जिनी देर तुम आवॉर्ड नहीं मिलता अं जाते नहीं अं इतनी बैठे हाँ इन्होंने हालांकि एडे कम से दिनेश जी मुकेश ऋषि जी बहुत साडा बहुत व्डा ना है साड़ी इंडस्ट्री का मुकेश ऋषि जी साड़ी इंडस्ट्री म्यूजिक इंडस्ट्री के साडे दिनेश जी तुहाडा थैंक यू सो मच तुसी मेरा परिवार हो तुसी मेरे नाल खड़े सच्ची मैं बहुत हौसला होंदा है मेरे लिए तो तुसी अवार्ड तुहाडा साथ मेरा अवार्ड है थैंक यू सो मच थैंक यू बहुत बहुत मेहरबानी बहुत मुबारक